ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਵਤਾਰ ਟਾਕ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਅਵਤਾਰ ਅੱਜ ਦਾ ਇਹ ਪੋਡਕਾਸਟ ਅਸੀਂ ਸ਼ੂਟ ਕੀਤਾ ਹੈ ਯਾਸੀਨ ਕਾਲਾ ਕੁੱਪ ਕਾਲਾ ਕੁੱਪ ਦੇ ਨਾਮ ਨਾਲ ਹੀ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਕਬੂਤਰਬਾਜੀ ਦੇ ਵਿੱਚ ਬਹੁਤ ਮੱਲਾ ਮਾਰੀਆਂ ਨੇ ਦੂਸਰਾਂ ਦੇ ਮਾਹਿਰ ਨੇ ਅੱਜ ਕੱਲ ਕਾਪੀ ਦੀ ਵੀ ਸੇਵਾ ਨਿਭਾਉਂਦੇ ਨੇ ਸੋ ਇਹਨਾਂ ਦਾ ਪੋਡਕਾਸਟ ਕਰਕੇ ਸਾਨੂੰ ਬੜਾ ਚੰਗਾ ਮਹਿਸੂਸ ਹੋਇਆ ਆਪਣਾ ਇਹ ਪਾਕਿਸਤਾਨ ਚ ਵੀ ਜਾ ਕੇ ਆਏ ਨੇ ਉਸ ਪਾਕਿਸਤਾਨ ਦਾ ਜੋ ਇਹਨਾਂ ਨੇ ਹਾਲਾਤ ਸੁਣਾਏ ਬੜੇ ਉਹਨਾਂ ਨਾਲ ਮਨ ਖੁਸ਼ ਹੋਇਆ ਜਿਹੜੀ ਆਪਣੇ ਦਿਮਾਗ ਚ ਪਾਕਿਸਤਾਨ ਦੀ ਇਮੇਜ ਆ ਉਹ ਇੱਕ ਗਲਤ ਸਾਬਤ ਹੋਈ ਆ ਇਹਨਾਂ ਨੇ ਕਬੂਤਰਬਾਜੀ ਵੀ ਪਾਕਿਸਤਾਨ ਤੇ ਸਿੱਖੀ ਆ ਤੋਂ ਬਾਕੀ ਗੱਲਾਂ ਪੋਡਕਾਸਟ ਚ ਸਸਿਕਾ ਬਾਈ ਜੀ ਸਸਿਕਾ ਜੀ ਬਹੁਤ ਠੀਕ ਠਾਕ ਹੋ ਐਨ ਵਧੀਆ ਜੀ ਕਬੂਤਰ ਬਾਜੀ ਦਾ ਸ਼ੌਕ ਰੱਖਦੇ ਹੋ ਤੁਸੀਂ ਹਾਂ ਜੀ ਬਹੁਤ ਪਹਿਲਾਂ ਤੋਂ ਹੀ ਆਪਾਂ ਨੂੰ ਬਚਪਨ ਤੋਂ ਹੀ ਸ਼ੌਕ ਆ ਜੀ ਹਾਂ ਹਮ ਇਹ ਅਸਲ 'ਚ ਕਬੂਤਰ ਬਾਜੀ ਕੀ ਹੈ ਕੀ ਗੇਮ ਕੀ ਹੈ ਇਹ ਕਬੂਤਰ ਬਾਜੀ ਹੈਗੀ ਆ ਵੀਰੇ ਇਹ ਸੇ ਕਬੂਤਰ ਅਸਲੀ ਦਾ ਹੈਗਾ ਸ਼ੌਕ ਇਹ ਹਾਂ ਜੀ ਜਿਹਨੂੰ ਸ਼ੌਕ ਪੈ ਜਾਂਦਾ ਬਸ ਇਹ ਸ਼ੌਕ ਆ ਕਬੂਤਰ ਬਾਜੀ ਹੋਰ ਤਾਂ ਕਬੂਤਰ ਹੋਈ ਗਿਆ ਇੱਕ ਜਾਨਵਰਾਂ ਦਾ ਘਰੇ ਰੱਖਿਆਂ ਦਾ ਪੰਨ ਹੋ ਜਾਂਦਾ ਦਾਣੇ ਪਾیندੇ ਨੇ ਟਾਈਮ ਨਾਲ ਜੇ ਆਪਾਂ ਦੂਜੇ ਜਾਨਵਰਾਂ ਨੂੰ ਦਾਣੇ ਪਾਈਏ ਨਹੀਂ ਪੈਂਦੇ ਹੂੰ ਜਿਵੇਂ ਆਪਣੇ ਘਰੇ ਰੱਖੇ ਰਿਹਾ ਬੰਦਾ ਬਸ ਇਹਨਾਂ ਨੂੰ ਦਾਣੇ ਦੂਣੇ ਪਾਏ ਜਾਂਦੇ ਨੇ ਸੌਂਕ ਹੋ ਜਾਂਦਾ ਹੋਰ ਕੀ ਆ ਨਾਲੇ ਪੰਨ ਦਾ ਪੰਨ ਨਾਲੇ ਸੌਂਕ ਹੂੰ ਜਿਵੇਂ ਹੁਣ ਤਾਂ ਤੁਸੀਂ ਪਹਿਲਾਂ ਤੋਂ ਰੱਖਦੇ ਹੋ ਕਬੂਤਰ ਹਾਂ ਹਾਂ ਸਾਡੇ ਮੈਨੂੰ ਪਹਿਲਾਂ ਮੇਰੇ ਬਾਈ ਦੇ ਰੱਖੇ ਹੋ ਜੀ ਕਬੂਤਰ ਸਾਡੇ ਲਾਣੇਦਾਰ ਦੇ ਤੁਸੀਂ ਉਹਨੂੰ ਲਾਣੇਦਾਰ ਉਹਨੂੰ ਵੀ ਬਾਈ ਕਹਿੰਦੇ ਸੀਗੇ ਹੂੰ ਉਹਨਾਂ ਦੇ ਰੱਖੇ ਹੋ ਜੀ ਪਹਿਲਾਂ ਕਬੂਤਰ ਬਹੁਤ ਟਾਈਮ ਦੇ ਯਾਨੀ ਭਾਈ ਮੇਰੇ ਜਨਮ ਤੋਂ ਪਹਿਲਾਂ ਦੀ ਰੱਖਿਆ ਨੇ ਸਮਝ ਲਓ ਤਰ ਤੇ ਘਰ ਚੋਂ ਸ਼ੌਕ ਪਿਆ ਹਾਂ ਹਾਂ ਮੈਨੂੰ ਯਾਨੀ ਪਹਿਲਾਂ ਤੋਂ ਹੀ ਸ਼ੌਂਕ ਹੂੰ ਛੋਟੇ ਹੁੰਦੇ ਨਹੀਂ ਪਹਿਲਾਂ ਤੋਂ ਹੀ ਯਾਨੀ ਮੈਂ 8-10 ਸਾਲ ਦਾ ਸੀਗਾ ਮੈਨੂੰ ਮੈ ਤਾਂ ਜਦੋਂ ਮੈਂ ਬਾਜ਼ੀਆਂ ਨੂੰ ਜਾਣ ਲੱਗਿਆ ਸੀਗਾ ਹੂੰ ਹੂੰ ਬਾਜ਼ੀਆਂ ਤੇ ਗਰਮੀ ਬਹੁਤ ਹੁੰਦੀ ਆ ਹੂੰ ਪਰ ਪਹਿਲਾਂ ਬਾਜ਼ੀਆਂ ਹੁੰਦੀਆਂ ਵੀ ਘੱਟ ਸੀਗੀਆਂ ਹੂੰ ਪਹਿਲਾਂ ਤਾਂ ਜਿਵੇਂ ਸਮਝ ਲਾ ਵੀ ਬਾਜ਼ੀਆਂ ਹੁੰਦੀਆਂ ਸੀਗੀਆਂ 15 ਦਿਨਾਂ ਬਾਅਦ ਹਫ਼ਤੇ ਬਾਅਦ ਟਾਮੀਆਂ ਟਾਮੀਆਂ ਬਾਜ਼ੀਆਂ ਆਉਂਦੀਆਂ ਸੀ ਪਹਿਲਾਂ ਪਹਿਲਾਂ ਤਾਂ ਬਹੁਤ ਘੱਟ ਹੁੰਦੀਆਂ ਸੀਗੀਆਂ ਹੂੰ ਤੇ ਪਹਿਲੀਆਂ ਬਾਜ਼ੀਆਂ ਚ ਕਬੂਤਰ ਵੀ ਬਹੁਤ ਥੋੜੇ ਹੁੰਦੇ ਸੀਗੇ ਮੈਂ ਦੇਖਿਆ ਵੀ ਬਹੁਤ ਥਾਂ ਮੈਂ 15 15 20 25 25 ਕਬੂਤਰ ਇੰਨੇ ਕੁ ਹੁੰਦੇ ਸੀ ਮਸਾਂ ਅੱਛਾ ਹਾਂ ਜਾਣੀ ਸਮਝ ਲਓ 88 99 90 ਦੀ ਗੱਲ ਹੋਊਗੀ ਅੱਛਾ ਤੇ ਇੰਨੇ ਕੁ ਕਬੂਤਰ ਹੁੰਦੇ ਸੀ ਮਸਾਂ ਜਿਵੇਂ ਸਮਝ ਲਾ 20 25 ਆਮ ਹੀ ਹੁੰਦਾ ਸੀ ਬਸ ਹਾਂ ਹੁਣ ਤਾਂ ਬੰਦ ਵੀ ਐਂਟਰੀ ਵੀ 200 ਹੋ ਜਾਂਦਾ ਹੁਣ ਤਾਂ ਸੌਂਗ ਲੋਕਾਂ ਨੂੰ ਬੜਾ ਵਧ ਗਿਆ ਜਦੋਂ ਐਂਟਰੀ ਵੀ ਬਹੁਤ ਥੋੜੀ ਹੁੰਦੀ ਸੀ ਕਿੰਨੀ ਹੁੰਦੀ ਸੀ 50 ਰੁਪਏ ਐਂਟਰੀ ਦੇਖੀ ਆ ਵੀ ਮੈਂ 50 ਰੁਪਏ ਐਂਟਰੀ ਬਸ 50 ਰੁਪਏ ਹਮ ਕਿਹੜੇ ਸੰਚ 90 ਦੇ ਲਗਭਗ ਦੀ ਗੱਲ ਹੋਊਗੀ 90 ਹਾਂ 90 88 ਕ ਦੀ ਹਮ ਜਦੋਂ 50 ਰੁਪਏ ਐਂਟਰੀ ਪਹਿਲਾਂ 50 ਰੁਪਏ ਹੁੰਦੇ ਸੀ ਫਿਰ ਹੋਲੀ ਹੋਲੀ 100 ਰੁਪਏ ਹੋਊਗੀ ਹਮ ਇਨਾਮ ਵੀ ਛੋਟੇ ਹੁੰਦੇ ਹੋਣਗੇ ਪਹਿਲਾਂ ਫਿਰ ਪਹਿਲਾਂ ਪਹਿਲਾਂ ਇਨਾਮ ਕੋਈ ਨਹੀਂ ਹੁੰਦਾ ਜੀ ਪਿੰਡ ਕੰਨੀ ਹਮ ਯਾਨੀ ਪਹਿਲਾਂ ਪਹਿਲਾਂ ਥੋੜੇ ਜਿਵੇਂ ਹੌਂ ਟਰਾਫੀਆਂ ਦੇ ਜਾਂਦੇ ਨੇ ਪਹਿਲਾਂ ਇੱਕ ਨਹੀਂ ਟਰਾਫੀਆਂ ਦੀਆਂ ਪਿੱਤਲ ਦੀਆਂ ਦੇ ਦਿੰਦੇ ਸੀਗੇ अच्छा असली, असली पित्तल दी हां असली पित्तल दी ਹੁਣ ਨਕਲੀ ਹੋ ਗਿਆ ਉਹ ਹੀ ਹੁਣ ਆਹਦੇ ਪਹਿਲਾਂ ਪਹਿਲਾਂ ਜਾਨੀ ਪਿੱਤਲ ਦੇ ਟਰਾਫੀਆਂ ਹੀ ਜੰਦੰਦੇ ਸੀਗੇ ਹੂੰ ਛੋਟੇ ਛੋਟੇ ਜਾਨੀ ਫਟਕ ਦੀ ਟਰਾਫੀ ਹੋਵੇ ਹੁੰਦੀ ਪ्योर ਪਿੱਤਲ ਦੀ ਸੀ ਬਸ ਕੰਮ ਆਉਣ ਵਾਲੀ ਸੀ ਹਾਂ ਐ ਜੰਦੰਦੀ ਸੀਗੇ ਹੂੰ ਫਿਰ ਵੱਧਾ ਵੱਧਾ ਹੌਲੀ ਹੌਲੀ 100 ਰੁਪਏ ਤੋਂ 200 ਮੁੱਢ ਹੋ ਗਿਆ ਹੂੰ ਫਿਰ 200 ਤੋਂ ਬਾਅਦ 300 ਮੁੱਢ ਕਾਫੀ ਕਾਫੀ ਚੱਲ ਰਹਾ ਹੂੰ 300 ਹੋ ਗਿਆ ਫਿਰ ਹੌਲੀ ਹੌਲੀ 500 ਵਾਲੀਆਂ ਮੇਨ ਮੇਨ ਵਾਜੀਆਂ ਹੀ ਹੁੰਦੀਆਂ ਸੀ ਆਪਣੇ ਚਾਰ ਪੰਜ ਕਥਾਵੇਂ ਹੁੰਦੀਆਂ ਮੇਰੇ ਹਿਸਾਬ ਨਾਲ ਦੇ ਇੱਕ ਤਾਂ ਆਪਣੇ ਕਾਲ ਖੁੰਦਿਆਂ ਦੇ ਜੀ 500 ਰੁਪਏ ਮੋਢ ਵਾਲੀ ਬਾਜੀ ਅੱਛਾ ਵੱਡੀ ਬਾਜੀ ਜਿਵੇਂ ਕਹਿੰਦੇ ਹਾਂ ਜਿਹਨੂੰ ਵੱਡੀ ਕਹਿੰਦੇ ਇੱਕ ਰੂਮ ਇੱਕ ਰੂਮੀ ਸੁਣਦਾ ਹੁੰਦਾ ਜੀ ਮੈਂ ਇੱਕ ਜਾਨੀ ਸਭ ਤੋਂ ਜਿਹੜੀ ਫੇਵਰੇਟ ਬਾਜੀ ਹੁੰਦੀ ਸੀ ਉਹ ਲੀਗਾ ਹੁੰਦੀ ਸੀ ਮੀਕ ਸਿੰਘ ਦੀ ਲੀਗਾ ਜਗਰਾਵਾਂ ਕੋਲੇ ਅੱਛਾ ਹਾਂ ਉਹ 500 ਵਾਲੀ ਬਾਜੀ ਸਭ ਤੋਂ ਪਹਿਲਾਂ ਮੈਂ ਸੁਣਦਾ ਹੁੰਦਾ ਵੀ ਉੱਥੇ 500 ਵਾਲੀ ਬਾਜੀ ਹੁੰਦੀ ਆ ਹੂੰ ਉੱਥੇ ਵੀ ਸਾਡੇ ਬਾਈ ਹੁਣੀ ਜਾ ਕੇ ਛੜਦੇ ਰਹੇ ਨੇ ਪਹਿਲਾਂ ਅੱਛਾ ਜਾਨੀ ਇਹ ਦੋ ਤਿੰਨ ਕਥਾਵੇਂ ਮੈਂ ਦੇਖਿਆ ਨੇ ਵੀ 500 ਵਾਲੀਆਂ ਬਾਜੀਆਂ ਹੁੰਦੀਆਂ ਨਹੀਂ ਬਾਕੀ ਆਮ ਤਨ 3 ਅਸਲੀ ਐਂਟਰੀ ਤਾਂ ਥੋੜਾ ਚਰਦੀ ਪਾੜੀ ਵਧੀਆ ਪਹਿਲਾਂ ਤਾਂ ਬਹੁਤ ਘੱਟ ਹੁੰਦੀਆਂ ਹੈਗੀਆਂ ਹੂੰ ਜਦ ਫਿਰ ਸ਼ੌਂਕ ਘੱਟ ਸੀ ਜਾਂ ਵੀ ਜਿਵੇਂ ਘੱਟ ਕਬੂਤਰ ਹੁੰਦੇ ਸੀਗੇ ਜਾਂ ਪਹਿਲਾਂ ਥੋੜਾ ਸ਼ੌਂਕ ਵੀ ਨਾ ਪਹਿਲਾਂ ਜਰਾ ਪਤਾ ਹੈ ਕੀ ਹੁੰਦਾ ਸੀਗਾ ਪਹਿਲਾਂ ਇੱਕ ਤਾਂ ਹਰ ਇੱਕ ਬੰਦੇ ਨੂੰ ਘਰੇ ਕਬੂਤਰ ਰੱਖਣਾ ਵਧੀਆ ਨਹੀਂ ਮੰਨਦੇ ਹ ਸੀ ਹਾਂ ਥੋੜਾ ਜਿਹਾ ਕਹਿੰਦੇ ਵੀ ਮਾੜੇ ਹੁੰਦੇ ਆ ਕਬੂਤਰ ਰੱਖਣ ਦੇ ਬਸ ਕਹਿੰਦੇ ਸੀ ਮਾੜੇ ਹੁੰਦੇ ਨੇ ਹ ਹੋ ਗਿਆ ਫਲਾਨਾ ਬੁੜੀਆਂ ਕਹਿੰਦੇ ਸੀ ਇਹ ਕਬੂਤਰ ਆਏ ਆ ਫਲਾਨਾ ਹਾਂ ਪਹਿਲਾਂ ਮੁੰਡੇ ਥੋੜੇ ਆਮ ਘੱਟ ਰੱਖਦੇ ਸੀ ਕਬੂਤਰ ਹੂੰ ਇੰਨਾ ਹੁੰਦਾ ਨਹੀਂ ਸੀਗਾ ਹੌਲੀ 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 ਲੋਕਾਂ ਨੂੰ ਪਤਾ ਲੱਗਿਆ ਵੀ ਇਹ ਐਵੇਂ ਮਾੜੇ ਨਹੀਂ ਹੁੰਦੇ ਕਿ ਪੰਦਲ ਦਾਣੇ ਪਾਉਣੇ ਪਾਉਣਾ ਇੱਕ ਤਰ੍ਹਾਂ ਦਾ ਹੂੰ ਇਹਨਾਂ ਹੌਲੀ ਹੌਲੀ ਹੁਣ ਆ ਜਾਣੇ ਆ ਜਾਨੀ ਮੇਰੇ ਹਿਸਾਬ ਨਾਲ 10-15 ਸਾਲ ਦਾ ਥੋੜਾ ਸ਼ੌਂਕ ਬੜਾ ਵਧਿਆ ਹੂੰ 15 ਸਾਲ ਤੋਂ ਜਦ ਤੋਂ ਕਲੱਬ-ਕਲੱਬ ਬਣਨ ਲੱਗੇ ਨੇ ਹੂੰ ਜਦ ਤੋਂ ਸ਼ੌਂਕ ਬੜਾ ਵਧ ਗਿਆ ਸਿੱਖੇ ਇੱਥੋਂ ਹੀ ਘਰ ਚੋਂ ਹੀ ਹਾਂ ਮੈਂ ਸਾਡੇ ਬਾਈ ਤੋਂ ਸਿੱਖਿਆ ਸੀਗਾ ਖੇਡ ਤੇ ਸਾਡੇ ਬਾਈ ਹੁਣੇ ਜਾਣੀ ਕਿਹੜੀ ਖੇਡ ਸਿੱਖੇ ਸੀ ਪਾਕਿਸਤਾਨ ਤੋਂ ਅੱਛਾ ਹਾਂ ਪਾਕਿਸਤਾਨ ਤੋਂ ਹਾਂ ਪਾਕਿਸਤਾਨ ਤੋਂ ਹੂੰ ਪਾਕਿਸਤਾਨ ਤੋਂ ਸਿੱਖਿਆ ਜੀਏ ਉਹ ਖੇਡ ਦੋ ਬਾਦ ਹੌਲੀ ਹੌਲੀ ਵੱਧ ਗਏ ਪਾਕਿਸਤਾਨ ਤੁਸੀ ਗਏ ਹੋ ਪਾਕਿਸਤਾਨ ਹਾਂ ਮੈਂ ਵੀ ਗਿਆ ਪਾਕਿਸਤਾਨ ਨੂੰ ਤਿੰਨ ਵਾਰੀ ਅੱਛਾ ਪਾਕਿਸਤਾਨ ਦੇ ਵਿੱਚੋਂ ਆ ਸਾਡੇ ਦਾਦੇ ਹੁਣੇ ਸੇਪਾਈ ਸੀਗੇ ਅੱਛਾ ਸੇ ਦੇ ਵਿੱਚੋਂ ਸਾਡੇ ਦਾਦੇ ਹੁਣੇ ਤਿੰਨ ਉਧਰ ਚਲੇ ਗਏ ਤਿੰਨ ਇੱਧਰ ਰਹਿ ਗਏ ਜਾਨੀ ਜਿੰਨਾ ਸਾਡਾ ਪਰਿਵਾਰ ਇੱਧਰ ਤੇ ਉਨਾ ਹੀ ਉਧਰ ਅੱਛਾ ਬਾਕੀ ਦੋ ਨੰਬਰ ਦੇ ਮੇਰੇ ਨਾਨਕੇ ਵੀ ਪਾਕਿਸਤਾਨ ਦੇ ਨੇ ਅੱਛਾ ਪਾਕਿਸਤਾਨ ਦੇ ਨੇ ਨਾਨਕੇ ਮੇਰੇ ਨਾਨਕੇ ਫਾਸਲਾਬਾਦ ਨੇ ਉੱਥੇ ਹੂੰ ਉੱਥੇ ਫੈਸਲਾਬਾਦ ਫੈਸਲਾਬਾਦ ਕਿਹੜੀ ਕੋਈ ਖਾਸ ਸ਼ਹਿਰ ਪਿੰਡ ਫੈਸਲਾਬਾਦ ਸ਼ਹਿਰ ਦਾ ਨਾਮ ਹੈ ਹਾਂ ਫੈਸਲਾਬਾਦ ਸ਼ਹਿਰ ਦਾ ਨਾਮ ਆ ਉੱਥੇ ਸੀਗਾ ਕਾਲਜ ਹੋਇਗਾ ਕਿ ਉਹਦੇ ਲਵੀ ਘਰੋਂ ਤੇ ਮਾਈ ਦੀ ਝੂੰਗੀ ਗਲੀ ਵੱਜਦੀ ਆ ਅੱਛਾ ਉੱਚ ਘਰਾਂ ਉਹਨਾਂ ਦਾ ਆ ਪਾਕਿਸਤਾਨ ਦੇ ਵੀ ਦੇਖਣਗੇ ਹਾਂ ਹਾਂ ਪਾਕਿਸਤਾਨ ਦੇ ਵਿੱਚ ਜਾਨੀ ਵਧੀਆ ਬਹੁਤ ਵਧੀਆ ਕਿੱਦਾਂ ਦੇ ਲੋਕ ਨੇ ਯਾਰ ਪਾਕਿਸਤਾਨ ਦੇ ਪਾਕਿਸਤਾਨ ਚ ਵਧੀਆ ਲੋਕ ਨੇ ਪੂਰੇ ਵਧੀਆ ਮਿਲਵਰਤਨ ਵਾਲੇ ਲੋਕ ਨੇ ਵਧੀਆ ਹੂੰ ਪੂਰੇ ਐਨ ਉਹਨਾਂ ਨੂੰ ਵੀ ਸ਼ੌਂਕ ਆਪਾਂ ਤੋਂ ਵੀ ਵੱਧ ਸ਼ੌਂਕ ਪਾਕਿਸਤਾਨ ਚੱਕ ਪੁੱਤਰ ਬਾਈ ਦਾ ਹੂੰ ਆਪਣੇ ਜਾਣੇ ਨਾ ਜਿਹੜੇ ਪਹਿਲਾਂ ਜਣੇ ਕਬੂਤਰਾਂ ਨਾ ਰੱਖਿਉਂਦੇ ਪੁਰਾਣੇ ਮੁਸਲਮਾਨਾਂ ਦੀ ਵੱਧ ਰੱਖਿਉਂਦੇ ਸੀ ਉਹ ਚਲੇ ਗਏ ਪਾਕਿਸਤਾਨ ਚ ਹਾਂ ਤੇ ਉਹਨਾਂ ਨੇ ਹੀ ਸੌਂਗ ਵੱਧ ਸੀਗਾ ਪਾਕਿਸਤਾਨ ਵਾਲਿਆਂ ਨੂੰ ਫਿਰ ਹਮ ਸਾਡੇ ਵੀ ਫਿਰ ਉਹ ਉਧਰ ਲਾਣੇਦਾਰ ਉਹ ਨਹੀਂ ਉਧਰੋਂ ਹੀ ਪਾਕਿਸਤਾਨੋਂ ਸਿੱਖੇ ਜੀ ਖੇਡ ਹਮ ਤੇ ਫਿਰ ਮੈਂ ਇਹਨਾਂ ਤੋਂ ਸਿੱਖਿਆ ਉਦੋਂ ਬਾਅਦ ਜਣੀ ਮੈਨੂੰ ਥੋੜਾ ਦੁੱਸਰ ਦਾ ਇੰਟਰਸਟ ਵੱਧ ਸੀਗਾ ਸਿੱਖਣ ਦਾ ਹਮ ਤੇ ਉਹ ਫਿਰ ਮੇਰੀ ਬੀਬੀ ਦੇ ਮੈਂ ਖਾਸੇ ਕਾਪੀ ਗੇੜੇ ਲਵਾਏ ਪਾਕਿਸਤਾਨ ਹਰ ਸਾਲ ਮੰਗ ਜਾਂਦੀ ਰਹੀ ਹਰ ਸਾਲ ਮੰਗ ਜਾਂਦੀ ਰਹੀ ਅੱਛਾ ਫਿਰ ਹੌਲੀ ਹੌਲੀ ਕਰਕੇ ਜਾਨੀ ਫਿਰ ਮੈਂ ਥੋੜੀ ਦੁਸਰ ਵਧੀਆ ਐਨ ਵਧੀਆ ਢੰਗ ਨਾਲ ਸਿੱਖ ਗਿਆ ਸੀਗਾ ਹੂੰ ਹੂੰ ਪਾਣੀ ਨਹੀਂ ਦੁਸਰ ਚ ਵਧੀਆ ਉਹ ਤਾਂ ਡਾਲੇ ਉੱਥੇ ਗੇਮ ਸ਼ਾਇਦ ਇੱਕ ਬਾਜ਼ੀਆਂ ਕਰਦੇ ਨੇ ਜਾਂ ਕੋਈ ਹੋਰ ਵੀ ਤਰ੍ਹਾਂ ਕਬੂਤਰ ਬਾਜ਼ੀ ਦਾ ਉਹ ਕਰਦੇ ਨੇ ਕਿ ਹੋਰ ਦੇਖਿਆ ਉਹ ਡੱਬਿਆਂ ਚ ਬੰਦ ਕਰ ਕੁਝ ਹੋਰ ਤਰ੍ਹਾਂ ਦੀ ਗੇਮਾਂ ਵੀ ਕਰਦੇ ਇਹਨਾਂ ਨਾਲ ਨਹੀਂ 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 ਆਪਣੇ ਮੰਗੂ ਹੀ ਚੱਲਦੀ ਨੇ ਉੱਥੇ ਵੀ ਉੱਥੇ ਵੀ ਬਾਜੀਆਂ ਆਪਣੇ ਵਾਂਗੂ ਵੀ ਚਲਦੀਆਂ ਨੇ ਜਿਵੇਂ ਆਪਣੇ ਚਲਦੀਆਂ ਨੇ ਇਕਣ ਦੜੇ ਵੀ ਇਕਣ ਹੁੰਦੇ ਨੇ ਜਿਵੇਂ ਆਪਣੇ ਸ਼ਹਿਰਾਂ 'ਚ ਨਾ ਕਬੂਤਰ ਸੱਤ ਤੇ ਡਾਉਂਦੇ ਨੇ ਇਕ ਨੇ ਸੱਤ ਤੇ ਹੀ ਡਾਉਂਦੇ ਨੇ ਹਾਂ ਜਿਹੜੇ ਸ਼ਹਿਰ ਦੇ ਜਿਵੇਂ ਸ਼ਹਿਰ ਆ ਗਏ ਇਹ ਫੈਸਲਾਬਾਦ ਵੀ ਸ਼ਹਿਰ ਆ ਉੱਥੇ ਵੀ ਆਪਣੇ ਜਿਵੇਂ ਲੁਧਿਆਣੇ ਲੋਕਾਂ ਦੇ ਸੱਤਾਂ ਦੇ ਰੱਖੇ ਹੋਏ ਨੇ ਘਰੇ ਘਰੇ ਜਿਵੇਂ ਤਾਂ 10 ਕਬੂਤਰ ਆਪਦੇ ਡਾਲੇ ਮੈਂ ਆਪਦੇ ਦਾ ਡਾਲੇ ਬੰਦੇ ਘਾਟੇ ਗਣਦੇ ਨੇ ਅੱਛਾ ਉਹ ਇਕਣ ਵੀ ਗਣਦੇ ਨੇ ਜਿਹੜੇ ਪਿੰਡ ਨੇ ਪਾਕਿਸਤਾਨ ਦੇ ਪਿੰਡਾਂ 'ਚ ਤਾਂ ਆਪਣੇ ਵਾਂਗੂ ਹੀ ਬਾਜੀਆਂ ਲੱਗਦੀਆਂ ਨੇ ਹੂੰ ਪਾਕਿਸਤਾਨ ਫਿਰ ਜਦ ਤੁਸੀਂ ਜਾਂਦੇ ਸੀ ਜਾਂ ਪਲੇਨ 'ਚ ਜਾਂ ਟ੍ਰੇਨ 'ਚ ਜਾਂ ਬ ਨੇ ਨੇ ਜਦੋਂ ਆਇਦਾਂ ਆਪਣੇ ਨਾ ਬਾਗਾ ਬਾਰਡਰ ਬਾਅਦ ਚੱਲਦੀ ਅਮਰੇ ਕੋਲ ਨੇ ਅੱਛਾ ਹਾਂ ਅਮਰੇ ਕੋਲ ਨੇ ਬਾਗਾ ਬਾਰਡਰ ਬਸ ਆਪਣੇ ਅੱਡੇ ਉੱਪਰ ਜੀ ਨਿਕਲਦੀ ਆ ਕੋਪੂਪਰ ਜੀ ਅੱਛਾ ਅੱਛਾ ਹਾਂ ਆਪਣੇ ਪਿੰਡ ਆਉਂਦੀ ਹੁੰਦੀ ਸੀ ਜਦੋਂ ਉਹ 5:30 ਆਉਂਦੀ ਸੀ ਕਿ ਦੋ ਚੱਲ ਜਾਂਦੀ ਸੀ ਪਹਿਲਾਂ ਹਮ ਇੱਕ ਪੌਣੇ 6 ਵਜੇ ਆਉਂਦੀ ਸੀਗੀ ਉਹ ਬਸ ਅੱਡੇ ਤੋਂ ਆਪਣੇ ਅੱਡੇ ਤੋਂ ਚੜ ਜਾਂਦੇ ਸੀਗੇ ਬਾਗਾ ਪਾਸ ਪਾਸ ਸਿੱਧੀ ਬਸ ਜਦੋਂ ਬਾਰਡਰ ਤੇ ਜਾਂਦੇ ਹੁੰਦੇ ਸੀਗੀ ਅੱਛਾ ਬਾਗਾ ਬਾਡ ਬਾਗਾ ਬਾਡਰ ਭੱਗਾ ਬਾਰਡਰ ਤੇ ਪਹੁੰਚ ਜਾਂਦੀ ਹੁੰਦੀ ਸੀ ਜਿਸ ਮੈਂ ਸਵੇਰੇ ਆਪਣੇ ਇਥੋਂ 5:30 ਚੱਲਦੇ ਹੁੰਦੇ ਸੀਗੇ ਹੂੰ ਉੱਥੇ 10:30 ਯਾਨੀ ਸਮਝ ਲਾ 11 ਵਜੇ ਤੱਕ ਬਾਰਡਰ ਤੇ ਪਹੁੰਚ ਜਾਂਦੇ ਸੀਗੇ ਅੱਛਾ 11 ਵਜੇ ਬਾਰਡਰ ਤੇ ਪਹੁੰਚ ਕੇ ਬਸ ਉਦੋਂ ਬਾਅਦ ਪਹਿਲਾਂ ਆਪਣਾ ਇੰਡੀਆ ਵਾਲਾ ਬਾਰਡਰ ਆਉਂਦਾ ਹੂੰ ਉਸ ਚ ਲੱਗਦਾ ਟਾਈਮ ਯਾਨੀ ਅੱਧਾ ਘੰਟਾ ਅੱਧਾ ਇੰਨਾ ਕੀ ਫਿਰ ਬੁੱਧਵਾਰ ਨਾਲ ਪਾਕਿਸਤਾਨ ਦਾ ਬਾਰਡਰ ਅੱਡ ਬੱਡ ਯਾਨੀ ਤੁਰ ਕੇ ਪਾਸ ਕਰਨਾ ਪੈਂਦਾ ਅੱਛਾ ਆ ਬਾਡਰ ਹੈਗਾ ਕਿਲੋ ਕਿਲੋ ਮੀਟਰ ਦਾ ਕਿਲੋਮੀਟਰ ਦਾ ਹਿਸਾਬ ਆਪਣਾ ਹੋਊਗਾ ਇੰਨੇ ਕਿਲੋਮੀਟਰ ਉਹਨਾਂ ਦਾ ਹੋਊਗਾ ਕਿਵੇਂ ਲੱਗਦਾ ਹੁੰਦਾ ਸੀ ਜਦ ਉਧਰ ਪਾਕਿਸਤਾਨ ਚਲੇ ਜਾਂਦੇ ਇੰਨਾ ਵਰਗਾ ਜਮੇ ਆਪਣੇ ਵਾਲਾ ਹੀ ਮਾਹੌਲ ਉਧਰ ਆ ਜਰਾ ਹੂੰ ਕੋਈ ਮੈਨੂੰ ਤਾਂ ਇੰਨਾ ਲੱਗਦਾ ਨਹੀਂ ਵੀ ਆਪਣਾ ਤੇ ਉਹਦਾ ਕੋਈ ਫਰਕ ਪੈਂਦਾ ਸੀਗਾ ਜਹਾਜ਼ ਆਪਣਾ ਇੱਧਰ ਵੀ ਉਧਰ ਉਹ ਦਵਾ ਜਿਵੇਂ ਉਹਨਾਂ ਦਾ ਪਾਕਿਸਤਾਨ ਦਾ ਬਾਡਰ ਆ ਗਿਆ ਫਿਰ ਹੂੰ ਤੇ ਉਹਦਾ ਬਾਡਰ ਪਾਸ ਕਰਨਾ ਬਸ ਤਲਾਸ਼ੀ ਤਲੂਸੀ ਹੁਣ ਅਜੇ ਤਾਂ ਕਦੇ ਇੰਨਾ ਕਦੇ ਕੁਝ ਲੈ ਕੇ ਲੋਕ ਕਦੇ ਗਏ ਨਹੀਂ ਸੀਗੇ ਮੈਨੂੰ ਤਾਂ ਕਹ ਜੀ ਹੂੰ ਤੇ ਉਹਦੀ ਸਾਰਾ ਹੋਣਾ ਪਾਸ ਹੋ ਕੇ ਅੱਧੇ ਪੌਣੇ ਘੰਟੇ ਚ ਉਹ ਬਾਰਡਰ ਪਾਸ ਹੋ ਜਾਂਦਾ ਸੀਗਾ ਹੂੰ ਤੇ ਉਸ ਤੋਂ ਬਾਅਦ ਫਿਰ ਗਾਹਾਂ ਬਾਰਡਰ ਦੇ ਬਾਹਰਲੇ ਪਾਸੇ ਪਹਿਲਾਂ ਤਾਂ ਹੁਣ ਤਾਂ ਜਣੀ ਥੋੜੀ ਸਖਤਾਈਆਂ ਹੋ ਗਈਆਂ ਪਹਿਲਾਂ ਨੇ ਜਮੇ ਆਪਣੇ ਵਾਲੇ ਵੀ ਇੱਧਰ ਬਾਰਡਰ ਦੇ ਨਾਲ বাস ਖੜ ਲੱਗਦੀ ਸੀ ਉਦੋਂ ਉਧਰੋਂ ਉਧਰੋਂ ਨਾਲ ਹੀ ਬਾਰਡਰ ਦੇ ਨਾਲ ਆ ਕੇ ਖੜਦੇ ਹੁੰਦੀ ਸੀਗੀ ਅੱਛਾ ਤੇ ਉਸ ਤੋਂ ਬਾਅਦ ਉਧਰੋਂ ਬਾਰਡਰ ਦੇ ਬਾਹਰੇ ਨਿਕਲੋ ਬਾਹਰੇ বাস ਖੜੀ ਹੁੰਦੀ ਸੀ ਹੂੰ ਉੱਥੋਂ বাস ਚੜੋ ਲਾਹੌਰ ਅੱਛਾ ਲਾਹੌਰ ਉੱਥੋਂ ਹੈਗਾ ਜਿਹਨੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਹੈ ਨਾ ਹਾਂ ਉੱਥੋਂ ਲਾਹੌਰ ਹੈਗਾ ਮੇਰੇ ਹਿਸਾਬ ਨਾਲ 25 ਕਿਲੋਮੀਟਰ ਆ ਬਾਰਡਰ ਤੋਂ ਕੋਈ 25 ਕਿਲੋਮੀਟਰ ਹੀ ਹੋਊਗਾ ਬਾਰਡਰ ਉਥੋਂ ਬਾਰਡਰ ਤੇ ਉਥੋਂ ਲਾਹੌਰ ਬਸ ਵਾਸ ਅੱਡੇ ਤੋਂ ਜਾ ਕੇ ਉਥੋਂ ਸਿੱਧੀ ਫਿਰ ਬਸ ਮਿਲ ਜਾਂਦੀ ਸੀ ਆਹਾਂ ਉਥੇ ਫੈਸਲਾਬਾਦ ਦੀ ਹੂੰ ਫੈਸਲਾਬਾਦ ਦੀ ਬਸ ਸਿੱਧੀ ਉਥੇ ਜਾਣੀ ਆ ਸੀ ਸਮਝ ਲਾ ਪਹੁੰਚ ਜਾਂਦੇ ਸੀ 5 ਵਜੇ ਨੂੰ ਉਥੇ ਘਰੇ ਪਹੁੰਚਦੇ ਸੀ ਅੱਛਾ ਹੂੰ ਉਹਨਾਂ ਦੇ ਆਮਦਲਾ 5:30 5:30 ਉਹਨਾਂ ਕਰੋ 5 ਵਜੇ ਉਹਨਾਂ ਕਰੋ ਚੱਲੇ ਜਾਂਦੇ ਆ ਲਾ ਹੂੰ ਬਸ ਅੱਥ ਨੂੰ ਹੱਥ ਨੂੰ ਉੱਥੇ ਪਹੁੰਚ ਜਾਂਦੇ ਆ 12 ਘੰਟਿਆਂ ਚ ਉਧਰ ਘਰੇ ਆਪਾਂ ਉਹਨਾਂ ਨੂੰ ਦੱਸਿਆ ਜੇ ਮੂੰ ਜਾਣਾ ਹੋਵੇ ਦਿੱਲੀ ਦੂਰਾ ਪਾਸਤਾ ਨੇੜੇ ਆ ਪਾਕਿਸਤਾਨ ਨੇੜੇ ਆ ਹੂੰ ਪਾਕਿਸਤਾਨ ਆਪਾਂ ਨੂੰ ਨੇੜੇ ਆ ਪਾਕਿਸਤਾਨ ਦਾ ਬਾਰਡਰ ਜ ਟੱਪ ਉਹ ਆ ਤੇ ਉਧਰ ਫਿਰ ਸਾਰਾ ਫਿਰ ਸਾਡੇ ਨਾਲ ਰਿਸ਼ਤੇਦਾਰੀਆਂ ਖਾਸੀਆਂ ਨੇ ਉਧਰ ਅਟਾ ਅਟਾ ਕਦੇ ਕਿਹਦੇ ਕੋਲੇ ਕਦੇ ਵੀਹਦੇ ਕੋਲੇ ਹੂੰ ਇੱਥੇ ਹਫਸਾਬਾਦ ਸੀ ਗੁਜਰਾਲ ਸੀਗੇ ਇੱਕ ਮੇਰਾ ਦਾਦਾ ਹਫਸਾਬਾਦ ਰਹਿੰਦਾ ਸੀ ਇੱਕ ਗੁਜਰਾਲ ਦੋ ਗੁਜਰਾਲ ਰਹਿੰਦੇ ਸੀਗੇ ਹੂੰ ਉਹਨਾਂ ਕੋਲੇ ਫਿਰ ਅਟਾ ਅਟਾ ਅਨੇ ਉੱਥੇ ਕਦੇ ਉੱਥੇ ਜਾਨੀ ਲਾਹੌਰ ਲਾਹੌਰ ਗਿਆ ਹਾਂ ਹਾਂ ਲਾਹੌਰ ਪੇ ਲਾਹੌਰ ਦਾ ਜਾਣਾ ਜਾਨਾ ਲਾਹੌਰ ਸੇ ਘੁੰਮਿਆ ਵੀ ਆ ਹਾਂ ਲਾਹੌਰਾਂ ਦਾ ਦੇਖਿਆ ਹੋਇਆ ਹਮ ਕਿੰਮੇ ਦਾ ਲਾਹੌਰ ਵਧੀਆ ਲਾਹੌਰ ਤਾਂ ਵਧੀਆ ਸ਼ਹਿਰ ਆ ਹਮ ਲਾਹੌਰ ਜਾਨੀ ਵਧੀਆ ਜਿਹੜੀ ਬਣੀ ਹੋਈ ਜਾਨਾ ਦੀ ਹਮ ਇਹ ਕਹਾਵਤ ਕਿਉਂ ਬੜੀ ਪਤਾ ਕੁਝ ਵੀ ਕਹਿੰਦੇ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ ਇਹ ਆਇਆ ਪਰ ਆਪਣੀ ਨਾ ਪੁਰਾਣੀ ਪੰਜਾਬ ਦੀ ਰਾਜਧਾਨੀ ਲਾਹੌਰ ਹੀ ਆ ਨਾ ਅੱਛਾ ਆਪਣੇ ਪੰਜਾਬ ਦੀ ਜਿਹੜੀ ਪੁਰਾਣੀ ਰਾਜਧਾਨੀ ਹੈ ਲਾਹੌਰ ਆ ਹਮ ਉਹ ਸਾਰੋਂ ਪਹਿਲਾਂ ਜਿਹੜੀਆਂ ਵਧੀਆ ਸਹੂਲਤਾਂ ਫਿਰ ਜਿਵੇਂ ਰਾਜਧਾਨੀ ਚ ਪਹਿਲਾਂ ਪਹਿਲਾਂ ਪੁਰਾਣੀਆਂ ਬਣੀਆਂ ਹੋਈਆਂ ਨੇ ਮਹਾਰਾਜਾ ਰਣਜੀਤ ਵੇੜੇ ਦੀਆਂ ਉਹ ਰੋਤੀ ਬਣੀਆਂ ਹੋਈਆਂ ਨੇ ਹਮ ਸਾਰੀਆਂ ਵਧੀਆ ਬੜੀਆਂ ਚੀਜ਼ਾਂ ਨੇ ਬਹੁਤ ਵਧੀਆ ਵਧੀਆ ਬਣੀਆਂ ਹੋਈਆਂ ਨੇ ਤਾਂ ਕਹਿੰਦੇ ਨੇ ਜਿਹਨੇ ਲਾਹੌਰ ਨਹੀਂ ਦੇਖਿਆ ਉਹਨੇ ਕੁਝ ਨਹੀਂ ਦੇਖਿਆ ਹਮ ਹੈਗਾ ਸ਼ਹਿਰ ਹੀ ਲਾਹੌਰ ਵਧੀਆ ਸਾਫ਼ ਸੁਥਰਾ ਵਧੀਆ ਸ਼ਹਿਰ ਆ ਬੇਜ ਲੋਕ ਆਪਣੇ ਕਹਿੰਦੇ ਨੇ ਪਾਕਿਸਤਾਨ ਚ ਰਾਹ ਕੱਚੇ ਨੇ ਐ ਕੱਚੇ ਨੇ ਕੁਝ ਨਹੀਂ ਕਰਦਾ ਹੈ ਹੁਣ ਤਾਂ ਬਹਿਬ ਨੇ ਹੂੰ ਹੁਣ ਤਾਂ ਆਪਣੀ ਨਾਲ ਹੀ ਗੱਲ ਹੀ ਹੈ ਜਹਾਜ ਆਪਣਾ ਇੱਧਰ ਉਹ ਜਾ ਨਹੀਂ ਕਿ ਉਧਰ ਵੀ ਪੰਜਾਬ ਹੀ ਯਾਰ ਹਾਂ ਤਾਂ ਪੰਜਾਬ ਹੀ ਜਿੱਥੇ ਅਸੀਂ ਜਾਂਦੀ ਉਹ ਤਾਂ ਪੰਜਾਬ ਹੀ ਆ ਜਹਾਜ ਇੱਧਰ ਪੰਜਾਬ ਆ ਉਵੇਂ ਹੂੰ ਹਜੇ ਉਧਰਲੇ ਲੋਕ ਵੱਧ ਪੰਜਾਬ ਨਾਲ ਜੁੜੇ ਹੋਏ ਨੇ ਉਹ ਤਾਂ ਪੁਰਾਣੀਆਂ ਜਿਵੇਂ ਆਪਣੇ ਤੋਂ ਪੁਰਾਣੀਆਂ ਜੀ ਬੋਲੀ ਵੀ ਉਹਨਾਂ ਦੀ ਪਿਓਰ ਆ ਨਾ ਹੇ ਆਪਣੇ ਜਿਹੜੇ ਪੁਰਾਣਾ ਪੰਜਾਬ ਦਾ ਵਿਰਸਾ ਜੀ ਇੱਧਰਲੇ ਲੋਕ ਤਾਂ ਆਪਣੇ ਦਾ ਬਹੁਤ ਚੀਜ਼ਾਂ ਜਾਨੀ ਮਸ਼ੀਨਰੀ ਜੋਗ ਵੱਧ ਕਰਦਾ ਉੱਤਰ ਤਾਂ ਜੇ ਬਹੁਤ ਚੀਜ਼ਾਂ ਪਾਕਿਸਤਾਨ ਚੋਂ ਹੀ ਦੇਸੀ ਖੂ ਚੱਲਣ ਵਾਲਾ ਕੰਮ ਉਹਦੇ ਵਾਂਗੂ ਟੋਕੇ ਲਾ ਕੇ ਆਪਣੀ ਦੇਸੀ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਬਹੁਤ ਕੰਮ ਉਹ ਉਧਾਰ ਤੇ ਚੱਲਦਾ ਹਮ ਆਪਣੇ ਹਜੇ ਆਪਣਾ ਆਪਣੇ ਲੋਕ ਥੋੜੇ ਤਰੱਕੀ ਵੱਧ ਮੂਰੇ ਹੋ ਗਏ ਹਾਂ ਫਾਸਟ ਹੋ ਗਏ ਥੋੜੇ ਜਿਹਾ ਵੱਧ ਆਪਣੇ ਬਾਹਰੇ ਪੂਰੇ ਜਾਣ ਕਰਕੇ ਉੱਧਰ ਥੋੜਾ ਜਿਹਾ ਹੋਆ ਯਾਨੀ ਬਲੌਗ ਲੱਗਦਾ ਉਧਰ ਵੀ ਪੂਰੇ ਵਧੀਆ ਮਿਲਵਰਤਾਂ ਜਾਨੀ ਐਵੇਂ ਨਹੀਂ ਜਿੰਮੇ ਅੱਜ ਕੱਲ ਪਾਕਿਸਤਾਨ ਨਾਲ ਸਾਡਾ ਐ ਰਿਸ਼ਤਾ ਪੁਰਾਣਾ ਦਾ ਨਹੀਂ ਹੁੰਦਾ ਜਰਾ ਜਦੋਂ ਥਾਂ ਨਾਲ ਇਧਰੋਂ ਉਧਰ ਚਲੇ ਜਾਂਦੇ ਹੁੰਦੇ ਸੀ ਅਪਦੇ ਰਿਸ਼ਤੇਦਾਰਾਂ ਦੇ ਘਰੇ ਤਾਂ ਰੋਟੀਆਂ ਖਾਣ ਨੂੰ ਬਹੁ ਘੱਟ ਮਿਲਦੀਆਂ ਸੀ ਲੋਕੀ ਲੋਕੀ ਕਦੇ ਕੋਈ ਆਰਾਂ ਸਾਡੇ ਰੋਟੀ ਖਾਓ ਸਾਡੇ ਰੋਟੀ ਖਾਓ ਜਿਹੜੀ ਅਸੀਂ ਚੱਲੀ ਜਾਂਦੇ ਸੀ ਇੰਨਾ ਪਿਆਰ ਮੁਹੱਬਤ ਆ ਉਹਦਾ ਬਹੁਤ ਐ ਉਹਨਾਂ ਨੂੰ ਐ ਹੁੰਦਾ ਸੀ ਵੀ ਇੰਡੀਆ ਤੋਂ ਆਇਆ ਇੰਡੀਆ ਕਹਿੰਦੇ ਨੇ ਉਧਰ ਅੱਛਾ ਜੀ ਇੰਡੀਆ ਇੰਡੀਆ ਤੋਂ ਆਇਆ ਇੰਡੀਆ ਦਾ ਜਾਂ ਹਿੰਦੁਸਤਾਨ ਕਹਿੰਦੇ ਨੇ ਹੂੰ ਹਿੰਦੁਸਤਾਨ ਜਨ ਇੰਡੀਆ ਵੱਧ ਗਏ ਨੇ ਹੂੰ ਆ ਰੰਗ ਨਾ ਚਾਹ ਛੜ ਜਾਂਦਾ ਜਿਵੇਂ ਚੋਹ ਜਾਂਦਾ ਜੀ ਜਿਹੜਾ ਆਪਣਾ ਪਰਿਵਾਰ ਅੱਧਾ ਉਧਰ ਅੱਧਾ ਇੱਧਰ ਇਹ ਹੱਲਿਆ ਮੌਕੇ 47 ਮੌਕੇ ਠੀਕ ਹੈ ਹਾਂ ਹਾਂ ਇਹ 47 ਵੀਲੇ ਨਾ ਸਾਡੇ ਬਾਬੇ ਉਹ ਨਹੀਂ ਪਹਿਲਾਂ ਦੱਸ ਦਿੰਦਾ ਸੀ ਕਿ ਸੀਗੇ ਉਧਰ ਨਾ ਬਾਬੇ ਉਹਨਾਂ ਦੀ ਕੋਈ ਭੂਆ ਸੀਗਾ ਨਹੀਂ ਯਾਰ ਉਹਨੂੰ ਛੱਡਣ ਗਏ ਸੀਗੇ ਇਹ ਹਮ ਪਹਿਲਾਂ ਵੀ ਛੱਡ ਕੇ ਆਏ ਨੇ ਇੱਕ ਦਿਨ ਤਣੂ ਛੱਡ ਕੇ ਮੁੜੇ ਆਉਂਦੇ ਸੀਗੇ ਉਹ ਹਮ ਉਦੋਂ ਬਾਅਦ ਜੋ ਦੁਬਾਰੇ ਫੇਰ ਛੱਡਣ ਗਏ ਨੇ ਇਹ ਹਮ ਉਦੋਂ ਬਾਅਦ ਰਾਤ ਨੂੰ ਐਸੇ ਇਹਨਾਂ ਨੇ ਇਹ ਕਹਿੰਦੇ ਚੱਲ ਰਹਿ ਪੋ ਉੱਥੇ ਤੁਸੀਂ ਕੱਲ ਨੂੰ ਚਲੇ ਜਾਇਓ ਪਹਿਲਾਂ ਪਹਿਲਾਂ ਹੁੰਦਾ ਸੀ ਮੁੜੇ ਆਉਂਦੇ ਸੀਗੇ ਉਦੋਂ ਬਾਅਦ ਰਾਤ ਨੂੰ ਸੇ ਲੋਕਡਾਊਨ ਲੱਗ ਗਿਆ ਉਧਰ ਅੱਛਾ ਗੰਬੀ ਜਣ ਕਹਿੰਦੇ ਉਧਰੋਂ ਇੰਡੀਆ ਤੋਂ ਇੱਧਰ ਆ ਜਾਣਗੇ ਇੱਧਰle ਉਧਰ ਨਹੀਂ ਮੁੜਨਗੇ ਅੱਛਾ ਹਾਂ ਸਾਡੇ ਦਾਦੇ ਨੂੰ ਯਾਰ ਤਿੰਨ ਸੀਗੇ ਤਿੰਨ ਭਾਈ ਸਾਡੇ ਦਾਦੇ ਉਹਨਾਂ ਦੇ ਉਹ ਤਿੰਨ ਤਾਂ ਉਧਰ ਰਹਿ ਗਏ ਫਿਰ ਤਿੰਨ ਇੱਧਰ ਆ ਗਿਆ ਸਾਡੇ ਨੂੰ ਜਿਵੇਂ ਹਮਲੇ ਨਾ ਸਾਡਾ ਇਧਰ ਪਰਿਵਾਰ ਆਉਣਾ ਹੀ ਹੜਾ ਉਧਰ ਸੀਗਾ ਹੂੰ ਐ ਸੀਗਾ ਉਹ ਹੱਲਿਆਂ ਵੇਲੇ ਰਾਤ ਨੂੰ ਲਾਕਡਾਊਨ ਨੇ ਪੰਗਾ ਪਾਇਆ ਬਸ ਹੂੰ ਫਿਰ ਉਦੋਂ ਬਾਅਦ ਚ ਫਿਰ ਬਾਅਦ ਜੋ ਉਧਰ ਹੋ ਕੇ ਰਹਿ ਗਏ ਫਿਰ ਉਦੋਂ ਬਾਅਦ ਚ ਉਹ ਇਧਰ ਆਉਂਦੇ ਰਹੇ ਨੇ ਬਹੁਤ ਟਾਈਮ ਵੀਜ਼ਾ ਲਵਾ ਕੇ ਆਉਂਦੇ ਰਹੇ ਨੇ ਉਹ ਫਿਰ ਉਧਰ ਦੇ ਜਾਨੀ ਨਾਗਰਿਕ ਬਣ ਗਏ ਉਹ ਹੂੰ ਉਹਨੇ ਨਾਗਰਿਕ ਬਣਨ ਕਰਕੇ ਫਿਰ ਉਹ ਆਉਂਦੇ ਰਹੇ ਨੇ ਕਾਫੀ ਕਹਿੰਦੇ ਸਾਡੇ ਦੱਸ ਦਿੰਦੇ ਨੇ ਵਿੱਚ ਬੰਦੇ ਆ ਕੇ 6-6 ਮਹੀਨੇ ਇੱਧਰ ਰਹਿ ਜਾਂਦੇ ਸੀ ਅੱਗੇ ਪਹਿਲਾਂ ਹੋਰ ਚੱਕਰ ਸੀ ਵੀਜ਼ਾ ਵੱਧ ਟਾਈਮ ਰਹਿ ਜਾਂਦੇ ਸੀ ਪਹਿਲਾਂ ਟਾਈਮ ਆ ਪਹਿਲਾਂ ਕੱਟ ਸੀਗਾ ਨਾ ਇਹ ਚੀਜ਼ਾਂ ਦਾ ਹਾਂ ਫਿਰ ਹੁਣ ਤਾਂ ਬਾਅਦ ਤਾਂ ਨਹੀਂ ਮਹੀਨੇ ਦਾ ਵੀਜ਼ਾ ਹੀ ਲੱਗਦਾ ਹੁੰਦਾ ਸੀਗਾ ਜਦੋਂ ਅਸੀਂ ਜਾਂਦੇ ਹਾਂ ਮਹੀਨੇ ਦਾ ਹੁਣ ਤਾਂ ਮਹੀਨੇ ਦਾ ਮਹੀਨੇ ਤੋਂ ਪਹਿਲਾਂ ਪਹਿਲਾਂ ਮੁਰਦਦਾ ਹੁੰਦਾ ਹੂੰ ਜਿਵੇਂ ਸਮਝ ਲੈ 4 ਹਫ਼ਤੇ ਲਾ ਵੀਜ਼ਾ ਹੋ ਗਿਆ ਜਾਨਸਾਲ ਥਾਣੇ 'ਚ ਵੀ ਲਿਖਾਉਣਾ ਪੈਂਦਾ ਉੱਥੇ। ਅੱਛਾ। ਹਾਂ ਚਲੇਗਾ ਰਾਤ ਨੂੰ ਰਾਤ ਆਥਨੇ ਜਾਣੇ ਚਲੇਗਾ ਦੂਜੇ ਦਿਨ ਸਵੇਰੇ ਜਾਣੇ ਸਵੇਰੇ 'ਚ ਥਾਣੇ ਜਾਣਾ ਪੈਂਦਾ ਸਾਨੂੰ ਪਹਿਲਾ ਕੰਮ ਹੁੰਦਾ। ਅੱਛਾ ਜ਼ਰੂਰੀ ਹੈ। ਹਾਂ ਆਪਾਂ ਨੂੰ ਬਾਰਡਰ ਤੋਂ ਫਾਰਮ ਮਿਲਿਆ ਹੁੰਦਾ। ਹੂੰ। ਉੱਥੇ ਐਂਟਰੀ ਪਾਉਣੀ ਪੈਂਦੀ ਆ ਵੀ ਹਾਂ ਅਸੀਂ ਉਰੇ ਪਹੁੰਚ ਗਏ। ਵੀ ਇਹਨਾਂ ਰਿਸ਼ਤਦਾਰਾਂ ਦੇ ਆਪਣੇ ਉਹ ਰਿਸ਼ਤਦਾਰਾਂ ਦੀ ਆਈਡੀ ਲੱਗਦੀ ਆ। ਅੱਛਾ ਅੱਛਾ। ਉਧਰੋਂ ਵੀ ਹਾਂ ਸਾਡੇ ਕੋਲੇ ਆ ਕੇ ਹੂੰ ਜਿੰਨਾ ਕੋਲੇ ਆਪਾਂ ਜਾਵਾਂਗੇ ਉਹਨਾਂ ਕੋਲੇ ਜਣੀ ਆਪਾਂ ਨੂੰ ਵੱਧ ਰਹਿਣਾ ਪੈਂਦਾ ਹੂੰ ਤੇ ਇਹਨਾਂ ਦੀ ਆਈਡੀ ਤੇ ਗਏ ਹੋਣੇ ਆ ਹਾਂ 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 ਉਹਨਾਂ ਦੇ ਨਾਲ ਉੱਥੇ ਵੱਧ ਰਹਿਣਾ ਪੈਂਦਾ ਹੂੰ ਜੇ ਕਿਤੇ ਪਰਾ ਉਹਨਾਂ ਨੂੰ ਜਾਣਾ ਪੈਂਦਾ ਤਾਂ ਉਹਨਾਂ ਰਿਸ਼ਦਾਰ ਨਾਲ ਲੈ ਕੇ ਜਾਣਾ ਪੈਂਦਾ ਅ ਜਿਵੇਂ ਉਹਦਾ ਰਾਹ ਖੋਲਿਆ ਉਹ ਤੇ ਤਾਂ ਪਾਸਪੋਰਟ ਦੀ ਲੋੜ ਤਾਂ ਸ਼ਾਇਦ ਪੈਂਦੀ ਆ ਪਰ ਬੀਜੇ ਦੀ ਨਹੀਂ ਉਹ ਤਾਂ ਨੇ ਉਹ ਤਾਂ ਧੰਬਰ ਸਾਰੇ ਆਪਣੇ ਮਿਲ ਜਾਂਦਾ ਉਹ ਉਹ ਫਿਰ ਪਾਕਿਸਤਾਨ ਘੁੰਮ ਨਹੀਂ ਸਨ ਸਕਦੇ ਅੱਛਾ ਉਹ ਕੱਲਾ ਉਹਦਾ ਕਰਤਾਰਪੁਰ ਸਾਹਿਬ ਹਾਂ ਉਹਦਾ ਕਰਤਾਰਪੁਰ ਸਾਹਿਬ ਦਾ ਹੀ ਗੱਲਾ ਲੱਗਦਾ ਉਹਨਾਂ ਦਾ ਮੈਨੂੰ ਆਦਾ ਹੂੰ ਵੱਧ ਤੋਂ ਵੱਧ ਜੇ ਕੀ ਆਮ ਪ੍ਰਸਾਦ ਉੱਥੇ ਆ ਚ ਲਾਹੌਰ ਗੱਡੇ ਆਉਂਦੇ ਨੇ ਢੇੜਾ ਵਿੱਚ ਵਿੱਚ ਬੰਦੇ ਜਿਹੜੇ ਕੋਈ ਕੋਈ ਉਹ ਵੀ ਹੂੰ ਨਹੀਂ ਤਾਂ ਉਹ ਕਾਨੂੰ ਅੱਜ ਤਾਂ ਦੂਜੇ ਰੋੜੇ ਜਾਂਦੇ ਜੀ ਤਾਂ ਸਾਰੇ ਉੱਚ ਪਰਾਂ ਜਾਇਆ ਆਉਂਦੇ ਜੀ ਕਿ ਕਈ ਸਾਰਾਂ ਸਾਡਾ ਡਟ ਜਾਇਆ ਆਉਂਦੇ ਜੀ ਤਾਂ ਵੀ ਨਾ ਰਹਿਣਾ ਫਿਰ ਮਹੀਨੇ ਚ ਉਹ ਤੁਹਾਡੇ ਕੋਲ ਫਿਰ ਵੀਜ਼ਾ ਹੁੰਦਾ ਸੀ ਨਾ ਪ੍ਰੋਪਰ ਵੀਜ਼ਾ ਹੁੰਦਾ ਸੀ ਉਹ ਵੀਜ਼ਾ ਪ੍ਰੋਪਰ ਵੀਜ਼ਾ ਲੱਗਣ ਕਰਕੇ ਫਿਰ ਸਾਰੇ ਮੈਨਾਂ ਕੋਈ ਫਰਕ ਲੱਗਿਆ ਇੰਡੀਆ ਤੇ ਪਾਕਿਸਤਾਨ ਦਾ ਨਹੀਂ ਮੈਨੂੰ ਨਹੀਂ ਮੈਨੂੰ ਨਹੀਂ ਕੋਈ ਫਰਕ ਫਰਕ ਲੱਗਿਆ ਮੈਨੂੰ ਕਹਦਾ ਹਮ ਇੱਕੋ ਹੀ ਗੱਲ ਬਾਤ ਉਹੀ ਪੰਜਾਬ ਉੱਥੇ ਆ ਉਹ ਜੇ ਆਪਣੇ ਇਧਰਲੇ ਲੱਗਦੇ ਸੀ ਉਹ ਜੀ ਇਧਰ ਓਵੇਂ ਪਾਸੇ ਜਾਂ ਸਮੀ ਆਪਣੀ ਵਾਲੀ ਆ ਜਦੋਂ ਹਮ ਅੱਬ ਜੋ ਬੋਲੀ ਆਪਣੇ ਵਾਲੀ ਆ ਬਸ ਬਸ ਬੋਲੀ ਕਰਕੇ ਉਹ ਸਾਰਾ ਹੀ ਐਨ ਵਧੀਆ ਆਪਣੇ ਵਾਲਾ ਬੋਲੀ ਬੋਲਦੇ ਨੇ ਉਹ ਹਮ ਹਮ ਆਪਣੇ ਮੰਗੂਏ ਘਰ ਨੇ ਯਾਰ ਆਕਣੇ ਉਹਨੇ ਸਾਰਾ ਕੁਝ ਹੀ ਆਹ ਜਿਹੜੇ ਸ਼ਹਿਰਾਂ ਜਿਵੇਂ ਆਪਾਂ ਪਿੰਡਾਂ ਵਾਲੇ ਬੰਦੇ ਆ ਆਪਾਂ ਨੂੰ ਪਿੰਡਾਂ ਵਾਲੇ ਬੰਦੇ ਵਧੀਆ ਲੱਗਦੇ ਹੁੰਦੇ ਹੁੰਦੇ ਨੇ ਸ਼ਹਿਰਾਂ ਨਾਲ ਸ਼ਹਿਰਾਂ ਜਦੋਂ ਉਧਰ ਜਾ ਕੇ ਸਾਰਾ ਉਹ ਹੋ ਜਾਈ ਲੱਗਦਾ ਪਿੰਡਾਂ ਚਲੇ ਜਾਂਦੇ ਜੀ ਫਿਰ ਤਾਂ ਇਹ ਲੱਗਦਾ ਜਿਵੇਂ ਵੀ ਆਪਣਾ ਉਧਰ ਹੀ ਆਪਣੇ ਵਾਲੇ ਵੀ ਫਿਰਦੇ ਆ ਸਹੀ ਤਾਂ ਆਪਣੇ ਵਿੱਚ ਸਾਰੇ ਏਕ ਨਹੀਂ ਲੋਕਾਂ ਦੇ ਘਰ ਬਾਹਰ ਉਹ ਵੀ ਰਹਿਣੀ ਸਹਿਣੀ ਆਪਣੇ ਪਿੰਡਾਂ ਨੇ ਬਸ ਬਸ ਇੰਨਾ ਕੀ ਫਰਕ ਆ ਆਪਣੇ ਥੋੜੇ ਕੁਰਤੇ ਵੀ ਅੰਮੇ ਪਾਉਂਦੇ ਨੇ ਉਸ ਸਲਵਾਰ ਛੁੱਟ ਪਾਉਂਦੇ ਨੇ ਹਾਂ ਉਹ ਥੋੜਾ ਡਰੈਸ ਕੋਡ ਦਾ ਤਾਂ ਫਰਕ ਆ ਹਾਂ ਬਸ ਆਹੀ ਗੱਲਾ ਉਧਰ ਜਾਣੇ ਕੁਰਤੇ ਜਿਵੇਂ ਨਹੀਂ ਪਾਉਂਦੇ ਸਲਵਾਰ ਛੁੱਟ ਪਾਉਂਦੇ ਹਾਂ ਉਹ ਪਠਾਣੀ ਕਹਿੰਦੇ ਨੇ ਨਾ ਹਾਂ ਉਹਨਾਂ ਨੇ ਸਲਵਾਰ ਜਾਨੀ ਉਧਰ ਕੋੜਤਾ ਜਮਾਨੀ ਪੰਡ ਸ਼ਰਟ ਦਾ ਪਾ ਲਈ ਪੰਡ ਸ਼ਰਟ ਹਾਂ ਜਾ ਪੋਟ ਵਾਲੀ ਸਲਵਾਰ ਜੀ ਕੋੜਤਾ ਮੈਨੂੰ ਸਲਵਾਰ ਛੋਟ ਪਾਉਂਦੇ ਨੇ ਪੱਕੀ ਸਲਵਾਰ ਛੋਟ ਪਾਉਂਦੇ ਨੇ ਹਾਂ ਮੈਂ ਵੀ ਪਾ ਕੇ ਦੇਖੀ ਸਲਵਾਰ ਛੋਟ ਉਧਰ ਤਾਂ ਰਹਿ ਪੈਂਦੀ ਪਾਪੂ ਲੈਂਦੇ ਜੀ ਇਧਰ ਤਾਂ ਪੂਰੀ ਲੈਦੀ ਆ ਨਾ ਆਪਾਂ ਨਹੀਂ ਪਾ ਸਕਦੇ ਆਪਾਂ ਨੂੰ ਲਾਦਾ ਵੀ ਯਾਰ ਸ਼ਰਮ ਆਉਂਦੀ ਆ ਇਧਰ ਲੈ ਆਂਦੀ ਨਹੀਂ ਜੀ ਕਦੇ ਉਧਰ ਹੀ ਲਾ ਕੇ ਰੱਖਦੇ ਹਾਂ ਬੋਰਟ ਲਈ ਜੈਸਾ ਦੇਸ਼ ਵੈਸਾ ਪੇਸ ਹੈ ਉਹੋ ਜਿਹੀ ਹੋ ਜਾਂਦਾ ਬੰਦਾ ਜੈ ਹਾਂ ਉਥੇ ਉਹੋ ਜਿਹੀ ਸੋਹਣਾ ਲੱਗਦਾ ਨਾ ਹਾਂ ਫਰਾਂ ਹੁੰਦਾ ਨਾਲੇ ਜੇ ਕਿਤੇ ਬੰਦਾ ਪਰੇ ਉਰੇ ਬਾਹਰੇ ਅੰਦਰ ਜਾਂਦਾ ਨਾਉ ਨਾਮ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਇਹ ਬੰਦੇ ਬਾਹਰੋਂ ਆਏ ਨੇ ਉਹਦੇ ਹੋ ਜਾਂਦਾ ਫਿਰ ਉਹਨਾਂ ਵਿਚੇ ਰਲ ਜਾਂਦਾ ਸਹੀ ਗੱਲ ਜੇ ਫੇ ਕੱਪੜੇ ਜਿਹੜੇ ਅੱਡ ਦੇ ਪਾਵਾਂਗੇ ਅਗਲਾ ਹਰ ਇੱਕ ਦੇਖਦਾ ਵੀ ਇਹ ਕਿਨੇ ਬਾਹਰੋਂ ਆਇਆ ਕਿ ਨਹੀਂ ਕਿ ਕਿੱਧਰੋਂ ਆਇਆ ਕਿੱਧਰੋਂ ਨਹੀਂ ਹਾਂ 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 ਇਕਰ ਮੂ ਵੀ ਪਾਬੰਦੀ ਹੁੰਦੀ ਆ ਥੋੜੀ ਜਿਹਾ ਆਪਾਂ ਜਿਹੜੇ ਸ਼ਹਿਰ ਚ ਜਾਂਦੇ ਆ ਉਹੀ ਸ਼ਹਿਰ ਦਾ ਵੀਜ਼ਾ ਹੁੰਦਾ ਬੜਾ ਜ਼ਿਆਦਾ ਅੱਛਾ ਹਾਂ ਅੱਛਾ ਯਾਨੀ ਮੂ ਹੀ ਨਹੀਂ ਕੰਮ ਬਸ ਸਕਦੇ ਵੀ ਪੱਛੀ ਯਾਦ ਨਹੀਂ ਆਪਾਂ ਕੰਮ ਛਾਦੇ ਹੈਗੇ ਹਾਂ ਉਹਦਾ ਬਸ ਉਹ ਬਸ ਮਾੜਾ ਮੋਟਾ ਪਾਲੇਦਾਂ ਚਲੇ ਜਾਂਦੇ ਆ ਯਾਨੀ ਜ਼ਿਆਦਾ ਤਾਂ ਆਪਾਂ ਜਿੱਥੇ ਜਾਨੀ ਗਏ ਹੁੰਨੇ ਆ ਵੀ ਆਹ ਰਿਸ਼ਤੇਦਾਰ ਜਾਨੀ ਸ਼ਹਿਰ ਦਾ ਵੀਜ਼ਾ ਸ਼ਹਿਰ ਦਾ ਮਤਲਬ ਹਾਂ ਉੱਥੇ ਜਾਂ ਸ਼ਹਿਰ ਜਾਂ ਪਿੰਡ ਜਿੱਥੇ ਵੀ ਚਲੇ ਜਾਓ ਉੱਥੇ ਦਾ ਹੀ ਵੀਜ਼ਾ ਹੁੰਦਾ ਬੜਾ ਹਾਂ ਨਾ ਬਾਕੀ ਸਾਡੇ ਹੋਰ ਰਿਸ਼ਤੇਦਾਰ ਉੱਤੇਦਾਰ ਨੇ ਰਿਸ਼ਤੇਦਾਰੀਆਂ ਬਹੁਤ ਨੇ ਪਾਕਿਸਤਾਨ ਚ ਹਾਂ ਬਾੜਾ ਮਹੀਨਾ ਤੋਂ ਹੀ ਨੰਗਿਆਂ ਦਾ ਪਤਾ ਹੀ ਲੱਗਦਾ ਹੈਗਾ ਮੈਨੂੰ ਆਪ ਆਪਣੇ ਗਾਂਹਾਂ ਦੇ ਗਾਂ ਇੱਕ ਦਿਨ ਉਹਦੇ ਕੋਲੇ ਨਫਰਤ ਫੁਲਾਈ ਪਈ ਆ ਵੈਸੇ ਹੀ ਪਾਕਿਸਤਾਨ ਮਾੜਾ ਪਾਕਿਸਤਾਨ ਮਾੜਾ ਉਹ ਤਾਂ ਜਿਹੜੇ ਮਾੜੇ ਹੁੰਦੇ ਨੇ ਨਾ ਸਾਰੇ ਦੇਸ਼ਾਂ ਜੀ ਹੁੰਦੇ ਨੇ ਬੰਦੇ ਹੁਣ ਆਪਣੇ ਵੀ ਵਿੱਚ ਬੰਦੇ ਜਿਹੜੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਹੂੰ ਵਧੀਆ ਵੀ ਵਧੀਆ ਬੰਦੇ ਮਾੜੇ ਵੀ ਹੋ ਜਾਂਦੇ ਨੇ ਏਰੀ ਏਰੀ ਅੱਡ ਹੋ ਜਾਂਦੇ ਨੇ ਹੌਲੀ ਹੌਲੀ ਜਿਉਂ-ਜਿਉ ਬੰਦਾ ਨਾ ਘਰੋਂ ਬਾਹਰ ਜਾਂਦਾ ਫਿਰ ਪਤਾ ਲੱਗ ਜਾਂਦਾ ਬੰਦਿਆਂ ਨੂੰ ਵੀ ਕਹੇ ਆ ਉਹ ਆ ਜਿਹੜੇ ਬੰਦੇ ਹੁਣ ਦੁਨੀਆਦਾਰੀ ਦੇਖਦੇ ਰਹਿੰਦੇ ਨੇ ਅੱਖੀਂ ਦੇਖ ਕੇ ਪਤਾ ਲੱਗਦਾ ਹੁੰਦਾ ਜਿਹੜੇ ਨਹੀਂ ਉਧਰੇ ਪੰਜਾਬ ਵਾਲੇ ਲੋਕ ਨੇ ਉਹ ਤਾਂ ਬਹੁਤ ਵਧੀਆ ਨੇ ਉਹ ਤਾਂ ਬਹੁਤ ਮਿਲਬਰਤਨ ਕਰਦੇ ਨੇ ਜਦੋਂ ਬੰਦਾ ਉਧਰ ਜਾਂਦਾ ਉਹਦਾ ਘੂਰਹਿਣ ਵਧੀਆ ਕਰਦੇ ਨੇ ਤਾਂ ਕਹਿੰਦਾ ਨੂੰ ਆਇਆ ਹੁੰਦਾ ਵੀ ਵਾਹੇ ਪੁਰਾਣਾ ਪੁਰਾਣੇ-ਪੁਰਾਣੇ ਬੰਦੇ ਮਿਲਦੇ ਨੇ ਉਧਰ ਆਪਦੇ-ਆਪ ਦੇ ਪਿੰਡਾਂ ਦੇ ਜਿਹੜੇ ਉਧਰ ਵੀ ਜਿਹੜੇ ਨੂੰ ਬੰਦੇ ਜਿਹੜੇ ਪਿੰਡਾਂ ਚੋਂ ਨੋਂ ਗਏ ਹੋਏ ਨੇ ਜਿਵੇਂ ਸਮਝਦਾ ਇਧਰੋਂ ਕਿ ਜਿਹੜੇ ਪਿੰਡ ਚੋਂ ਗਏ ਉਧਰ ਉਹੀ ਪਿੰਡ ਦੇ ਨਾਂ 'ਤੇ বাজਦੇ ਨੇ ਪਰਿਵਾਰ ਅੱਛਾ ਵੀ ਇਹ ਫਲਾਨੇ ਵਾਲੇ ਨੇ ਇਹ ਫਲਾਨੇ ਵਾਲੇ ਨੇ ਅੱਛਾ ਅੱਛਾ ਹੁਣ ਮੇਰੇ ਮੇਰੇ ਨਾਨਕੇ ਆਏ ਸੀਗੇ ਉਹ ਇੱਥੋਂ ਇੱਥੋਂ ਗਏ ਹੋ ਜੀਗੇ ਪੈਲਪੜੋਂ ਕੋਟ ਉਹ ਉਧਰ ਕੋਟ ਵਾਲੀ বাজਦੇ ਨੇ ਉਹ ਅੱਛਾ ਅੱਛਾ ਜਿਵੇਂ ਪਰਵਾਲਾ ਚਲੇ ਜਾਂਦੀ ਉੱਥੇ ਆਪਣੀ ਬੱਜੀ ਜਾਂਦੇ ਨੇ ਉਹ ਪੁਰਾਣੇ ਉੱਠ ਕੇ ਜਿਵੇਂ ਆ ਗਏ ਹੋਏ ਨੇ ਇਧਰੋਂ ਉਹੀ ਜਾਨੀ ਪਿੰਡ ਦਾ ਨਾਮ ਉਹਨਾਂ ਦੇ ਨਾਲ ਬੋਲਦਾ ਉਹਨਾਂ ਦੇ ਜਿੰਨੇ ਵੀ ਪੁਰਾਣੇ ਸ਼ੌਕੜ ਸਾਰਾ ਹਨਾ ਜਿਹੜੇ ਪੁਰਾਣੇ ਬੰਦੇ ਗਏ ਨੇ ਸਭ ਦਾ ਓਕਣੇ ਨੌਂ ਗੋਲ ਦੇ ਨੇ ਹੂੰ ਵਧੀਆ ਜਾਣਾਂ ਦਾ ਚਾਹੀਦਾ ਪਤਾ ਲੱਗਦਾ ਉਹ ਦੇਖ ਕੇ ਪਤਾ ਲੱਗਦਾ ਜਿਵੇਂ ਇੱਥੋਂ ਨਫਰਤਾਂ ਫਲਾਈ ਜਾਂਦੇ ਨੇ ਹਨਾ ਦੇਖ ਕੇ ਪਤਾ ਲੱਗਦਾ ਵੀ ਅਸਲ ਚ ਹੈ ਕਿਦਾਂ ਦੇ ਨੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਉਹਨਾਂ ਦਾ ਸਿਆਸਤੀ ਚੀਜ਼ਾਂ ਨੇ ਲੋਕ ਤਾਂ ਸਾਰੇ ਉੱਤਰਵਾਦੀ ਵੀ ਯਾਰ ਉੱਧਰ ਬਹੁਤ ਵਧੀਆ ਕਬੂਤਰਵਾਦੀਆ ਬਹੁਤ ਵਧੀਆ ਸ਼ੌਂਕ ਨਾਲ ਕਬੂਤਰ ਉੱਧਰ ਰੱਖੇ ਨੇ ਉੱਧਰ ਵੀ ਖੁੱਡੇ ਆਪਾਂ ਦਾ ਵੀ ਬਹੁਤ ਵੱਡੇ ਵੱਡੇ ਖੁੱਡੇ ਪਾਦੇ ਨੇ ਉਹਨਾਂ ਦਾ ਹੂੰ ਉਹਦਾ ਉੱਪਰ ਨਾਲ ਜਾਲ ਅੱਡ ਅੱਡ ਵੱਡੇ ਵੱਡੇ ਜਾਲ ਲਾਏ ਨੇ ਉਹਨਾਂ ਦੇ ਤਾਂ ਹੂੰ ਜਿਹੜਾ ਖੁੱਡਾ ਆਪਦਾ ਖੁੱਡੇ ਦੇ ਉੱਪਰ بڑے بڑے ਜਾਲ ਬਿੜੀਆਂ 'ਚ بڑے بڑے ਖੁੱਡੇ ਖੁੱਲੇ ਹੂੰ ਪਹਿਲਾਂ ਪਹਿਲਾਂ ਹਜੇ ਆਪਣੇ ਖੁੱਡੇ ਛੋਟੇ ਹੁੰਦੇ ਸੀ ਉਹਨਾਂ ਦੇ ਖੁੱਡੇ ਮੈਂ ਪਹਿਲਾਂ ਵੀ ਦੇਖਦੇ ਬਹੁਤ ਵੱਡੇ ਵੱਡੇ ਖੁੱਡੇ ਹੁੰਦੇ ਸੀਗੇ ਹੂੰ ਪਾਕਿਸਤਾਨ ਦੇ ਵਿੱਚ ਹੂੰ ਪਹਿਲਾਂ ਹੀ ਬਹੁਤ ਯਾਨੀ ਵਧੀਆ ਸਾ ਮਗੂਮੀ ਬੜਾ ਲਾਹੌਰ ਚ ਵਾਲੇ ਕਬੂਤਰ ਰੱਖੇ ਨੇ ਮੈਂ ਸਾਰਨਾ ਵੱਧ ਦੇਖਿਆ ਤੇ ਲਾਹੌਰ ਕਬੂਤਰ ਰੱਖੇ ਹੋਦੇ ਹੂੰ ਲਾਹੌਰ ਬਹੁਤ ਲਾਹੌਰ ਕੋਈ ਇਹੋ ਜਿਹੀ ਸੱਤ ਨਹੀਂ ਹੋਣੀ ਜਿਹਦੇ ਕਬੂਤਰ ਨਾ ਰੱਖੇ ਹੋਣ ਅੱਛਾ ਹੂੰ ਲਾਹੌਰ ਵਾਲੇ ਕਬੂਤਰ ਰੱਖੇ ਹੋਏ ਨੇ ਲਾਹੌਰ ਤਾਂ ਯਾਨੀ ਮੈਂ ਨਾ ਘਰ ਘਰ ਕਬੂਤਰ ਪਲੇਅਰ ਵੀ ਲਾਹੌਰ ਦੇ ਵਿੱਚ ਬਹੁਤ ਆਲਦਾਰ ਬਹੁਤ ਵਧੀਆ ਵਧੀਆ ਉੱਥੇ ਤਾਂ ਕਿਸੇ ਨੂੰ ਜਾਣਦਾ ਖਿਡਾਰੀ ਨੂੰ ਖਿਡਾਰੀ ਬਹੁਤ ਨੇ ਹੁਣ ਪੁਰਾਣੇ ਹੋ ਗਏ ਸਾਰੇ ਬਰੋਸੇ ਕਿਸੇ ਦਾ ਨਾਮ ਤਾਂ ਨਹੀਂ ਯਾਦ ਉੱਥੇ ਦਾ ਨਾ ਨਾ ਇਹ ਤਾਂ ਉਹਨੇ ਆਪਣੇ ਆਕੇ ਗਿਆ ਉਹ ਰਾਣਾ ਉੱਥੇ ਦਾ ਹੀ ਆ ਉਹ ਹਾਂ ਮਤਲਬ ਉੱਥੇ ਰਹਿੰਦਾ ਸੀਗਾ ਉਹਦਾ ਏਰੀਆ ਵੀ ਉੱਥੇ ਸੀਗਾ ਪਾਕਿਸਤਾਨ 'ਚ ਫੈਸਲਾਬਾਦ 'ਚ ਆਪਣੇ ਆਕੇ ਆਪਨੇ ਕਿੱਥੇ ਕਰਕੇ ਕੁੱਪ ਵੀ ਆਕੇ ਗਿਆ ਸੀਗਾ ਉਹ ਅੱਛਾ ਉਧਰ ਪਾਕਿਸਤਾਨ ਦੇ ਕੂਤਰਵਾਜ ਰਾਣਾ 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 ਅੱਛਾ ਇੱਧਰ ਆ ਗਿਆ ਦਲਮਾਲੇ ਸਕੂਲ ਨਾਲ ਕੋਲ ਰਹਿ ਕੇ ਗਿਆ ਸੀਗਾ ਜੀ ਉਹ ਅੱਛਾ ਇੱਥੇ ਰਹਿ ਕੇ ਗਿਆ ਜੀ ਪੁਰਾਣਾ ਉਹ ਕੀ ਕੱਲਾ ਰਾਣਾ ਹੀ ਰਾਣਾ ਰਾਣਾ ਹੀ ਕਹਿੰਦੇ ਸੀ ਉਹਨੂੰ ਹੂੰ ਵਧੀਆ ਨਾ ਉੱਤਰਪਾਕਿਸਤਾਨ ਸੇ ਵੀ ਵਧੀਆ ਕਾਰੋਬਾਰ ਬਹੁਤ ਆਕੜਾ ਵਧੀਆ ਉਹਦਾ ਹੈਗੇ ਪਿੰਡ ਦੇ ਨੇ ਉੱਥੇ ਜਾਨੀ ਉੱਥੇ ਸ਼ਹਿਰ ਸੇ ਦੁਕਾਨਾਂ ਤੋਂ ਕੋਨਾ ਬਹੁਤ ਨੇ ਉਹਨਾਂ ਦੇ ਹੱਥ ਹੂੰ ਤੇ ਐਸੇ ਖਾ ਚੱਲ ਰਿਹਾ ਕਿ ਕਰਾ ਨਾ ਮੈਨੂੰ ਤਾਂ ਮਹੀਨਾ ਰਹਿ ਗਿਆ ਜਿਹੜਾ ਨੇ ਉਹਨਾਂ ਕੋਲ ਅੱਛਾ ਸਕੂਲ ਉਹਨਾਂ ਕੋਲ ਦਿਲਵਾਇਆ ਹੋਇਆ ਹੂੰ ਹੂੰ ਮਲੇ ਕੋਲੇ ਆਇਆ ਜੀ ਕਿ ਇੱਥੇ ਰਹਿ ਕੇ ਗਏ ਨੇ ਰਾਲੇ ਦਾਲੇ ਜਿੰਨੇ ਆਪਣੇ ਕਪੂਤਰਵਾਦ ਨੇ ਸਾਰਿਆਂ ਨੂੰ ਮਿਲ ਕੇ ਗਿਆ ਉਹ ਅੱਛਾ ਹੂੰ ਉਹਨੂੰ ਬਹੁਤ ਬਾਲਾ ਸੌਂਗਾਂ ਵਾਲੇ ਨੂੰ ਮੈਂ ਦੇਖਿਆ ਉਹਨੂੰ ਵੀ ਬਹੁਤ ਜ਼ਿਆਦਾ ਇਸਲਾਮਾਬਾਦ ਹੀ ਰਹਿੰਦਾ ਹਾਂ ਜਿਆਦਾ ਯਾਨੀ ਬਹੁਤ ਸੌਂਗਾਂ ਵਾਲੂ ਜੀ ਉਹ ਟਿਰਾਣਾ ਸਲਾਮਾਬਾਦ ਵੀ ਹੂੰ ਬਹੁਤ ਵੱਡਾ ਸ਼ਹਿਰ ਆ ਆ ਵੀ ਜਿਵੇਂ ਪਗਰੇ ਬਹੁਤ ਵਧੀਆ ਤਾਕੜਾ ਸ਼ਹਿਰ ਆ ਹੂੰ ਹੂੰ ਪੂਰੀ ਵਧੀਆ ਸਹੂਲਤਾਂ ਨੇ ਉੱਥੇ ਵਧੀਆ ਸ ਉਹ ਪੂਰਾ ਤਾਕੜਾ ਹੋਆ ਜੋ ਜਾਂਦਾ ਰਹਿੰਦਾ ਬੰਦਾ ਉਹਨੂੰ ਵੀ ਪਤਾ ਹੁੰਦਾ ਕਿ ਦੂਜੇ ਨੂੰ ਤਾਂ ਹੁੰਦਾ ਵੀ ਕੀ ਹੈਗੀ ਨੇ ਨਹੀਂ ਤਾਂ ਨਫਰਤ ਹੀ ਫੈਲਦੀ ਐ ਇੱਥੋਂ ਦਾ ਬਸ ਪਾਕਿਸਤਾਨ ਗਲਤ ਆ ਬਸ ਇੱਥੇ ਉਹ ਬਸ ਜਿਹੜੇ ਗਲਤ ਬੰਦੇ ਹੁੰਦੇ ਨੇ ਉਹਨੂੰ ਬਦਨਾਮ ਕਰਾਉਂਦੇ ਨੇ ਕਿਉਂਕਿ ਵਾਦੀਆਂ ਉਧਰ ਵੀ ਵਧੀਆ ਹੁੰਦੀਆਂ ਨੇ ਆਪਣੇ ਵੀ ਵਧੀਆ ਹੁੰਦੀਆਂ ਨੇ ਹੁਣ ਤਾਂ ਉਧਰ ਵੀ ਨਾਮ ਵਧੀਆ ਰੱਖਣ ਲੱਗ ਗਏ ਆਪਣੇ ਵੀ ਨਾਮ ਵਧੀਆ ਰੱਖਣ ਲੱਗ ਗਏ ਉਧਰ ਵੀ ਐਵੇਂ ਮੋਟਰਸਾਈਕਲ ਜਿਵੇਂ ਆਹਾ ਹਾਂ ਉਧਰ ਥੋੜਾ ਜਿਹਾ ਮੋਟਰ ਹੈ ਉਧਰ ਹੁੰਦੇ ਨੇ ਹੁਣ ਤਾਂ ਉਧਰ ਵੀ ਬਾਜ਼ੀਆਂ ਬਹੁਤ ਆ ਗਏ ਉਧਰ ਮੋਡ ਥੋੜਾ ਜਿਹਾ ਵੱਧ ਰੱਖਦੇ ਨੇ ਬਾਜ਼ੀਆਂ ਦਾ ਅੱਛਾ ਵੱਧ ਰੱਖਦੇ ਨੇ ਉਧਰ ਵੱਧ ਰੱਖਦੇ ਨੇ ਮੋਡ ਆਪਣੇ ਮੋਡ ਥੋੜਾ ਘੱਟ ਰੱਖਦੇ ਨੇ ਉਧਰ ਤਾਂ 50 50000 ਰੁਪਏ ਦੀ ਮੋਡ ਰੱਖਦੇ ਆ 50 50000 ਹਮ ਕਿਉਂ ਉਧਰ ਤੜੇ ਦੂਜੇ ਰੋੜ ਸਰ ਤਾਂ ਲਾਉਂਦੇ ਨੇ ਸਿੱਧਮ ਸਿੱਧੀਆਂ ਛੱਡ ਲੈਂ ਉਹ ਤਾਂ 10-10000 ਐਮਪੀਆ ਐਂਟਰੀ ਤਾਂ ਆਮ ਆ ਉਧਰ ਅੱਛਾ ਆਪਣੇ ਰੁਪਏ ਦਾ ਵੀ ਥੋੜਾ ਜਿਹਾ ਫਰਕ ਆ ਨਾ ਹਾਂ ਹਾਂ ਆਪਣੇ ਨੂੰ ਆਪਣੇ ਹੁੰਡ ਪਹਿਲਾਂ ਘੱਟ ਫਰਕ ਹੁੰਦਾ ਸੀ ਯਾਰ ਹੂੰ ਪਹਿਲਾਂ ਪਹਿਲਾਂ ਦਾ ਪਹਿਲਾਂ ਪਹਿਲਾਂ ਜਾਂਦੇ ਜਦੋਂ ਬਰਾਬਰ ਜਿਹੀ ਪੈਸੇ ਮਿਲਦੇ ਹੁੰਦੇ ਸੀ ਫਿਰ ਹਾਲੀਵੁੱਡ ਦੀ ਡੂਡੇ ਮਿਲਣ ਲੱਗ ਗਏ ਹੁਣ ਡਬਲ ਦਾ ਫਰਕ ਹੋ ਗਿਆ ਹੂੰ ਹੁਣ ਆਪਣੇ ਨੂੰ ਸਿੱਧਾ ਹੀ ਡਬਲ ਆਪਣੇ ਡਬਲ ਹੁੰਦੇ ਨੇ ਉਧਰ ਜਾ ਕੇ ਹੂੰ ਇੱਕ ਦੇ ਦੋ ਬਣ ਜਾਂਦੇ ਹੂੰ ਪਹਿਲਾਂ ਜਮੇ ਪੂਰੇ ਪੂਰੇ ਜੇ ਮਿਲਦੇ ਹੁੰਦੇ ਸੀ ਫਿਰ ਥੋੜਾ ਜਿਹਾ ਵੱਧ ਮਿਲਣ ਲੱਗ ਗਏ ਥੋੜੇ ਸੋ ਉਥੇ ਵੱਧ ਮੁੱਢ ਹੁੰਦਾ 50 50000 ਰੁਪਏ ਹਾਂ ਉਧਰ ਥੋੜੇ ਹੋਰ ਤਰ੍ਹਾਂ ਦੇ ਬਾਜੀ ਸਿੱਧੀਆਂ ਸਿੱਧਮ ਜਿਹਦੀਆਂ ਬਾਜੀਆ ਵੱਧ ਲਾਉਂਦੇ ਨੇ ਉਹ ਕਿਵੇਂ ਸਿੱਧਮ ਸਿੱਧੀਆਂ ਤੇਰੇ ਨਾਲ ਮੇਰੀ ਸਿੱਧੀ ਬਾਜੀ ਲੱਗ ਗਈ ਐ ਕਹਿੰਦੇ ਨੇ ਅੱਛਾ ਹਾਂ ਉਹਦੇ ਕਾਪੇ ਸੇ ਬਾਜੀਆ ਬੰਨ ਲੈਂਦੇ ਨੇ ਉਹ ਉਹਦੇ ਮੁੜਿਆਂ ਵੱਧ ਬਾਜੀਆ ਇਕਨ ਵੱਧ ਰਿਕਣ ਸਿੱਧਮ ਜਿਹਦੀਆਂ ਬਾਜੀਆ ਵੱਧ ਪੈਸਾ ਲਾਉਂਦੇ ਨੇ 7 ਤੱਕ ਪੁੱਤ ਡਾਉਂਦੇ ਨੇ ਉਹ ਜਿਵੇਂ ਆਪਣੇ ਘਰੇ ਰੱਖ ਕੇ ਡਾਉਂਦੇ ਨੇ ਆਪਣੇ ਘਰੋਂ ਹੀ ਡਾਉਂਦੇ ਨੇ ਅੱਛਾ ਘਰੇ 7 ਦੇ ਡਾਉਂਦੇ ਨੇ ਉਹਦੇ ਵੱਧ ਬਾਜੀਆ ਉਹ ਕਰਦੇ ਨੇ ਲਾਹੌਰ ਸਾਰੀਆਂ ਇੰਨ ਲੱਗਦੀਆਂ ਨੇ ਵੇਲ ਹਾਰਡਾਉਂਦੇ ਨੇ ਸੱਤਾਂ ਦੀ ਰੱਖਿਓ ਨੇ ਲੋਕਾਂ ਦੇ ਜੇ 10 ਟਾਂ ਡਾਤੇ 10 ਮਿੰਟ ਆਤੇ ਉਹਨਾਂ ਦੀ ਵੀ ਸਿੱਧੂ ਮੁੰਜੇ ਤੇ ਪਹਿਲਾਂ ਆਉਂਦੇ ਨੇ ਬਸ ਮਤਲਬ ਦੋ ਪਾਰਟੀਆਂ ਜਾਂ ਮਤਲਬ ਦੋ ਬਦੋਈ ਦੋ ਜਾਂ ਅੱਛਾ ਐਂ ਕਰਕੇ ਲਾਉਂਦੇ ਨੇ ਅੱਡ ਅੱਡੇਕ ਨੂੰ ਵੱਧ ਫਿਰ ਬੰਦ ਵੱਧ ਵੀ ਦੋ ਪਾਰਟੀਆਂ ਨੇ 10 10 ਕਬੂਤਰ ਡਾਤੇ ਹਾਂ ਉਹਨਾਂ ਦੇ ਘੰਟੇ ਗਣਦੇ ਨੇ ਉਹਨਾਂ ਦੇ ਘੰਟੇ ਗਣਦੇ ਕਿੰਨੇ ਘੰਟਿਆਂ ਚ ਕਿਹੜੇ ਕਿਹੜੇ ਬਹਿ ਗਏ ਜਾਂ ਜੋ ਵੀ ਜੇ ਸਮਝ ਲੈ 10 ਕਬੂਤਰ 10 ਦਾ ਘੰਟੇ ਨੂੰ 100 ਹੋੜ ਗਿਆ ਘੰਟਾ ਹੋ ਗਿਆ ਐਂ ਜੋੜਦੇ ਨੇ ਬਸ ਅੱਛਾ ਹੂੰ ਜਾਦੇ ਅਸੀਂ ਲਾਹੌਰ ਜਾਦੇ ਹਨ ਇਕਣੀ ਬਾਜੀਆ ਬਾਕੀ ਜਿਹੜੇ ਪਿੰਡਾਂ ਨੇ ਪਿੰਡਾਂ ਨੂੰ ਆਪਣੇ ਮਗੂਨੇ ਬਾਜੀਆ ਹਮ ਅਸਾਂ ਨੂੰ ਸਿੱਧੀ ਬਾਜੀ ਕਹਿੰਦੇ ਨੇ ਉਹਨੂੰ ਸਿੱਧੂ ਸਿੱਧੀ ਬਾਜੀ ਜਿਹੜੀ ਸਿੱਧੀ ਹੱਕਣ ਲੱਗਦੀ ਆ ਹਮ ਸਰਦ ਹਮ ਬਸ ਉਹ ਜਾਨੀ ਸਿੱਧੂ ਸਿੱਧੀ ਨਹੀਂ ਠੀਕ ਹੈ ਜਿਹੜੀ ਤਾਂ ਆਪਣੀ ਦੜੇ ਚ ਲਾਦੀ ਨੇ ਬਾਜੀ ਦੱਸਦੀ ਇਹ ਚ ਪਤਾ ਲਾ ਸਕਦਾ ਹਮ ਦੋ ਬੰਦਿਆਂ ਚ ਥੋੜਾ ਸੀਗਾ ਉਹ ਸਿੱਧਾ ਇੰਟਰਸਟ ਨਹੀਂ ਨਾ ਫਿਰ ਦੂਜਿਆਂ ਦਾ ਰਹਿੰਦਾ ਜਦੋਂ 100 ਕਿੱਥੇ 100 ਪਲੇਅਰ ਆਇਆ ਹੋਇਆ ਕਿੱਥੇ ਤੋਂ ਆਏ ਆ ਉਹੀ ਹੈ ਨਾ ਕੋਈ ਇੰਟਰਸਟ ਨਾ ਸਾਰੇ ਦੇਖਦੇ ਨੇ ਸਾਰੇ ਸਾਰੇ ਸਾਬ ਨੇ ਆ ਅੱਲਾ ਸੇਰੀ ਸੋ ਸਾਰੇ ਆਵਦੇ ਆਵਦੇ ਗੇਮ ਦਿਖਾਉਣੀ ਆ ਹੂੰ ਉਹ ਸਾਰੇ ਸਾਰੇ ਇੱਕ ਪਾਸੇ ਆ ਪਾਕਿਸਤਾਨ ਦੇ ਵੀ ਸ਼ੌਂਕ ਬਹੁਤ ਜ਼ਿਆਦਾ ਸ਼ੌਂਕ ਆ ਆਪਣੇ ਨਾਲੋਂ ਵੀ ਮੇਰੇ ਸਾਹਮਣੇ ਵੱਧ ਸ਼ੌਂਕ ਆ ਉਹਨਾਂ ਨੂੰ ਯਾਰ ਹੂੰ ਮੈਂ ਤਾਂ ਦੇਖਿਆ ਬਹੁਤ ਜ਼ਿਆਦਾ ਵੱਧ ਸ਼ੌਂਕ ਆ ਉਹਨਾਂ ਨੂੰ ਗੇਮ ਗੋਮ ਵੀ ਪਾਕਿਸਤਾਨ ਵਾਲਿਆਂ ਦੀ ਬਹੁਤ ਵਧੀਆ ਸੁੱਧ ਗੇਮਾਂ ਜਮਾਈ ਸਾਫ ਸੋਤਰੀ ਗੇਮ ਆ ਯਾਰ ਹੂੰ ਸਾਰੀਆਂ ਪੁਰਾਣੀਆਂ ਦੇਸੀ ਜੜੀ ਬੂਟੀਆਂ ਦਾ ਯਾਨੀ ਉਹਨਾਂ ਦੀ ਚੀਜ਼ਾਂ ਤਿਆਰ ਕਰਕੇ ਉਹ ਹੀ ਦਿੰਦੇ ਨੇ ਹੂੰ ਕੋਈ ਐ ਨਹੀਂ ਹੈਗਾ ਵੀ ਗਰ ਤੋਂ ਕਹਿੰਜੀ ਦੇਣੀਆ ਕਬੂਤਰ ਨੂੰ ਕਦੇ ਜਮੇ ਨੋਰਮਲ ਜਿਆਦਾ ਬਸ ਉਹੀ ਚੀਜ਼ ਜਿਹੜਾ ਆਪਾਂ ਕਬੂਤਰ ਨੂੰ ਦਿੰਨੇ ਆ ਬੰਦਾ ਵੀ ਚਾਹ ਨਾਲ ਨਾਲ ਪਾਣੀ ਪੀ ਲਵੇ ਕੋਈ ਡੱਕ ਨਹੀਂ ਦਿਨ ਇਹਨਾਂ ਨੂੰ ਕਬੂਤਰਾਂ ਨੂੰ ਖਾਣ ਨੂੰ ਜਾਂ ਖਾਣ ਨੂੰ ਵੀ ਜਿਵੇਂ ਹੁਣ ਬੱਚੇ ਘਟਾਉਣੇ ਆ ਆਪਾਂ ਪਹਿਲਾਂ ਸਰੋਂ ਸੋਲਿਆਂ ਨਾਲ ਬੱਚੇ ਪਾਲਦੇ ਆ ਹੈ ਅੱਛਾ ਸਰੋਂ ਪੌਣੀਆਂ ਸੋਲੇ ਪੌਣਿਆਂ ਵਿੱਚੇ ਹੋਰ ਦਾਣੇ ਵਧੀਆ ਦਾਣਾ ਪਾਉਣਾ ਜਾਨੀ ਐ ਨਹੀਂਗਾ ਵੀ ਖਰਾਬ ਕਣਕੇ ਵੀ ਪੌਣੀਆਂ ਧੋਕ ਕੇ ਵਿੱਚੇ ਕਿਹ ਜਿੰਦਾ ਨਸ਼ਾ ਦੇ ਕੇ ਕਬੂਤਰ ਨੂੰ ਉਡਾਉਂਦੇ ਨੇ ਜੀ ਇਹ ਨਸ਼ੇ ਦਾ ਵੀ ਲੱਗ ਤੇ ਲੱਗਾ ਤੇ ਗਿਆ ਵੀ ਨਹੀਂ ਨਸ਼ਾ ਵਾਲੀ ਚੀਜ਼ ਕਿਵੇਂ ਹੋ ਜੂਗਾ ਹੈ ਭੂਰਾ ਕ ਜਾਨਵਰ ਇਹਨੂੰ ਕਿਵੇਂ ਨਸ਼ਾ ਦਿੱਤਾ ਜਾਊਗਾ ਨਸ਼ੇ ਨਾਲ ਤਾਂ ਕੋਈ ਬੰਦਾ ਲੜਾ ਜਿਹਨੇ ਕਦੇ ਨਹੀਂ ਖਾਦਾ ਆਪਣੀ ਵਰਗੇ ਉਹ ਆ ਉਹਨੂੰ ਨਾਲ ਬੰਦੇ ਨੂੰ ਉਲਟੀਆਂ ਲੱਗ ਜਾਣਗੀਆਂ ਇੱਕ ਭੂਰਾ ਕ ਜਾਨਵਰ ਆ ਇਹ ਤਾਂ ਉਹਦੇ ਕਹਮ ਕੋ ਫੌਜੀ ਕਹਿੰਦਾ ਢਮੋਟ ਵਾਲਾ ਕਹਿੰਦਾ ਕੱਚੀ ਸਬਜ਼ੀ ਆ ਕਹਿੰਦਾ ਕਬੂਤਰ ਹੂੰ ਕੰਦਾ ਜੇ ਮਾੜਾ ਵੀ ਗਲਤ ਆਏ ਹੋ ਗਿਆ ਤਾਂ ਦੂਜੇ ਰੋਡ 'ਚ ਨਹੀਂ ਦੂਜੇ ਰੋਡ ਹੋ ਜਾਊਗਾ ਕੰਦਾ ਹੂੰ ਨਸੇ ਨੂੰ ਸੇ ਵਾਲਾ ਤਾਂ ਵੀਰੇ ਤਾਂ ਵੈਵੇਂ ਕੱਢਦਾ ਵੀ ਕਬੂਤਰ ਨੂੰ ਨਸੇ ਵਾਲਾ ਕੰਮ ਆ ਕੋਈ ਵਿੱਚ ਕਹਿੰਦੇ ਨਾ ਉਹਨਾਂ ਨੂੰ ਕੈਦ 'ਚ ਰੱਖਦੇ ਹੋ ਤੁਸੀਂ ਉਹਨਾਂ ਨੂੰ ਟਾਰਚਰ ਕਰਦੇ ਹੋ ਅੱਜ ਕੱਲ੍ਹ ਕੈਦ ਵਾਲਾ ਕਿੱਥੇ ਕੰਮ ਆਂਗਾ ਇਹ ਤਾਂ ਇੰਨੀ ਸ਼ਾਮ ਸੰਭਾਲਾ 19 ਦਾ ਵਾਲਾ ਪਰੋਣਿਆਂ ਦੀ ਸ਼ਾਮ ਸੰਭਾਲ ਕਰਦਾ ਜਿੰਨੇ ਕਬੂਤਰਾਂ ਦੀ ਕਰਦਾ ਕਿਉਂ ਵੀ ਇੰਨਾ ਦੀ ਲੱਗਿਆ ਰਹਿੰਦਾ ਸਾਰੀ ਦਿਹਾੜੀ ਵਾਲਾ ਬਹੁਤ ਕਿਰ ਖੁੰਡੇ ਦੇਖੀ ਜਾ ਕੇ ਲੋਕਾਂ ਦੇ ਕਿੰਨੇ ਵਧੀਆ ਵਧੀਆ ਖੁੰਡੇ ਪਾਇ ਪੈ ਨੇ ਅੱਜ ਦੇ ਟਾਈਮ 'ਚ ਤਾਂ ਹੂੰ ਅਜੇ ਪਹਿਲੇ ਅੱਜ ਤੋਂ 20-25 ਸਾਲ ਪਹਿਲਾਂ ਦਾ ਲੋਕਾਂ ਦੇ ਖੁੰਡੇ ਥੋੜੇ ਠੀਕ ਹੁੰਦੇ ਸੀਗੇ ਹੂੰ ਹੂੰ ਅੱਜ ਤਾਂ ਕੱਲ ਲੋਕਾਂ ਦੇ ਉਹ ਜਿਹੇ ਹਵਦੇ ਘਰ ਨੇ ਉਦੋਂ ਖੁੰਡੇ ਸੋਹਣੇ ਪਏ ਪੈ ਨੇ ਹਾਂ ਪਰਾਂ ਨੂੰ ਵੀ ਖੁੰਡੇ ਬਹੁਤ ਸੋਹਣੇ ਨੇ ਬਹੁਤ ਵਧੀਆ ਖੁੱਲੇ ਹਵਾਦਾਰ ਵਾਲੇ ਖੁੰਡੇ ਹੂੰ ਤੇ ਹਵਾਦਾਰ ਵਧੀਆ ਇਹਨ ਪੂਰਾ ਪ੍ਰਬੰਧ ਨਾਲ ਰੱਖਿਆ ਹੋਇਆ ਲੋਕਾਂ ਦੇ ਕਬੂਤਰ ਹੂੰ ਜਿਹੜਾ ਤਾਂ ਪੂਰੇ ਪਿਆਰ ਨਾਲ ਰੱਖਦੇ ਨੇ ਤੇ ਉਹਨਾਂ ਰੱਖਦੇ ਨੇ ਨਾ ਨਾ ਪੂਰੇ ਇਹਨ ਮ ਘਣੋਂ ਮੇਕ ਕਬੂਤਰੋਂ ਹੋਂਸ ਵਧੀਆ ਸਾਫ਼ ਸੁਥਰੇ ਰੱਖਦੇ ਨੇ ਹਣ ਤਾਂ ਲੋਕ ਹੂੰ ਬਹੁਤ ਉਹਨੇ ਆਲਾ ਜਵਾਕਾਂ ਦੀ ਕੇਅਰ ਨਹੀਂ ਕਰਦਾ ਹੈਗਾ ਜਿੰਨੀ ਕਬੂਤਰਾਂ ਦੀ ਕਰਦਾ ਬਸਿਆਂ ਕਬੂਤਰਾਂ ਦੀ ਆਪੇ ਕਰਦਾ ਤਾਂ ਹੀ ਵਾਪਸ ਆਉਂਦੇ ਨੇ ਮੁੜ ਕੇ ਹਾਂ ਹਾਂ ਜਦੋਂ ਆਪਾਂ ਯਾਦ ਕਰ ਦਿੰਨੇ ਆਪਾਂ ਘਰੇ ਇਹਨਾਂ ਨੂੰ ਯਾਦ ਕਰ ਦਿੰਨੇ ਆ ਜੇ ਆਪਣੇ ਕੋਲ ਉਹਨਾਂ ਦਾ ਤੇ ਉਹ ਆਪਣੇ ਕੋਲੇ ਤਾਂ ਹੀ ਆਉਂਦੇ ਨੇ ਹੂੰ ਇਹ ਕਿਵੇਂ ਘਝਾ ਕੇ ਲੈਣੇ ਤੁਸੀਂ ਛਤਰੀ ਤੇ ਕਿਉਂ ਜੇ ਮੈਂ ਛੋਟਾ ਜਿਹਾ ਬਚਾ ਹੁੰਦਾ 25 26 ਦਿਨਾਂ ਦਾ ਹੁੰਦਾ ਜਦੋਂ ਕੋ ਹੂੰ ਛਤਰੀ ਤੇ ਬਿਠਾਉਣ ਲੱਗ ਜਾਂਦਾ ਉਹਨੂੰ ਫੜ ਦੇ ਰਹੇ ਨੇ ਆਪਾਂ ਫੜ ਫੜ ਬਿਠਾਉਂਦੇ ਰਹਨੇ ਆਂ ਹੱਥਾਂ ਨਾਲ ਦਾਲ ਨੇ ਛੋਲੇ ਵੀ ਦਿੰਦੇ ਰਹਨੇ ਆਂ ਬੱਚਿਆਂ ਨੂੰ ਹੂੰ ਚਲ ਉਹਨਾਂ ਦਾ ਆਪਣੇ ਇੱਥੇ ਉਹ ਪਾ ਜਾਂਦਾ ਉਹ ਆਪਣੇ ਕੋਲੋਂ ਭਾਏ ਭਾਜਾ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਛਤਰੀ ਤੇ ਬਿਠਾਉਂਦੇ ਆਂ ਗਏ ਜੋ ਛਤਰੀ ਤੇ ਬਹਿਦੇ ਨੇ ਡਾਰੀਆਂ ਮਾਰਨ ਲੱਗ ਜਾਂਦੇ ਨੇ ਇੱਕ ਦੂਜੀ ਛਤਰੀ ਤੇ ਦੂਜੀ ਤੋਂ ਹੂੰ ਉਸ ਤੋਂ ਬਾਅਦ ਹੌਲੀ ਰੰਗ ਵੀ ਰੰਗ ਦਾ ਵੀ ਹੁੰਦਾ ਵੀ ਇਹ ਆਹ ਰੰਗ ਦੀ ਛਤਰੀ ਤੇ ਬੈਠਣਾ ਜਿਹੜੀ ਜਿਹੜੀ ਰੰਗ ਤੇ ਕਿਰਨ ਵੀਰ ਆਪਾਂ ਘਝਾ ਰਿਆ ਇਹ ਵੀ ਆਪਾਂ ਨੇ ਇਹਦੀ ਛਤਰੀ ਤੇ ਲਾ ਲਿਆ ਉਹ ਤੇ ਹੀ ਆਉਣਗੇ ਜੇ ਆਪਣੇ ਕੋਠੇ ਦੇ ਵੀ ਅੱਡ ਦੀ ਛਤਰੀ ਦੂਜੀ ਨਾਲ ਉਹਤੇ ਨਹੀਂ ਬੈਠਦੇ ਹੈਗੇ ਆਹ ਫਤੀ ਛਤਰੀਆਂ ਜਿਹੜੀ ਮਾਲਕ ਨੇ ਕਿਰਾਂ ਨੂੰ ਬੈਠਣ ਲਾ ਲਿਆ ਉਹੀ ਰੰਗ ਤੇ ਬੈਠਣਗੇ ਹੂੰ ਜੇ ਆਪਾਂ ਉੱਥੇ ਹੀ ਖੜਾ ਬਦਲ ਕੇ ਦੂਜੀ ਗਿੱਜ ਕੇ ਉੱਡਣ ਲੱਗੇ ਹੂੰ ਡਾਰੀਆਂ ਮਾਰ ਕੇ ਵੀ ਬੈਠਣ ਲੱਗੇ ਜਦੋਂ ਹੀ ਛਤਰੀ ਆਪਾਂ ਦੂਜੀ ਖੜਾ ਦਈਏ ਉਥੇ ਜਦੋਂ ਵੀ ਨਹੀਂ ਬੈਠਣਗੇ ਐਨੀ ਇਹ ਬਣੀ ਵਫਾਦਾਰ ਜਾਨਵਰ ਆ ਬਹੁਤ ਵਧੀਆ ਹੈ ਇਹ ਜਿੰਮੇ ਛੱਡ ਦੇ ਭੱਜਦੇ ਨਹੀਂ ਹੈਗੇ ਨਹੀਂ ਨਹੀਂ ਹੁਣ ਗਿੱਜ ਜਾਂਦੇ ਨੇ ਵੀਰੇ ਇਹਨਾਂ ਨੂੰ ਪਤਾ ਹੁੰਦਾ ਵੀ ਆਪਣਾ ਮਾਲਕਾ ਜਿਵੇਂ ਮਾਲਕ ਦਾ ਵੀ ਇਹਨੂੰ ਬੰਦੇ ਦੀ ਬਹੁਤ ਸਿਆਣ ਹੁੰਦੀ ਆ ਆਪਣੇ ਮਾਲਕ ਦੀ ਹੂੰ ਉਹਨੂੰ ਕਈ ਗਰਬਾਜ਼ੀਆਂ ਤੇ ਦੇਖੀ ਕਾਫੀ ਕਾਫੀ ਛਤਰੀਆਂ ਲੱਗ ਜਾਂਦੇ ਨੇ ਆਪਦੇ ਆਪ ਦੇ ਮਾਲਕ ਕੋਲੇ ਕਬੂਤਰ ਜਿਹੜਾ ਬੰਦਾ ਘਰੇ ਲਾਉਂਦਾ ਰਹਿੰਦਾ ਉਹਦੇ ਕੋਲੇ ਆ ਜਾਂਦੇ ਨੇ ਉਹਦੇ ਕੋਲੇ ਆ ਜਾਂਦੇ ਹਾਂ ਮਾਲਕ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਸਿਆਣ ਹੁੰਦੀ ਹੈ ਹਮ ਵਫਾਦਾਰ ਜਾਨਵਰ ਮੰਨਿਆ ਹੈਗਾ ਸਾਰੇ ਜਾਨਵਰਾਂ ਨੂੰ ਉਹ ਵੀ ਇਹ ਉਹ ਆ ਆਕਲਮੰਦ ਤੇ ਵਫਾਦਾਰ ਹੈ ਹਮ ਇੱਕ ਹੋਰ ਵੀ ਗੇਮ ਸੁਣਿਆ ਵੀ ਇੱਕ ਦੂਰ ਲੰਘ ਜਾਂਦੇ ਨੇ ਦਿੱਲੀ ਤੱਕ ਚਲੇ ਜਾਂਦੇ ਨੇ ਉਹ ਗੇਮ ਆ ਕਬੂਤਰ ਬਾਜ਼ੀ ਚ ਹੋਰ ਉਹ ਹੋਰ ਕਬੂਤਰ ਨਹੀਂ ਤਾਂ ਇਹ ਕਬੂਤਰ ਨਹੀਂ ਹੈਗੇ ਆਪਣੇ ਅੱਗੇ ਕਬੂਤਰ ਹੀ ਹੋਣ ਮਰੇ ਕੋਲੇ ਰੱਖਦੇ ਨੇ ਲੱਠੇ ਕਬੂਤਰ ਉਹ ਹੋਰ ਨਹੀਂ ਉਹ ਉਹ ਨਸਲ ਉਹ ਨਸਲ ਹੋਊਗਾ ਆਪਣੇ ਵਾਲੀ ਨਸਲ ਹੋਊਗਾ ਉਹ ਜਿਹਨਾਂ ਨੂੰ ਲੱਠੇ ਕਬੂਤਰ ਕਹਿੰਦੇ ਨੇ ਉਹ ਉਹ ਇਹਦੇ ਨਸਲਾਂ ਦਾ ਵੀ ਫਰਕ ਹੁੰਦਾ ਨਸਲਾਂ ਦਾ ਫਰਕ ਹੁੰਦਾ ਕਈ ਨਸਲਾਂ ਹੁੰਦੀਆਂ ਨੇ ਆਡਾ ਢੱਕ ਲੱਠੇ ਹੁੰਦੇ ਨੇ ਇੱਕ ਲਕੇ ਹੁੰਦੇ ਨੇ ਮੋਰ ਵਾਂਗੂ ਪਾਲ ਪਾਉਂਦੇ ਨੇ ਹਾਂ ਇੱਕ ਉਹ ਹੁੰਦੇ ਨੇ ਆਡਾ ਨਸਲਾਂ ਕਾਫੀ ਨੇ ਹੂੰ ਇਹ ਨਸਲਾਂ ਦਾ ਹੀ ਹੁੰਦਾ ਇਹਨਾਂ ਜਿਹੜੇ ਆਪਣੇ ਰੱਖੇ ਨੇ ਕਿਹੜੀ ਨਸਲ ਦੇ ਨੇ ਇਹ ਆਹੀ ਜਿਹੜੇ ਦੇਸੀ ਉਤਰੀ ਹੁੰਦੇ ਨੇ ਵੀਰੇ ਹੂੰ ਤਕਰੇਲੂ ਯਾਨੀ ਘਰਾਂ 'ਚ ਹੀ ਰਹਿਣ ਵਾਲੇ ਕਬੂਤਰ ਨੇ ਪਹਿਲਾਂ ਤੁਸੀਂ ਘਰਾਂ 'ਚ ਹੀ ਰਹਿਣ ਵਾਲੇ ਨੇ ਬਾਹਰ ਇਹ ਆਜ਼ਾਦ ਨਹੀਂ ਰਹਿ ਸਕਦੇ ਕਬੂਤਰ ਇਹ ਹੂੰ ਆਜ਼ਾਦ ਰਹਿ ਜਾਂਦੇ ਨਾਲ ਤਾਂ ਬਾਹਰ ਇਹ ਤਾਂ ਮਰ ਜਾਂਦੇ ਨੇ ਭੁੱਖੇ ਇਹ ਹੂੰ ਯਾਨੀ ਕਬੂਤਰ ਮਾੜੇ ਨਹੀਂ ਹੁੰਦੇ ਰੱਖਣੇ ਨਾ ਨਾ ਕੋਈ ਮਾੜਾ ਇਹ ਤਾਂ ਇਹ ਵਹਿਮ ਨੇ ਮਾੜੇ ਕੀ ਨੇ ਜਿਹੜਾ ਕੁਦਰਤ ਨੇ ਜੀ ਪੈਦਾ ਕਰਤਾ ਕੋਈ ਮਾੜਾ ਨਹੀਂ ਹੈਗਾ ਹੂੰ ਰੱਬ ਨੇ ਜਿਹੜੀ ਇਹਦਾ ਬੰਦੇ ਹੀ ਆ ਉਹ ਸੋਚਣੀ ਮਗਲਤਾ ਬੰਦਿਆਂ ਦੀ ਜਿਹੜੇ ਰੱਬ ਨੇ ਚੀਜ਼ ਪੈਦਾ ਕਰਦੀ ਉਹ ਹਰੀ ਵਧੀ ਹਰ ਇੱਕ ਚੀਜ਼ ਵਧੀਆ ਹੀ ਆ ਸਹੀ ਗੱਲ ਆ ਬਾਜੀਆਂ ਤੇ ਕਦ ਪਹਿਲਾਂ ਤੋਂ ਛੱਡਦੇ ਹੋ ਤੁਸੀਂ ਦੱਸਿਆ ਹਾਂ ਮੈਂ ਤਾਂ ਮੇਰੀ ਸੁਰਤ ਤੋਂ ਪਹਿਲਾਂ ਦੀ ਬਾਜੀਆਂ ਚੱਲ ਛੱਡਦੇ ਨੇ ਇਹ ਜਾਨੀ ਇਨਾਮ ਵੀ ਪਹਿਲਾਂ ਤੋਂ ਜਿੱਤਦੇ ਹੋਵੋਗੇ ਹਾਂ ਬਾਈ ਵਧੀਆ ਹਾਂ ਵਧੀਆ ਪਹਿਲੇ ਹੀ ਕਬੂਤਰ ਹੈ ਵਧੀਆ ਜਦ ਤੋਂ ਇਹ ਜਾਨੀ ਇਹਨਾਂ ਨੇ ਪਾਕਿਸਤਾਨ ਤੋਂ ਖੇਡ ਸਿੱਖ ਲਈ ਸੀਗੀ ਜਦ ਤੋਂ ਵਧੀਆ ਫਿਰ ਡਾਉਣ ਲੱਗਿਆ ਕਬੂਤਰ ਬਾਈ ਹੁਣੀ ਇਹ ਚ ਕੀ ਕੀ ਪ੍ਰਾਈਜ਼ ਜਿੱਤੇ ਆ ਤੁਸੀਂ ਹੁਣ ਤੱਕ ਹੁਣ ਤੱਕ ਪੰਜਾਬ ਦਾ ਸਭ ਤੋਂ ਪਹਿਲਾ ਮੋਟਰਸਾਈਕਲ ਵੀ ਇਹਨੇ ਜਿੱਤਿਆ ਸੀਗਾ ਅੱਛਾ ਹਾਂ ਉਹ ਸੀਗਾ ਮੇਰੇ ਹਿਸਾਬ ਨਾਲ 2000 8 ਚ ਆਪਣੇ ਰਾਣਾ ਸਾਹਿਬ ਕੋਲੇ ਜੀਰ ਖਾ ਪਿੰਡ ਅੱਛਾ ਜੀ ਇੱਥੇ ਰੱਖਿਆ ਸੀ ਇਹਨਾਂ ਨੇ 29 ਹਨ 30 ਮਈ ਦੇ ਬਹਾ 29 ਤੇ 30 ਮਈ ਨੂੰ ਬਾਜੀ ਹੋਈ ਸੀ 2008 ਚ ਅੱਛਾ ਗਰਮੀ ਬਹੁਤ ਸੀਗੀ ਜਾਨੀ ਆਪਣਾ ਕਬੂਤਰ ਦੁੱਸਰ ਚ ਜਾ ਕੇ ਵੀ ਦੋ ਚਾਰ ਕਬੂਤਰਾਂ ਦੀ ਪੈਸੇ ਜਨ ਸੰਜੀ ਹੋ ਗਈ ਸੀਗੀ ਚਾਰ ਚ ਦੋ ਆਪਣੇ ਸੀਗੇ ਹੂੰ ਜਿਹੜੇ ਪੈਸੇ ਜਨ ਸੀ ਪਹਿਲੇ ਦਿਨ ਛੁੱਟੇ ਸੀ ਇੱਥੇ ਕਬੂਤਰ 90 ਦੇ ਲਗਭਗ ਸੀਗੇ ਮੇਰੇ ਹਿਸਾਬ ਨਾਲ ਦੂਏ ਦਿਨ ਛੁੱਟੇ ਸੀ ਕਬੂਤਰ 20 ਦੇ ਲਗਭਗ ਹੂੰ ਬੀਜੋਂ ਐਂਡ ਤੇ ਆ ਕੇ ਮੈਨੂੰ ਮਤਲਬ 2:30 ਵਜੇ ਸਾਡੇ ਚਾਰ ਕਬੂਤਰਾਂ ਦੀ ਸਾਂਝੀ ਹੋ ਗਈ ਪੈਸਿਆਂ ਦੀ ਅੱਛਾ ਦੋਵੇਂ ਮੇਰੇ ਸੀਗੇ ਹਮ ਇੱਕ ਬਿੰਦਰ ਗਿੱਲਾਂ ਵਾਲੇ ਦਾ ਸੀਗਾ ਇੱਕ ਹੋਲੀ ਲੈਣ ਵਾਲੇ ਤਾਰੀ ਹੁਣੀ ਨੇ ਤਾਰੀ ਦੇ ਕੁਵਾਲ ਦੋ ਭਾਈ ਨੇ ਹਮ ਇੱਕ ਉਹਨਾਂ ਦਾ ਸੀ ਹਮ ਸਾਡੇ ਚਾਰ ਕਬੂਤਰਾਂ ਦੀ ਪੈਸਿਆਂ ਦੀ ਸਾਂਝੀ ਹੋ ਗਈ ਸੀ ਅੱਛਾ ਤੇ ਉਸ ਤੋਂ ਬਾਅਦ ਇੱਕ ਆਪਣਾ ਕਬੂਤਰ ਸੀਗਾ ਉਹ ਆਪਣਾ ਕਬੂਤਰ ਮੋਟਰ ਨਾਲ ਜਾਂਦਾ ਗਿਆ ਸੀਗਾ ਅੱਛਾ ਕਿੰਨਾ ਮੁੱਢ ਕਿੰਨਾ ਸੀ ਉੱਥੇ ਉਹ ਟਾਈਮ ਜਦੋਂ 1100 ਰੁਪਏ ਮੁੱਢ ਸੀ ਉਹ ਅੱਛਾ ਹਮ ਜਿਹੜੀ ਪੰਜਾਬ ਦਾ ਪਹਿਲਾ ਪੰਜਾਬ ਦਾ ਪਹਿਲਾ ਮੋਟਰਸਾਈਕਲ ਸੀਗਾ ਉਹ ਹਮ ਹਾਂ ਉਹ ਪੰਜ ਜਿੱਤੇ ਜੀ ਅੱਛਾ ਹੋਰ ਵੀ ਬਹੁਤ ਜਿੱਤੇ ਹੋਗੇ ਬਾਜੀ ਹਾਂ ਜਿੱਤੇ ਆ ਵਧੀਆ ਬਾਜੀ ਆਪਣਾ ਮੈਂ ਬਹੁਤ ਜਿੱਤੇ ਆ ਵਧੀਆ ਵਧੀਆ ਰੱਬ ਦੀ ਕਿਰਪਾ ਵਧੀਆ ਹੀ ਆ ਨਾ ਨਾ ਚੰਗਾ ਉਹ ਮਿਹਨਤ ਵੀ ਬਹੁਤ ਜ਼ਿਆਦਾ ਹੈ ਨਾ ਜੋ ਹਾਂ ਮੈਂ ਤਾਂ ਬਹੁਤ ਹੈ ਤਾਂ ਹੈ ਨਹੀਂ ਹੋਰ ਕਿਹੜੀ ਕੋਈ ਬਾਜੀ ਕੋਈ ਖਾਸ ਬਾਜੀ ਤੁਹਾਨੂੰ ਲੱਗਦਾ ਹੋਊਗਾ ਵੀ ਯਾਰ ਆ ਬਾਜੀ ਬਾਲੀ ਕੈਂਟ ਸੀ ਚਾਹੇ ਜਿੱਤਿਓ ਚਾਹੇ ਹਾਰਿਓ ਨੇ ਬਾਜ਼ੀਆਂ ਦਾ ਅੱਜ ਦੇ ਟਾਈਮਸ ਵੀਰੇ ਸਾਰੀਆਂ ਵਧੀਆ ਹੁੰਦੀਆਂ ਨੇ ਹਾਂ ਹਾਂ ਆ ਬਾਜ਼ੀਆਂ ਦਾ ਜਿਹੜੀਆਂ ਆਪਾਂ ਕਹਿ ਦਈਏ ਕੋਈ ਵੀ ਬਾਜੀ ਯਾਨੀ ਮੈਂ ਨਹੀਂ ਹੈਗੇ ਵੀ ਮਾੜੀ ਆ ਚਾਹੇ ਛੋਟੀ ਜਿਹਾ ਘੱਟ ਮੋਢ ਵਾਲੀ ਆ ਚਾਹੇ ਕੋਈ ਵੱਧ ਮੋਢ ਵਾਲੀ ਆ ਬਾਜੀ ਤਾਂ ਸਾਰੀਆਂ ਇੱਕ ਬਰਾਬਰੀ ਹੁੰਦੀਆਂ ਨੇ ਨਾ ਤਾਂ ਮੈਂ ਨਹੀਂ ਕਹਦਾ ਦਿਲ ਤੇ ਲਾਇਆ ਵੀ ਬਾਜੀ ਅੱਜ ਹਾਰ ਗਿਆ ਜਿੱਤ ਗਿਆ ਹਾਂ ਕਿਉਂਕਿ ਹਾਰਨਾ ਵੀ ਤਾਂ ਪੈਂਦਾ ਹਾਰਨਾ ਵੀ ਤਾਂ ਹਾਰਨਾ ਦਾ ਪਹਿਲਾਂ ਹਾਰਾਂ ਦਾ ਹਾਰਾਂ ਦਾ ਵੱਧ ਨੇ ਵੀਰੇ ਜਿੱਤ ਤਾਂ ਕਦੇ ਹੁੰਦਾ ਹਮ ਹਾਰ ਦਾ ਜਿਹੜਾ ਬੰਦਾ ਹਾਰ ਨਹੀਂ ਬਰਦਾਸ਼ਤ ਕਰਦਾ ਨਾ ਉਹ ਬਾਜੀ ਦਾ ਹੋ ਨਹੀਂਦਾ ਪਹਿਲਾਂ ਤਾਂ ਹਾਰ ਬਰਦਾਸ਼ਤ ਕਰਨੀ ਸਿੱਖੋ ਹਮ ਤੇ ਕੱਜ ਕਾਲ ਦੇ ਲੋਕਾਂ ਜਵਾਕਾਂ ਚ ਆਏ ਆ ਨਵੇਂ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਹਾਰ ਬਰਦਾਸ਼ਤ ਕਰਨੀ ਨਹੀਂ ਆਉਂਦੀ ਜੇ ਹਾਰ ਜੇ ਹਾਰਾਂਗੇ ਤਾਂ ਹੀ ਬਾਜੀ ਨਿਪੜੂਗੀ ਜੇ ਆਪਾਂ ਹਾਰੂਗੇ ਨਹੀਂ ਕੁੱਤੇ ਬਾਜੀ ਸਾਰੇ ਜਿੱਤ ਨਹੀਂ ਹੁੰਦਾ ਬਾਜੀ ਕਿਵੇਂ ਨਿਪੜਜੋ ਹਮ ਹਾਰ ਨੂੰ ਤਾਂ ਯਾਨੀ ਬਰਦਾਸ਼ਤ ਕਰਨਾ ਸਿੱਖੋ ਪਹਿਲਾਂ ਹੂੰ ਹਾਰ ਤਾਂ ਪਹਿਲਾਂ ਜਿੱਤ ਤਾਂ ਬਹੁਤ ਬਾਅਦ ਚਾ ਪਹਿਲਾਂ ਦਾ ਬੰਦਾ ਹੌਲੀ ਹੌਲੀ ਪੌੜੀ ਤੇ ਕਹਿੰਦੇ ਨੇ ਚੜਦਾ ਉਹੀ ਗੱਲ ਹੂੰ ਹਾਰ ਦਾ ਜ਼ਰੂਰੀ ਆ ਪਹਿਲਾਂ ਜੇ ਬੰਦਾ ਪਹਿਲੇ ਜਿੱਤਣ ਲੱਗ ਗਿਆ ਉਹਦਾ ਬੰਦਾ ਫਿਰ ਕਾਂ ਉਹ ਨਹੀਂ ਰਹਿੰਦਾ ਉਹ ਹੰਕਾਰੀ ਹੋ ਜਾਂਦਾ ਜੀ ਮੈਂ ਹਾਰ ਨੂੰ ਪਤਾ ਹੀ ਨਹੀਂ ਉਹਦਾ ਵੀ ਕੀ ਹੁੰਦੀ ਹੈ ਹਾਰ ਗਾ ਹਾਰ ਤਾਂ ਜ਼ਰੂਰੀ ਹੀ ਆ ਹਾਂ ਤਾਂ ਹੀ ਤਾਂ ਫਿਰ ਇੱਕ ਅੱਧੀ ਵਾਰੀ ਉਹ ਕਰਦੇ ਨੇ ਫਿਰ ਛੱਡ ਛੁੱਟ ਜਾਂਦੇ ਨੇ ਵੀ ਛੱਡ ਖੜਾ ਜਾਂ ਹਾਰ ਗਿਆ ਆਪਾਂ ਤਾਂ ਹਾਂ ਹਾਰ ਤਾਂ ਮੂਰੇ ਜਿੱਤ ਤਾਂ ਰੱਬ ਨੇ ਜਦੋਂ ਦੇਣੀ ਆ ਜਦੋਂ ਹੀ ਦੇਣੀ ਆ ਬਸ ਹੂੰ ਕੋਈ ਵਧੀਆ ਖਿਡਾਰੀ ਖਿਡਾਰੀ ਦਾ ਵੀਰੇ ਬਹੁਤ ਆਪਣੇ ਪੰਜਾਬ ਸਾਰੇ ਆਪਾਂ ਤਾਂ ਵਧੀਆ ਹੀ ਨੇ ਨੇ ਜਿਹੜਾ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਨਹੀਂ ਆਪਾਂ ਨੂੰ ਤਾਂ ਸਾਰਿਆਂ ਨੂੰ ਵਧੀਆ ਲੱਗਦਾ ਬਈ ਮਿੱਕੀ ਕਮੀ ਵਾਲਾ ਹਾਂ ਉਹਦੇ ਵਰਗਾ ਬੰਦਾ ਵਿਚਾ ਬਹੁਤ ਵਧੀਆ ਵਧੀਆ ਬੰਦਾ ਉਹ ਤੇ ਬਾਕੀ ਹੋਰ ਆਪਣੇ ਲਾਵੇ ਲਾਉਣੇ ਸਾਰੇ ਖਿਡਾਰੀ ਵਧੀਆ ਨੇ ਆ ਰੱਬੋਂ ਵਾਲੇ ਵਧੀਆ ਨੇ ਆਪਣੇ ਆੜੀ ਮਿੱਤਰ ਨੇ ਗੁਰਦੀਪ ਗੁਰਦੀਪ ਹਣੀ ਗੁਰਦੀਪ ਦਰਦੀ ਇਹ ਵੀ ਵਿਚਾਰੇ ਆਪਣੇ ਆੜੀ ਨੇ ਇਹ ਵੀ ਵਧੀਆ ਨੇ ਕਿ ਬਹੁਤ ਵਧੀਆ ਬਾਜੀ ਜਿੱਤੇ ਨੇ ਵੀ ਹਾਂ ਹਾਂ ਤੇ ਇਧਰ ਟਮੋਟ ਕਨੇ ਜਸੂ ਜ਼ਰਗਾ ਉਹ ਵੀ ਵਧੀਆ ਆਪਣਾੜੀ ਮਿੱਤਰ ਵੀ ਆ ਵਧੀਆ ਬਾਜ ਜਿੱਤਦੇ ਨੇ ਹੋਰ ਬੂਟਾ ਢਮੋਟ ਵਾਲਾ ਉਹ ਵੀ ਬਹੁਤ ਵਧੀਆ ਹਿੱਸੇ ਲੈਂਦਾ ਆਪਣੀ ਇਧਰ ਏਰੀਆ ਚ ਹੂੰ ਹੂੰ ਵਧੀਆ ਖਿਡਾਰੀ ਨੇ ਇਧਰ ਹੁਣ ਜੱਗੇ ਬਾਈ ਹੁਣੀ ਕਲਾਰਾਪੁਰੋਂ ਇਹ ਵਧੀਆ ਨੇ ਸੋਨੀ ਬਰਨਪੁਰ ਇਹ ਵਧੀਆ ਹੂੰ ਹੋਰ ਬਾਕੀ ਜਿਨਾਂ ਦਾ ਨਾਮ ਲੈਣਾ ਰਹਿ ਗਿਆ ਸਭ ਵਧੀਆ ਹੀ ਨੇ ਯਾਰ ਔਰ ਨੌ ਤਾਂ ਬਹੁਤ ਜ਼ਿਆਦੇ ਨੇ ਹੁਣ ਤੱਕ ਪੁੱਤਰ ਬਾਜ ਬਹੁਤ ਸਿਰੇ ਤੇ ਜਾ ਚੁੱਕੇ ਹਨ ਹੁਣ ਤਾਂ ਕੋਈ ਜਾਹ ਜਗ ਰੱਬ ਦੀ ਵਧੀਆ ਕਿਰਪਾ ਹੋਈ ਹੈ ਉੱਤਰਬਾਈ ਤੇ ਜੈਮੀ ਚੱਲੀ ਜਾਵੇ ਤਾਂ ਵਧੀਆ ਵੀਰੇ ਹੂੰ ਤੇ ਜਿਵੇਂ ਤੂੰ ਕਾਪੀ ਤੇ ਵੀ ਸ਼ਾਇਦ ਕੰਮ ਉਹ ਕਰਦੇ ਹੋ ਤੁਸੀਂ ਹਨਾ ਕਾਪੀ ਤੇ ਤਾਂ ਵੀਰੇ ਮੈਂ ਆਪਣੇ ਕਲੱਬ ਕਰਕੇ ਕਰਦਾ ਸੀਗਾ ਮੈਂ ਪਹਿਲਾਂ ਯਾਨੀ ਕਾਪੀ ਦਾ ਪਹਿਲਾਂ ਆਪਣੇ ਮੇਨ ਮੇਨ ਬਾਜ਼ੀਆਂ ਦੀ ਫੜਦਾ ਸੀ ਹੂੰ ਤੇ ਪਹਿਲਾਂ ਸੀ ਸਰੌਦ ਕਲੱਬ ਦੀਆਂ ਬਾਜ਼ੀਆਂ ਕਹਿੰਦੇ ਸੀ ਪਹਿਲਾਂ ਪਹਿਲਾਂ ਯਾਨੀ ਮੈਂ ਛੋਟਾ ਜਿਹਾ ਹੁੰਦਾ ਸੀ ਮੈਨੂੰ ਮੈਂ ਤਾਂ ਮੈਂ 10 12 ਸਾਲ ਦਾ ਸੀ ਜਦੋਂ ਆਪਣੇ ਕੁੱਪ ਬਾਜ਼ੀ ਹੁੰਦੀ ਹੁੰਦੀ ਸੀਗੀ 90 91 ਦੀ ਗੱਲ ਆ ਹੂੰ ਮੈਂ ਜਦੋਂ ਵੀ ਬਾਜੀ ਕਾਪੀ ਫੜ ਕੇ ਬਾਜੀ ਕਰਾਈ ਹੋਈ ਸੀ ਕਿ ਸਾਡੇ ਲਾਣੇਦਾਰ ਹੁਣੇ ਅਨਪੜ੍ਹ ਜੀ ਕੇ ਅੱਛਾ ਹਾਂ ਉਹ ਨਹੀਂ ਪੜੇ ਹੋਏ ਸੀਗੇ ਤੇ ਮੈਂ ਸਾਡੇ ਪਿੰਡ ਬਾਜੀ ਕੁੱਪ 90 92 'ਚ ਮੈਨੂੰ ਇਹਦਾ ਕਰਵਾਉ ਜੀ ਲਗਾਤਾਰੀ ਕਰਾਉਂਦੇ ਰਹਿੰਦੀ ਅਸੀਂ ਹੂੰ ਤੇ ਕਰਾਉਂਦੇ ਰਹਿੰਦੇ ਜੇ ਮੈਂ ਫੜ ਲੈਂਦੇ ਕਾਪੀ ਚੱਲ ਉਸ ਤੋਂ ਬਾਅਦ ਫਿਰ ਹੁੰਦੇ ਕਦੇ ਫੜ ਲਈ ਕਦੇ ਨਾ ਫੜ ਲਈ ਫਿਰ ਕੋ ਉੱਤਰ ਵੀ ਡਾਈ ਗਿਆ ਫਿਰ ਉਸ ਤੋਂ ਬਾਅਦ ਸਰਾਉਦ ਕਲੱਬ ਸੀ ਬਣਾਇਆ 2012 'ਚ ਅੱਛਾ ਸਰਾਉਦ ਕਲੱਬ ਉਹਦੀਆਂ ਸਾਰੀਆਂ ਕਾਪੀ ਕੁਪੀ ਬਾਜ ਤੇ ਮਾਹੀ ਫੜ ਦਿੰਦੇ ਮਾਰੇ ਨਾਲ ਸੀ ਮਾਸਟਰ ਸਰਾਉਦ ਸਕੂਲ ਦੋਲਮ ਹੂੰ ਜਦੋਂ ਤੱਕ ਕੋਈ ਪੈਸਾ ਵੀ ਨਹੀਂ ਲੈਂਦੇ ਹੁੰਦੇ ਸੀ ਨਾਲੇ ਜਦੋਂ ਤੱਕ ਉਹੀ ਫੜਦੇ ਚੱਲ ਆਏ ਸੀ ਵੀ ਬਾਜੀਆਂ ਵਧੀਆ ਹੋਣ ਆਪਾਂ ਨੂੰ ਆਪਾਂ ਨੂੰ ਐਂ ਸੌਂਗਾ ਵੀ ਬਾਜੀਆਂ ਵਧੀਆ ਹੋਣ ਹਾਂ ਤੇ ਉਹ ਫੜਦੇ ਰਹੇ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਢਿੱਲਾ ਹੋ ਗਿਆ ਸੀਗਾ ਮੈਂ ਨੇ ਲਗਾਤਾਰ 5-6 ਸਾਲ ਕਲੱਬ ਚਲਾਇਆ। ਹੂੰ। ਇਹ ਮੈਨੂੰ ਥੋੜਾ ਅਟੈਕ ਦਾ ਚੱਕਰ ਪੈ ਗਿਆ ਬ੍ਰੇਨ ਦਾ। ਅੱਛਾ। ਮੈਨੂੰ ਦੋ ਗਰੀ ਜਾਨੀ ਬ੍ਰੇਨ ਦਾ ਅਟੈਕ ਹੋ ਗਿਆ ਸੀਗਾ। ਅੱਛਾ। ਫਿਰ ਮੈਂ ਕਬੂਤਰਾਂ ਥੋੜਾ ਘਟਾਤਾ ਜੀਗਾ ਸ਼ੌਂਕ ਵੀ। ਮੈਨੂੰ ਡਾਕਟਰ ਨੇ ਕਹਿੰਦਾ ਧੁੱਪੇ ਨਹੀਂ ਜਾਣਾ ਹੈਗਾ। ਹੂੰ। ਫਿਰ ਉਹਦੀ ਲਗਾਤਾਰ ਮੈਂ 4 ਸਾਲ ਦਵਾਈ ਖਾਧੀ ਆ। ਹੂੰ। ਇਹ 4 ਸਾਲ ਦਵਾਈ ਖਾਧੀ ਚੱਲ ਫਿਰ ਮੈਂ ਹੋ ਗਿਆ ਠੀਕ। ਤੇ ਉਸ ਤੋਂ ਬਾਅਦ ਫਿਰ ਮੇਰੇ ਆ ਕਰੰਟ ਲੱਗ ਗਿਆ। ਅੱਛਾ। 11000 ਲੈਣ ਤੋਂ। ਅੱਛਾ 11000 ਬੋਲਟ ਤੋਂ। ਹੂੰ 11000 ਬੋਲਟ ਤੋਂ ਤੇ ਪਾਇਪ ਡੀਪਿਆ ਲੋਹੇ ਦਾ ਪਾਇਪ ਡਿੱਪਿਆ ਉੱਤੇ ਮੇਰੇ ਪੈਰ ਜਮੀ ਥੱਲੇ ਉਹ ਜਾਨੀ ਉਹ ਮੈਂ ਜ਼ਿਆਦਾਤਰ ਬੂਟ ਪਾ ਕੇ ਰੱਖਦਾ ਜਾਨੀ ਥੱਲੇ ਮੈਂ ਪੈਰ ਜਮੀ ਚੱਕ ਮੱਚ ਗਏ ਸੀ ਅੱਛਾ ਤੇ ਆ ਲੱਤ ਸੈਰ ਉਹਨਾਂ ਦੀ ਮੇਰੇ 12 ਗਲੀਆਂ ਨਿਕਲ ਗਈਆਂ 12 ਗਲੀਆਂ ਉਹਨਾਂ ਵੀ ਆਏ ਦੱਬ ਕੇ ਹੱਥ ਫੇਰਦਾ ਮੇਰੇ ਦੁਖ ਦਾ ਹੱਥ ਜੀ ਦੁਖ ਨਾਲ ਉਹਨਾਂ ਦੀ 12 ਗਲੀਆਂ ਨਿਕਲ ਗਈਆਂ ਜੀ ਪੈਰ ਪਾੜ ਗਏ ਹੱਥ ਵੀ ਆ ਵੀ ਪਾੜ ਗਏ ਖਾਸਾ ਥੇ ਅੱਛਾ ਤੇ ਫਿਰ ਮੈਂ ਸਾਢੇ 7 ਮਹੀਨੇ ਲਾ ਚੱਲਿਆ ਪੂਰਾ ਹੂੰ ਸਾਢੇ 7 ਮਹੀਨੇ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਠੀਕ ਹੋ ਗਿਆ ਹੂੰ ਤੇ ਫਿਰ ਆਪਣੇ ਆ ਕਲੱਬ ਵਾਲੇ ਚੱਲ ਸਿਬੂਣੀ ਮੈਨੂੰ ਕਹਿੰਦੇ ਵੀ ਤਲ ਤੋਂ ਕਾਪੀ ਫੜ ਲਿਆਗਾ ਨਾ ਹਾਂ ਆਪਣੇ ਕੋਕ ਵਾਲਾ ਕਲੱਬ ਹੂੰ ਚਲੋ ਆਪਣੇ ਬੰਦੇ ਹੀ ਨੇ ਸਾਰੇ ਆਪਣੇ ਕੋ ਉਹ ਚੱਲਦਾ ਇਹਦਾ ਕਲੱਬ ਦਾ ਹੂੰ ਚੱਲ ਫੇਰ ਮਾਸ਼ਾਅੱਲ ਇਹਨਾਂ ਨਾਲ ਚੱਲ ਫੇਰ ਮਾਸ਼ਾਅੱਲ ਕਾਪੀ ਤਾਂ ਫੜ ਲਈ ਦੀ ਆ ਹੂੰ ਤੇ ਡਾਕਟਰ ਦਾ ਮੈਨੂੰ ਪਹਿਲਾਂ ਕਹਿੰਦਾ ਸੀ ਧੁੱਪੇ ਨਹੀਂ ਜਾਣਾ ਤਾਂ ਐ ਨਹੀਂ ਜਾਣਾ। ਹਾਂ ਮੈਂ ਉਹੀ ਕਹਿਣਾ ਵੀ ਇਹ ਤਾਂ ਬਹੁਤ ਨਜਾਇਜ਼ 50 ਡਿਗਰੀ ਚ ਖੜਨਾ ਪੈਂਦਾ ਨਾ। ਪਤਾ ਨਹੀਂ ਧੁੱਪੇ ਲੱਗ ਕੇ ਸੇਵਾ ਕਰਨ ਨਾਲ ਠੀਕ ਹੋ ਗਿਆ ਸੀ ਤੇ ਭਾਈ। ਜਿਵੇਂ ਪਹਿਲਾਂ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਤੈਨੂੰ ਅਟੈਕ ਦੁਬਾਰੇ ਵੀ ਹੋ ਸਕਦਾ ਕਦੇ ਮਨ 2 ਗਰੀ ਤਾਂ ਹੋ ਗਿਆ ਸੀ ਨਾ। ਅੱਛਾ ਕੇਰਾ ਦਾ ਮੈਂ ਮਰੇ ਕੋਲ ਡਿੱਪਿਆ ਜੀ ਮੈਨੂੰ ਪਤਾ ਹੀ ਲੱਗਿਆ ਜਾਵੇਂ ਮਰੇ ਕੋਲੇ ਵੀ। ਹੂੰ ਕੇਰਾ ਮੈਂ ਸਾਡੇ ਦਰਾਂ ਮਰੇ ਬਾਹਰ ਹੀ ਖੜਾ ਹੀ ਜਦੋਂ ਡਿੱਪਿਆ ਸੀਗਾ। 2 ਗਰੀ ਜਾਣੀ ਹੋਇਆ ਸੀ ਫਿਰ ਮੈਂ ਲਗਾਤਾਰ ਦਵਾਈ ਖਾਤੇ। ਹੂੰ ਮੋੜ ਕੇ ਹੁਣ ਕੋਈ ਦਿੱਕਤ ਨਹੀਂ ਹੋਣੀ ਕੋਈ ਵੀ ਦਵਾਈ ਦੋਈ ਮੈਂ ਕੋਈ ਨਹੀਂ ਖਾਂਦਾ ਹੈਗਾ ਹੁਣ ਹੂੰ ਧੁੱਪ 'ਚ ਖੜ੍ਹਨਾ ਕੋਈ ਪ੍ਰੋਬਲਮ ਨਹੀਂ 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 ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਣਾ ਪਤਾ ਨਹੀਂ ਇਹਨਾਂ ਦੀ ਸੇਵਾ ਕਰਨਾ ਪਿੱਛੇ ਵੀ ਠੀਕ ਹੋ ਗਿਆ ਮੈਨੂੰ ਤਾਂ ਮੈ ਤਾਂ ਇਹੀ ਲੱਗਦੇ ਆਂ ਵੀ ਪਹਿਲਾਂ ਮਾਸਟਰ ਸਰੌਦ ਵੀ ਬਿਮਾਰ ਹੋ ਗਿਆ ਸੀਗਾ ਹਾਂ ਉਹ ਵੀ ਜਦੋਂ ਹੁਣ ਆਪਣੇ ਦੁਬਾਰੇ ਕਲੱਬ ਨਾਲ ਚੱਲ ਪਿਆ ਉਹ ਵੀ ਠੀਕ ਆ ਉਹ ਵੀ ਹੁਣ ਜਮੇ ਵਧੀਆ ਠੀਕ ਆ ਪਤਾ ਨਹੀਂ ਇਹਨਾਂ ਨੂੰ ਕਬੂਤਰਾਂ ਨੂੰ ਦੁਬਾਰੇ ਦਾਣੇ ਪਾਉਣ ਵਧੀਆ ਲੱਗੇ ਫੇਰ ਠੀਕ ਆ ਸਹੀ ਗੱਲ ਹੂੰ ਬੇਜਵਾਨ ਹੂੰ ਤੇ ਜਦ ਕਾਪੀ ਤੇ ਹੁੰਨੇ ਹੋ ਮਤਲਬ ਕਿਸੇ ਨੇ ਐ ਨਹੀਂ ਕਦੇ ਕਿਹਾ ਵੀ ਯਾਰ ਰਹਿਣ ਦੇ ਮੇਰੇ ਵਾਲਿਆਂ ਨੂੰ ਨਾ ਕੱਟੀਆਂ ਨਾ ਕਰੀ ਬੱਚ ਐ ਤਾਂ ਹੁੰਦਾ ਹੀ ਉਮਰ ਮਾਤ ਇਹ ਤਾਂ ਨਾ ਵੀਰੇ ਆਪਣੇ ਪਹਿਲਾਂ ਹੀ ਹੋਆ ਆਪਾਂ ਮੱਕ ਦਾ ਝੂਠ ਨਹੀਂ ਆਪਣੇ ਜਮੇ ਬੋਲਣਾ ਹੈਗਾ ਕਿ ਆਪਾਂ ਐ ਕਿਸੇ ਨਾ ਗਲਤ ਕੰਮ ਜਮੇ ਨਹੀਂ ਕਰਕੇ ਰਾਜੀ ਚਾਹੇ ਆਪਣੇ ਕਿਸੇ ਆੜੀ ਦਾ ਚਾਹੇ ਆਪਣੇ ਦੁਸ਼ਮਣ ਦਾ ਜੇ ਬਹਿ ਗਿਆ ਜੇ ਆਪਣੇ ਆੜੀ ਦਾ ਵੀ ਬਹਿ ਗਿਆ ਤਾਂ ਵੀ ਬਹਿ ਗਿਆ ਜੇ ਆਪਦਾ ਹੀ ਹੋਵੇ ਜੇ ਆਪਦਾ ਵੀ ਹੋਵੇ ਵੀ ਚੱਕਣੀ ਨਹੀਂ ਹੈਗਾ ਆਪਾਂ ਜਮੇ ਨਹੀਂ ਜਮੇ ਰੱਖਦਾ ਹੈਗਾ ਆਪਦਾ ਉਹ ਆਪਦੇ ਸਾਹ ਇੱਕ ਬਰਾਬਰੀ ਨੇ ਆਪਾਂ ਹਾਂ ਤੇ ਆਪਦਾ ਹੋਵੇ ਚਾਹੇ ਆਪਾਂ ਆਪਦੇ ਦਾ ਵੀ ਨਾਲ ਦੀ ਨਾਲ ਜੇ ਨਹੀਂ ਹੈਗਾ ਤਾਂ ਹੈ ਹੀ ਨਹੀਂ ਅਪ ਮੈਂ ਇਹ ਕੰਮ ਤੋਂ ਕਾਪੀ ਦਾ ਜ ਫੜੀ ਲਈ ਜਾ ਵੀਰੇ ਫਿਰ ਗਲਤ ਕਰਨਾ ਫਿਰ ਤਾਂ ਜਮੇ ਫਿਰ ਤਾਂ ਫਾਇਦਾ ਹੀ ਕੀ ਆ ਮੇਰੇ ਤਾਂ ਇਹ ਸੋਚਿਆ ਵੀ ਜੇ ਜਿਹੜਾ ਸਹੀ ਜਗੂਤ ਬੰਦੇ ਨੂੰ ਤਾਂ ਆਪਾਂ ਨੇ ਕਿਸੇ ਨੂੰ ਬਾਜੀ ਜਿਤਾਉਣੀ ਨਹੀਂ ਹੈਗੀ ਜਿਹੜਾ ਕਬੂਤਰ ਉੜ ਕੇ ਜਿੱਤੂ ਉਹ ਕਬੂਤਰ ਮੈਨੂੰ ਬਾਜੀ ਜਿਤਾਉ ਉਹ ਜਿਹੜਾ ਆਪਣੇ ਸਾਹਮਣੇ ਦੀਂਦਾ ਆਪਾਂ ਨੂੰ ਵੀ ਹਾਂ ਇਹ ਕਬੂਤਰ ਉੜਦਾ ਹੈਗਾ ਤਾਂ ਉਹ ਸਹੀ ਤਾਂ ਸਹੀ ਆ ਹੂੰ ਅੰ ਵਿਚ ਤਾਂ ਐਵੇਂ ਹੀ ਕਰ ਜਾਂਦੇ ਨੇ ਨਾ ਬਾਕੀ ਉਹ ਕਰਦੇ ਨੇ ਬਥੇਰੇ ਤੇ پتہ ਹੀ ਸਾਨੂੰ ਪਤਾ ਹੀ ਆ ਆਪਾਂ ਤਾਂ ਕਹਿੰਦੇ ਆ ਆਪਣੇ ਤਾਂ ਹੁਣ ਸਾਰੀਆਂ ਬਾਜ਼ੀਆਂ ਲਾਈਵ ਚੱਲਦੀਆਂ ਨੇ ਵੀਰੇ ਜਿਹੜਾ ਆਪਾਂ ਮੈਂ ਕਿਹਾ ਪਾ ਮੈਨੂੰ ਦਾ 7 ਵਜੇ ਤੋਂ ਪਹਿਲਾਂ ਆਪਾਂ ਸਾਰੇ ਕਬੂਤਰ ਛਾੜ ਦਿੰਦੇ ਲੈ ਸਾਰੀ ਲਿਸਟ 7 ਤੋਂ ਪਹਿਲਾਂ ਪਹਿਲਾਂ ਆਪਾਂ ਕਬੂਤਰ ਸਾਰੇ ਲੈਟਸ ਚ ਛਾੜ ਦਿੰਦੇ ਸੀਗੇ ਵੀ ਇੰਨੇ ਕਬੂਤਰ ਉੱਡੇ ਨੇ ਸਹੀ ਗੱਲ ਆ ਆਪਾਂ ਦਾ ਕੋਈ ਨਹੀਂ ਹੋ ਰੱਖ ਕੇ ਮੈਂ ਤਾਂ ਉਂ ਵੀ ਹੋਰ ਵੀ ਬਾਜ਼ੀਆਂ ਬਾਹਰੇ ਪੂਰੇ ਵੀ ਕਰਾਉਣ ਜਾਂਦਾ ਰਹਿਆ ਬਿਨਾਂ ਲੈਬ ਤੋਂ ਵੀ ਹੂੰ ਉਹ ਵੀ ਮੈਂ ਜਦੋਂ ਕਬੂਤਰ ਛੱਡੇ ਗਏ ਮੈਂ ਜਦੋਂ ਐਂਟਰੀਆਂ ਲੈ ਲਈਆਂ ਜਦੀ ਦੱਸ ਦੇਣਾ ਵੀ ਇੰਨੇ ਕਬੂਤਰਾਂ ਦੀ ਐਂਟਰੀਆਂ ਆ ਗਈਆਂ ਹੂੰ ਆਪਾਂ ਨੇ ਤਾਂ ਇਹ ਗਲਤ ਕੰਮ ਵੀ ਕਰਨਾ ਨਾ ਕਰਨਾ ਹੀ ਨਹੀਂ ਹੈਗਾ ਜੰਮੀ ਆਪਾਂ ਇਹ ਗੱਲ ਤਾਂ ਹੈ ਨਹੀਂ ਪਪਾ ਦਾ ਕਹਿਦਾ ਜੀ ਦਾ ਕੋਲੋਂ ਜੇ ਬਾਜੀ ਕਰੋਂ ਪਾ ਨੂੰ ਸੱਦਣਾ ਵੀ ਬਾਜੀ ਆਪਣੀ ਮਰਜ਼ੀ ਨਾਲ ਉਹ ਛੋਡੀ ਮਰਜ਼ੀ ਨਾਲ ਨਹੀਂ ਹੋਊਗੀ ਹੂੰ ਫਿਰ ਆਇਆ ਨਾ ਜੇ ਪੰਡ ਵਾਲੀ ਦੀ ਮਰਜ਼ੀ ਚੱਲੇ ਫਿਰ ਕਹੀ ਕਰ ਪੰਡ ਵਾਲੇ ਕਹਿ ਦਿੰਦੇ ਨਹੀਂ ਤਾਂ ਉਧਰ ਦੇਖਿਆ ਕਬੂਤਰ ਪਾਸ ਕਰਦੇ ਆਪਾਂ ਮੈਂ ਇਹ ਕੰਮ ਨਹੀਂ ਕਰਦਾ ਰੌਲੇ ਨੂੰ ਥਾਂ ਹੋ ਜਾਂਦਾ ਆਪਾਂ ਕਿਸੇ ਦੇ ਕਹੇ ਤੇ ਉਧਰ ਕਬੂਤਰ ਨਹੀਂ ਪਾਸ ਕਰਦੇ ਜਿੰਨਾ ਜਰਾ ਆਪਣੇ ਮਨ ਨੂੰ ਨਹੀਂ ਲੱਗਦਾ ਵੀ ਹੈਗਾ ਆਪਾਂ ਨਹੀਂ ਪਾਸ ਕਰਦੇ ਹੂੰ ਕਦੇ ਰੌਲਾ ਪਿਆਦਾ ਨਹੀਂ ਨਾ ਨਾ ਕਦੇ ਨਹੀਂ ਆਪਣੇ ਪਾਪੀ ਥੋੜੇ ਜਿ ਦੇ ਕਦੇ ਨਹੀਂ ਰੌਲਾ ਪਿਆ ਹੈਗਾ ਅਜੇ ਤੱਕ ਵਧੀਆ ਬਾਜੀ ਜਿਹਦੇ ਵਧੀਆ ਇਨਸਾਫ ਹੋਇਆ ਵਧੀਆ ਇਨਾਮ ਹੋਣ ਮਤਲਬ ਹੁਣ ਤੱਕ ਦੀ ਕਿਹੜੀ ਬਾਜੀ ਲੱਗੀ ਆ ਨਹੀਂ ਬਾਜੀਆਂ ਦਾ ਬਹੁਤ ਵਧੀਆ ਨੇ ਹੁਣ ਆਪਣੇ ਪਿੰਡ ਦੀ ਕੁੱਪ ਕਿੰਨੀ ਵਧੀਆ ਬਾਜੀ ਹੋਈ ਆ ਐ ਕੇ ਵੀ ਹੋਈ ਆ ਅੱਗੇ ਵੀ ਹੋਈ ਆ ਹੂੰ ਬਾਜ਼ੀਆਂ ਬਹੁਤ ਬਾਜ਼ੀਆਂ ਵਧੀਆ ਸਾਰੇ ਆਪਣੇ ਕੁੱਪ ਕਲੱਬ ਦੀਆਂ ਜਿੰਨੀਆਂ ਬਾਜ਼ੀਆਂ ਹੁੰਦੀਆਂ ਨੇ ਸਾਰੀਆਂ ਨਿਰਪੱਖ ਬਾਜ਼ੀਆਂ ਨੇ ਹੂੰ ਕੋਈ ਬਾਜ਼ੀ ਨਹੀਂ ਹੈਗੀ ਐ ਨਹੀਂ ਹੈਗੀ ਕੋਈ ਬਾਜ਼ੀ ਵੀ ਉਹ ਆ ਗਲਤ ਵਾਲਾ ਕੰਮ ਆ ਤੇ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਵਿੱਚ ਮਾੜਾ ਵੀ ਕਹਿਣ ਵਾਲੇ ਵੀ ਹੁੰਦੇ ਆ ਉਹ ਤਾਂ ਵਿੱਚ ਦੂਜੇ ਲੋੜ ਦੇ ਜਿਹੜਾ ਕੋਈ ਹੁੰਦਾ ਬਸ ਅੱਜ ਕੱਲ੍ਹ ਦੀ ਮੈਂ ਨਵੀਂ ਮੰਡੀ ਹੀਰਾ ਹੂੰ ਕਈ ਗੱਲ ਪਹਿਲਾਂ ਕਹਿੰਦੇ ਆ ਸਾਡਾ ਕਿਵੇਂ ਵਹਿ ਗਿਆ ਹਾਂ ਤੇ ਜਦੋਂ ਨਾਲੇ ਸਾਹ ਦੇ ਸਾਹਮਣੇ ਬੈਠਿਆ ਹੁੰਦਾ ਵਿੱਚ ਨਵੇਂ ਮਨਿਹਰ ਜਿਹਾਂ ਥੋੜਾ ਮੰਨਦੀ ਨਹੀਂ ਪਈ ਐ ਫਿਰ ਵੀ ਕਾਪੀ ਆਉਣ ਨੂੰ ਕਹਿਣਗੇ ਕਿ ਸਾਡਾ ਕਿਵੇਂ ਵਹਿ ਗਿਆ ਹੂੰ ਹਾਂ ਪਾਹੀ ਦੇਖਿਆ ਕਈ ਗੱਲ ਪ੍ਰੈਸ਼ਰ ਬਹੁਤ ਹੁੰਦਾ ਨਾ ਕਾਫੀ ਵਾਲੇ ਤੇ ਕਾਫੀ ਵਾਲ ਨੂੰ ਪ੍ਰੈਸ਼ਰ ਤਾਂ ਬਹੁਤ ਆ ਬਹੁਤ ਤੰਗ ਕਰਦੇ ਨੇ ਜਦ ਸਾਰੇ ਇਕੱਠੇ ਹੋ ਜਾਂਦੇ ਨੇ ਜਾਂ ਐਂਡ ਹੁੰਦਾ ਬਾਜੀ ਦਾ ਇਹ ਆਪਣੇ ਕਲੱਬ ਵਾਲੀ ਬਾਜੀ ਜੀ ਤਾਂ ਨਹੀਂ ਇੰਨੀ ਦਿੱਕਤ ਆਉਂਦੀ ਹੈਗੀ ਕਿ ਆਪਣੇ ਨਾਲ ਬੰਦੇ ਸਾਰੇ ਕਲੱਬ ਵਾਲੇ ਨਾਲ ਹੁੰਦੇ ਨੇ ਹੂੰ ਤੇ ਹੋਰ ਨਾਲ ਬੰਦੇ ਆ ਆਪਣੇ ਨਾਲ ਜੋੜੇ ਹੋਏ ਵਧੀਆ ਨੇ ਹੂੰ ਬਾਕੀ ਕਲੱਬ ਵਾਲਿਆਂ ਦੇ ਹੋਰ ਜਿਹੜੇ ਆਲੇ-ਦਲੇ ਬੰਦੇ ਖੜਾਏ ਹੁੰਦੇ ਨੇ ਉਹ ਸਾਰੇ ਵਧੀਆ ਬੰਦੇ ਖੜਾਏ ਨੇ ਆਲੇ-ਦਲੇ ਨਾਲ ਕਾਪੀ ਦੇ ਆਪਣੇ ਕਲੱਬ ਵਾਲੀ ਬਾਜੀ ਤਾਂ ਜਾਨੀ ਬਹੁਤ ਸੌਖੀ ਲੱਗਦੀ ਆ ਕਰਾਉਣੀ ਹੂੰ ਹੂੰ ਕਿਉਂ ਬੰਦੇ 3-4 ਜਾਣੇ ਤਾਂ ਹੁਣ ਕਾਪੀ ਤੇ ਹੁੰਦੇ ਆ ਬਾਕੀ ਆਲੇ-ਦਲੇ ਆੜੜ ਬੰਦੇ ਲਾਏ ਹੁੰਦੇ ਨੇ ਇਹਨੇ ਪੱਕੀਆਂ ਡਿਊਟੀਆਂ ਲਾਤੀਆਂ ਇਹਦੀ ਪਹਿਲੀ ਵਾਰੀ ਕਲੱਬ ਨੇ ਉਹ ਵੀ ਵਧੀਆ ਕੀਤਾ ਹਾਂ ਇਹ ਕਲੱਬ ਨੇ ਪਹਿਲੀ ਵਾਰੀ ਪਹਿਲੀ ਵਾਰੀ ਕਰਿਆ ਇਹ ਨੇ ਹੋਰ ਅਜ ਤੱਕ ਕਦੇ ਨਹੀਂ ਹੋਇਆ ਕਿਸੇ ਕਲੱਬ 'ਚ ਨਹੀਂ ਹੋਇਆਗਾ ਇਹ ਆਪਣੇ ਕੁਪ ਕਲੱਬ 'ਚ ਹੀ ਹੋਇਆ ਕਿ ਪਹਿਲੀ ਵਾਰੀ ਜਿਹੜੇ ਆਲੇ-ਆਲੇ ਸਾਈਡਾਂ ਤੇ ਵੀ ਬੰ ਆਪ ਦੇ ਖੜਾਏ ਨੇ ਹੂੰ ਕਿਉਂ ਜਿਹੜੇ ਪਿੰਡ ਵਾਲੇ ਖੜ ਜਾਂਦੇ ਨੇ ਨਾ ਬੰਦੇ ਸੈਡਾਂ ਤੇ ਉਹ ਜਦੋਂ ਬਾਜੀ ਮਗਰ ਨੂੰ 10 15 ਕਬੂਤਰ ਆ ਜਾਂਦੇ ਨੇ ਸੁਵਾਦ ਲੈਣ ਦੇ ਮਾਰੇ ਹੂੰ ਉਹ ਫਿਰ ਕੋਲੇ ਆ ਜਾਂਦੇ ਨਾਲ ਆਪਾਂ ਕੋਠੇ ਜਾ ਕੇ ਦੇਖੀ ਹਾਂ ਫਿਰ ਉਹ ਪ੍ਰੈਸ਼ਰ ਵੱਧ ਜਾਂਦਾ ਜਦੋਂ ਪੀਕਰ ਪਰ ਇੱਕ ਬਗਰੋਂ ਕਬੂਤਰ ਪਰੇ ਬਈ ਔਖਾ ਹੁਣ ਜਦੋਂ ਆਪਣੇ ਕਲੱਬ ਵਾਲੇ ਪੱਕੇ ਬੰਦੇ ਲਾਏ ਹੁੰਦੇ ਨੇ ਉਹ ਫਿਰ ਜਿੰਨੇ ਦਿਨ ਪ੍ਰਸਾਦ ਦੇ ਨਹੀਂ ਆਉਂਦੇ ਨਹੀਂ ਹੈਗੇ ਹੂੰ ਪਰ ਜਦੋਂ ਉਹਨਾਂ ਨੂੰ ਕਹਾਂਗੇ ਬਾਜੀ ਮੌਕਾ ਵੀ ਫੇਰ ਹੀ ਆਉਣਗੇ ਹੁਣ ਦਾ ਨਾਮ ਵੀ ਬਹੁਤ ਵੱਡੇ ਵੱਡੇ ਨੇ ਹੁਣ ਤਾਂ ਨਾਮ ਜਿੰਨਾ ਝੂਠ ਬੋਲ ਲਓ ਸੱਚਾ ਹਾਂ ਨਾ ਕੰਬਾਈਨਾ ਟਰੈਕਟਰ ਵਧੀਆ ਜਿੰਨੇ ਕਬੂਤਰਬਾਜੀ ਵਧੀਆ ਨਾਮ ਹੁੰਦੇ ਨੇ ਯਾਰ ਉਹਨੇ ਖੇੜਾ ਵਧੀਆ ਤਰੱਕੀ ਕਰਦੀ ਆ ਹੂੰ ਮੈਂ ਆਪਾਂ ਕਬਾਡੀ ਜੀ ਵੀ ਕਹਿੰਦੇ ਆ ਪਹਿਲਾਂ ਕਬਾਡੀ ਥੋੜੇ ਨਾਮ ਹੁੰਦੇ ਹੌਲੀ ਵੱਡੇ ਹੋ ਗਏ ਉਹਨੇ ਖੇੜ ਤਰੱਕੀ ਕਰਦੀ ਆ ਹਾਂ ਤਾਂ ਹੀ ਇੰਟਰਸਟ ਲੈਂਦਾ ਨਾ ਹਾਂ ਤਾਂ ਅਗੜੇ ਨਾਮ ਬੱਟੇ ਹੋਏ ਨੇ ਜਿਹੜੇ ਨਵੇਂ ਮੁੰਡੇ ਰੱਖਣ ਲੱਗੇ ਨੇ ਤਾਂ ਹੀ ਸੌਂਕ ਪਿਆ ਉਹਨਾਂ ਨੂੰ ਹੂੰ ਕਬੂਤਰਬਾਜੀ ਦਾ ਸੌਂਕ ਬਹੁਤ ਵਧੀਆ ਸੌਂਕ ਆ ਇਹ ਹੂੰ ਪਤਾ ਕਿ ਇੱਕਦਾਂ ਜਵਾਕ ਘਰੋਂ ਨਹੀਂ ਬਾਹਰ ਜਮੇ ਜਾਂਦਾ ਹੈਗਾ ਜਦੋਂ ਜਵਾਕ ਨਾ ਘਰੋਂ ਬਾਹਰੋਂ ਜਾਊਗਾ ਬਾਰੇ ਮਾੜੀ ਸੰਗਤ 'ਚ ਬੈਠੂਗਾ ਕੋਈ ਕੋਈ ਗਲਤ ਚੀਜ਼ ਖਾਊਗਾ ਤਾਂ ਬਾਹਰ ਬਾਹਰ ਬੈਠਣਾ ਗਲਤੀ ਆ ਹੁਣ ਜਿੰਮੇ ਸਮਝ ਰਾ ਜੇ ਸਾ ਕਬੂਤਰ ਰੱਖੇ ਨੇ ਉਹਨੂੰ ਪਤਾ ਹੀ ਮੇਰੇ ਘਰੇ ਸਕਬੂਤਰ ਨੇ ਕਰੋ ਜਾਂਦਾ ਹੀ ਨਹੀਂ ਇਹ ਰਹਾਂਗਾ ਆ ਵੱਧ ਤੋਂ ਵੱਧ ਘਰੇ ਰਹਿੰਦਾ ਘਰਦਿਆਂ ਦੇ ਕੋਲੇ ਰਹਿੰਦਾ ਬੰਦਾ ਘਰਦਿਆਂ ਨੂੰ ਹੀ ਪਤਾ ਲੱਗਦਾ ਰਹਿੰਦਾ ਵੀ ਸਾਡਾ ਜਵਾਖਾਡੇ ਘਰੇ ਹੀ ਆ ਨਾ ਸਹੀ ਗੱਲ ਆ ਇਹ ਕਰਕੇ ਕਬੂਤਰ ਰੱਖਣੇ ਤਾਂ ਵਧੀਆ ਚੀਜ਼ ਆ ਆ ਮਾੜੇ ਕਿਉਂ ਨੇ ਇਹ ਤਾਂ ਬਹੁਤ ਚੰਗੇ ਨੇ ਹਾਂ ਬਹੁਤ ਵਧੀਆ ਇਹ ਤੇ ਜਿਹੜਾ ਹੁਣ ਮੈਂ ਕਹਿੰਦਾ ਜਿਹੜਾ ਮੁੰਡਾ ਕਬੂਤਰ ਰੱਖ ਲੂਗਾ ਉਹਨੂੰ ਪਤਾ ਵੀ ਮੈਂ ਡਾਉਣੇ ਵੀ ਨੇ ਮੈਂ ਸਾਹਮਣੇ ਵੀ ਨੇ ਮੈਂ ਟਾਈਮ ਤੇ ਖਰਾਕ ਵੀ ਪਾਉਣੀ ਆ ਉਹ ਮਾੜੀ ਸੰਗਤ ਕੰਨੀ ਜਾ ਹੀ ਨਹੀਂ ਸਕਦਾ ਹੈਗਾ ਅੱਜ ਜਿਹੜੀ ਨਵੀਂ ਮੰਡੀ ਹਰ ਉਹ ਕੁਝ ਨੇ ਦਾ ਕਬੂਤਰ ਰੱਖਿਆ ਹੋਇਆ ਨੇ ਉਹ ਗਲਤ ਪਾਸੇ ਕਦੇ ਨਹੀਂ ਜਾਊਗਾ ਹੂੰ ਸਾਂਭਣ ਦਾ ਇਹਦਾ ਖਾਸਾ ਹਿਸਾਬ ਕਿਤਾਬ ਹੋਊਗਾ। ਹਾਂ ਸਾਂਭਣ ਦਾ ਇਹਦਾ ਕਾਫੀ ਹਿਸਾਬ ਕਿਤਾਬ ਹੁੰਦਾ। ਵੀ ਬੜੇ ਖਵਾਉਣ ਪਲਾਉਣ ਦਾ ਹੁੰਦਾ ਜਿੱਦਾਂ ਖਵਾਉਣ ਪਲਾਉਣ ਦਾ ਹੁੰਦਾ ਜਿਵੇਂ ਬਾਜੀ ਛੱਡਣੀਆਂ ਉਹਨਾਂ ਨੂੰ ਕਹੇ ਜੀ ਡੈਟ ਦੇਣੀਆਂ ਕਹੇ ਜਾਂ ਕੀ ਦੇਣਾ ਨਾ। ਅੱਛਾ। ਬਾਕੀ ਬਾਦਾਮ ਤਾਂ ਉਹਨਾਂ ਪਤੇ ਸਾਰਿਆਂ ਨੂੰ ਪਾਉਣੇ ਨੇ ਵੀ ਕਿੰਨੇ ਕਿੰਨੇ ਕਿਵੇਂ ਸਾਂਭਣਾ। ਹੂੰ। ਬਾਕੀ ਸਾਰਿਆਂ ਦਾ ਵੈਦਪੋੜਾ ਆਡਾ ਆਡਾ। ਅੱਛਾ। ਉਹ ਹਿਸਾਬ ਸਾਰਾ ਆਪਦਾ ਦਾ ਸਾਂਭਣਾ ਨਾ। ਅੱਛਾ ਬਾਦਾਮ ਬਦੂਮ ਚੱਲਦੇ ਇਹਨਾਂ ਨੂੰ ਹੈ। ਹਾਂ ਬਾਦਾਮ ਤਾਂ ਫਿਰ ਅੱਛਾ। ਸਮਝ ਲਾ ਜੋ ਬਾਜ਼ੀਆਂ ਸ਼ੁਰੂ ਹੋ ਗਏ ਉਹ ਮਹੀਨਾ ਡੇਢ ਮਹੀਨਾ ਪਹਿਲਾਂ ਲੋ अच्छा जी ਜਿਵੇਂ ਸਮਝ ਲ ਇੱਕ ਅਪ੍ਰੈਲ ਤੋਂ ਬਾਦੀਆ ਸ਼ੁਰੂ ਹੋ ਗਈਆਂ ਹਮ ਇੱਕ ਮਾਰਚ ਤੋਂ ਲੋਕ ਬਾਦਾਮ ਸ਼ੁਰੂ ਕਰ ਦਿੰਦੇ ਨੇ ਵਿੱਚ ਉਦੋਂ ਪਹਿਲਾਂ ਵੀ ਪਾਉਣ ਲੱਗ ਜਾਂਦੇ ਨੇ ਹਮ ਬਾਦਾਮ ਤਾਂ ਪੂਰੇ ਬਾਦਾਮਾ ਜਿਹੜਾ ਦਾਮ ਪੱਕਦਾ ਇਹਨਾਂ ਦਾ ਬਾਦਾਮਾਂ ਨਾਲ ਹੀ ਪੱਕਦਾ ਹਮ ਤਾਕਤ ਦਾ ਨਾਲ ਛਿਆਲਾਂ ਚ ਪਸੋਲੇ ਛੱਲੇ ਹੀ ਬਹੁਤ ਪਾਉਂਦੇ ਰਹਿੰਦੇ ਆਲਾ ਕੁਝ ਹੋਰ ਜਿਹੜੇ ਜਿਹੜੇ ਬਾਦਾਮ ਨੇ ਇਹਨਾਂ ਨਾਲ ਜ਼ਿਆਦਾਤਰ ਦੇ ਪੁੱਤਰਾਂ ਦਾ ਦਾਮ ਪੱਕਦਾ ਅੱਛਾ ਤੇਲ ਸਰ੍ਹੋਂ ਦੇ ਤੇ ਤਰੋਤੀ ਆ ਜਾਂਦੀ ਇਹਨਾਂ ਨਾਲ ਬਾਦਾਮਾਂ ਨਾਲ ਪਰ ਐਵੇਂ ਹੀ ਕਿਹ ਜੰਦਰੇ ਨਸ਼ਾ ਕਰਾ ਕੇ ਇਹ ਤਾਂ ਫਿਰ ਬਾਦਾਮਾਂ ਜਾਂ ਤਾਕਤ ਨਾਲ ਹੀ ਉੱਡਦੇ ਨੇ ਨਸ਼ਾ ਨਸ਼ਾ ਦਾ ਕੋਈ ਹੈ ਹੀ ਨਹੀਂ ਨਾ ਨਸ ਨਾਲ ਦੇਖਦਾ ਰਹੇਗਾ ਨਾ ਨਸਾ ਕਿਤੇ ਦਾ ਬਹੁਤੇ ਕਿਤਨਾ ਪਹਿਲਵਾਨ ਤਿਆਰ ਕਰਨਾ ਜਿਵੇਂ ਆਪਾਂ ਪਹਿਲਵਾਨ ਨੂੰ ਤਿਆਰ ਕਰਦੇ ਆ ਖਾੜੇ ਵਾਲੇ ਓਕਣੇ ਕਬੂਤਰ ਵੀ ਪਹਿਲਵਾਨ ਵਾਂਗੂ ਤਿਆਰ ਹੁੰਦਾ ਹੂੰ ਕਿਉਂ ਨਹੀਂ ਪਹਿਲਾਂ ਇਹਨੂੰ ਖਰਾਕ ਦੇਣੀ ਆ ਜਿਵੇਂ ਆਪਾਂ ਜਵਾਕ ਨੂੰ ਦਿੰਨੇ ਆ ਵੀ ਓਕਣ ਖਰਾਕ ਦੇਣੀ ਆ ਹੂੰ ਨੇ ਕੋ ਉਤਨੋ ਖਰਾਕ ਜੇ ਪੂਰੀ ਮੇਨਟੇਨ ਰੱਖਣੀ ਪੈਂਦੀ ਹੈ ਖਰਾਕ ਨੇ ਖਰਾਕ ਵਧੀਆ ਵਧੀਆ ਤੋਂ ਵਧੀਆ ਦਾਣਾ ਹਰ ਇੱਕ ਜਿੰਨਾ ਕੋ ਉਧਰ ਬਾਜ਼ੀ ਛੱਡਦੇ ਨੇ ਸਭ ਵਧੀਆ ਦਾ ਦਾ ਦੁਕਾਨ ਤੇ ਜੋ ਸਮਾਨ ਲੈਣ ਜਾਂਦਾ ਆਲਾ ਮਾੜਾ ਖਰਾਕ ਨਹੀਂ ਲੈਂਦਾ ਹੈਗਾ ਹਾਂ ਅਗਲਾਂ ਚਾਹ 10 ਰੁਪਏ ਮਹਿੰਗੀ ਮਿਲੇ ਵਧੀਆ ਲੈਣੀ ਆ ਵਧੀਆ ਲੈਣੀ ਹਾਂ ਵਧੀਆ ਲੈ ਕੇ ਫਿਰ ਉਸ ਤੋਂ ਬਾਅਦ ਫਿਰ ਘਰੇ ਜੋ ਡਾਉਣੇ ਨੇ ਮਹੀਨਾ ਪਹਿਲਾਂ ਡਾਉਣਾ ਸ਼ੁਰੂ ਕਰਦਾ ਜੋ ਬਾਜ਼ੀ ਛੱਡਣੀ ਆ ਉਹ ਪ੍ਰੈਕਟਿਸ ਦੇਣਾ ਮਹੀਨਾ ਕਬੂਤਰ ਵੀ ਤੁੱਪੇ ਜੇ ਆ ਮਾਲਕ ਨੂੰ ਵੀ ਆਪੇ ਤੋਂ ਪੈਣਾ ਪੈਂਦਾ ਹੂੰ ਜੇ ਮਾਲਕ ਤਾਂ ਉੱਤੇ ਨਾਲ ਰਹੂਗਾ ਤਾਂ ਕਬੂਤਰ ਫਿਰ ਹੁੰਦੇ ਨੇ ਪੂਰੀ ਮੈਂਤ ਕਰਾਉਣੀ ਆ ਜਣੇ ਪੂਰੀ ਐ ਹੁੰਦੀ ਆ ਹੋਰ ਵੀ ਖਰਚੇ ਹੋਣਗੇ ਇਹਦੇ ਖਰਚੇ ਵਧੀਆ ਨੇ ਖਰਚੇ ਸਾਰੇ ਖਰਚੇ ਹੀ ਖਰਚੇ ਨੇ ਇੱਕ ਕਬੂਤਰ ਸੰਭਲ ਲੈ ਜੇ ਬਾਜੀ ਤੇ ਛੜਣਾ ਬੱਚੇ ਤੋਂ ਲੈ ਕੇ 10-15000 ਚ ਪੈਂਦਾ ਅੱਛਾ ਜੇ ਠੀਕ ਜੀ ਵਾਲੀ ਐਂਟਰੀ ਛੱਡਦੇ ਆ ਜੇ ਵੱਧ ਵਾਲੀ ਐਂਟਰੀ ਛੱਡਦੇ ਆ ਤਾਂ ਉਦੋਂ ਹੀ ਵੱਧ ਗਿਆ ਹੂੰ 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 ਜੇ ਸੰਭਲ ਆਪਾਂ ਸੰਭਲ 4-5000 ਰੁਪਏ ਤੇ 3000 ਵਾਲੀ ਐਂਟਰੀ ਛੱਡਦੇ ਆ ਉਹਦਾ ਖਰਚਾ ਲਾ ਲਾ ਹੁਣ ਸੌਣ ਭਾਦੋਂ ਤੋਂ ਬੱਚੇ ਕਢਾ ਲੇ ਸਰੋਂ ਛੋਲੇ ਨਾਲ ਪਾਲਣੇ ਸਾਰਾ ਕੁਝ ਹੋਰ ਦਵਾਈਆਂ ਦੁਈਆਂ ਵਧੀਆ ਦਵਾਈਆਂ ਦਿੰਦਾ ਹਰ ਇੱਕ ਆਲਾ ਮਾੜੀ ਦਵਾਈ ਨਹੀਂ ਦਿੰਦਾ ਹੈਗਾ ਹਮ ਖਰਚੇ ਦਾ ਵਧੀਆ ਨਹੀਂ ਸੌਂਗ ਆਇਆ ਦਾ ਖਰਚਾ ਇੱਕ ਪਾਸੇ ਰਹਿ ਗਿਆ ਸੌਂਗ ਦੇ ਮੂਰੇ ਕੋਈ ਖਰਚਾ ਨਹੀਂ ਹੁੰਦਾ ਸਹੀ ਗੱਲ ਹਮ ਉਹ ਪੁਰਾਣੇ ਬਜ਼ੁਰਗ ਬਹੁਤ ਨੇ ਹੁਣ ਹਲੇ ਵੀ ਹੈਗੇ ਨੇ ਜਿਹੜੇ ਛੱਡਦੇ ਨੇ ਹਾਂ ਹਾਂ ਪੁਰਾਣੇ ਬਹੁਤ ਵਧੀਆ ਕਬੂਤਰਬਾਜ਼ ਪੁਰਾਣੇ ਖਿਡਾਰੀ ਵਧੀਆ ਨੇ ਪੁਰਾਣੇ ਤਾਂ ਬਾਲੇ ਮਿਲਵਰਤਨ ਹੁੰਦਾ ਹੀ ਮੈਂ ਇਹਨੂੰ ਪਤਾ ਮੈਂ ਦੇਖਿਆ ਮੈਂ ਭਾਈ ਉਹਨਾਂ ਨਾਲ ਜਾਂਦਾ ਹੁੰਦਾ ਹੈਗਾ ਹਮ ਅਸੀਂ ਪਿੰਡ ਤੋਂ ਦੂਸਰ ਪਾਰੀਆਂ ਚਲੇ ਜਾਂਦੇ ਹੁੰਦੇ ਜੀ ਉਹਨਾਂ ਨੇ ਤਾਂ ਜੇ ਕਬੂਤਰ ਬਹਿ ਗਿਆ ਆਪਦਾ ਉਹਨੇ ਕਹਿਣਾ ਵੀ ਕਾਪੀ ਨੂੰ ਆਗ ਮਾਰ ਕੇ ਕਹਿਣਾ ਮੇਰਾ ਕਬੂਤਰ ਕੱਟਦੇ ਹੈ ਬਹਿ ਗਿਆ ਜੇ ਭੱਜ ਗਿਆ ਉਹਨੇ ਆਪ ਦੱਸਣਾ ਪੁਰਾਣੇ ਬੰਦਿਆਂ ਨੇ ਵੀ ਹਾਂ ਸਾਡਾ ਭੱਜ ਗਿਆ ਕਬੂਤਰ ਸਾਡਾ ਕਬੂਤਰ ਕੱਟਦੇ ਹਾਂ ਵੀ ਸਾਡਾ ਐ ਨਹੀਂ ਕਹਿਣਾ ਵੀ ਸਾਡਾ ਟਾਈਮ ਲਾਦੇ ਆਏਗਾ ਨਾ ਵੀ ਸਾਡਾ ਕ ਭੱਜ ਗਿਆ ਕਬੂਤਰ ਕੱਟਦੇ ਹਾਂ ਪੁਰਾਣਿਆਂ ਦਾ ਬੰਦੇ ਤਾਂ ਬਾਲਾ ਮਿਲ ਵਰਤਨ ਸੀਗਾ ਅੱਗੇ ਨਾਲ ਪਹਿਲਾਂ ਦਾ ਰੋਪਰਕ ਸੀਗਾ ਇੱਕ ਹੁਣ ਜਿਵੇਂ ਸ਼ਹਿਰੀ ਦੇਖਣਗੇ ਆਪਣਾ ਪੋਡਕਾਸਟ ਉਹਨਾਂ ਨੂੰ ਮੜਾ ਐਕਸਪਲੇਨ ਕਰਕੇ ਦੱਸ ਵੀ ਜਿੱਦਾਂ ਇਹ ਅਸਲ ਚ ਕੀ ਸਿਸਟਮ ਹੁੰਦਾ ਕਿਵੇਂ ਟਾਈਮ ਲੱਗਦਾ ਕੀ ਇਹਦੇ ਚ ਗੱਲਬਾਤ ਹੁੰਦੀ ਹੈ ਕਬੂਤਰ ਬਾਜ਼ ਦਾ ਕੀ ਕੀ ਖੇਡ ਖੇਡ ਹੈਗੀ ਕਿਵੇਂ ਇਹ ਇਹ ਜਿਵੇਂ ਹੁਣ ਆਪਣੇ ਜਿਹੜੀ ਪਿੰਡ ਵਾਲੀ ਵੀਰੇ ਬਾਜੀ ਆ ਹੁੰਦੀਆਂ ਨੇ ਇਹ ਜਿਵੇਂ ਸਵੇਰੇ ਸਮਝ ਲਾ ਹੁਣ 7 ਵਜੇ ਕਬੂਤਰ ਛੁੱਟ ਗਏ 7 ਵਜੇ ਕਬੂਤਰ ਛੱਡ ਜਾਂਦੇ ਨੇ ਉਸ ਤੋਂ ਬਾਅਦ ਚਾਹ ਪਾਣੀ ਪੀਂਦੇ ਨੇ ਬੰਦੇ ਉਸ ਤੋਂ ਬਾਅਦ ਸਮਝ ਲਾ ਜੇ ਜਿਹੜੇ ਜਿਹੜੇ ਕਲੱਬ ਵਾਲੀ ਬਾਜੀ ਆ ਫੇਰ ਥੋੜਾ ਸਾਝੇ ਕਬੂਤਰ ਚੈੱਕ ਕਰੇ ਜਾਂਦੇ ਨੇ ਸਮਝ ਲੈ ਕਲੱਬ ਵਾਲੀ ਦਾ ਹਲਾ ਕਹਿੰਦਾ 8 9 ਵਜੇ ਕਬੂਤਰ ਚੈੱਕ ਕਰੋ ਹੂੰ ਤੇ ਜੇ ਬਿਨਾ ਕਲੱਬ ਵਾਲੀ ਬਾਜੀ ਆ ਫੇਰ ਥੋੜਾ ਟਾਈਮ ਵੱਧ ਵੀ ਦੇਣ ਦੇਣ ਚੱਲ ਕਹਿੰਦੇ ਨੇ 10 11 ਵਜੇ ਚੈੱਕ ਕਰ ਲੈ ਰੋਟੀ ਖਵਾ ਕੇ ਵੀ ਚੈੱਕ ਕਰ ਲਿਓ ਹੂੰ ਜਿਹੜੇ ਕਲੱਬ ਵਾਲਿਆਂ ਬਾਜੀਆ ਨੇ ਉਹ ਤਾਂ ਰੋਟੀ ਖਾਣ ਤੋਂ ਪਹਿਲਾਂ ਕਬੂਤਰ ਚੈੱਕ ਕਰਦੇ ਨੇ ਹੂੰ ਅੱਛਾ ਉਹ ਤਾਂ ਸਮਝ ਲੈ ਜੇ ਚੈੱਕ ਮਤਲਬ ਵੀ ਕਿਹੜਾ ਦਿਸਦਾ ਕਿਹੜਾ ਨਹੀਂ ਦਿਸਦਾ ਅਲੱਗ ਅਲੱਗ ਉਧਰ ਪਾਸ ਕੰਮੜੇ ਕੋਲੇ ਕਾਪੀ ਤੇ ਸਾਰੇ ਕਬੂਤਰ ਲਿਖੇ ਹੁੰਦੇ ਨੇ ਹ ਪਹਿਲਾਂ ਬੰਦੇ ਦਾ ਨਾਮ ਫਿਰ ਪਿੰਡ ਦਾ ਨਾਮ ਫਿਰ ਕਬੂਤਰ ਦਾ ਰੰਗ ਸਾਰਾ ਕੁਸੈਨ ਵੀ ਇਹਨਾਂ ਲਿਖਿਆ ਹੁੰਦਾ ਫਿਰ ਕੱਲਾ ਕੱਲਾ ਕਬੂਤਰ ਉਹਦੇ ਚੈੱਕ ਕਰਨਾ ਵੀ ਕਿਹੜਾ ਕਿਹੜਾ ਦਿਖ ਰਿਹਾ ਕਿਹੜਾ ਨਹੀਂ ਦਿਖ ਰਿਹਾ ਜੇ ਕਬੂਤਰ ਜੋ ਨਹੀਂ ਸਾਰੇ ਦੇਖੇ ਗਏ ਪਰ ਉਹਦੇ ਵੀ ਦੇਖਣੇ ਨੇ ਵੀ ਆ ਕਬੂਤਰ ਨਹੀਂ ਦੇਖੇ ਫਿਰ ਦੂਜੀ ਗੱਲ ਫਿਰ ਅਸੀਂ ਆਪ ਦੇਖਦੇ ਹਾਂ ਪਹਿਲਾਂ ਵੀ ਆਪ ਦੇਖਦੇ ਹਾਂ ਦੂਜੀ ਗੱਲ ਵੀ ਆਪ ਦੇਖਦੇ ਹਾਂ ਵੀ ਜਿਹੜਾ ਦਿਖਿਆ ਜਿਹੜਾ ਨਹੀਂ ਫਿਰ ਨਹੀਂ ਦਿਂਦਾ ਤੇ ਫਿਰ ਉਹਨਾਂ ਦੇ ਉਦੋਂ ਬਾਅਦ ਫਿਰ ਟਾਈਮ ਬੋਲਿਆ ਜਾਂਦਾ अच्छा जे मेरी था, आ, था, था, दा आज ता मदा थोड़ा टाइम ਵਾਧੇ ਦੇ ਨਾ ਮੈਨੂੰ ਕਹਿੰਦਾ ਪਹਿਲਾਂ ਵੀ ਉੱਠਦੇ ਜੋ ਦੇਖਣ ਲਾ ਦਾਂ 10 15 ਮਿੰਟ ਪਹਿਲਾਂ ਵਾਧੇ ਦੇ ਨਾ ਹਾਂ ਕਿਉਂ ਆਪਾਂ ਨੂੰ ਆਪ ਪਤਾ ਵੀ ਆਪ ਵੀ ਕਪੂਤਰ ਕਿਵੇਂ ਤਿਆਰ ਕਰੇ ਹੁੰਦੇ ਨੇ ਜੇ ਆਪਾਂ ਕਹਿੰਦੇ ਮੈਨੂੰ ਵੀ ਪਤਾ ਵੀ ਮੈਂ ਮਿਹਨਤ ਕਿਵੇਂ ਕਰੀਦੀ ਹੁੰਦੀ ਆ ਮੈਂ ਤਾਂ ਰਿਕ ਨੂੰ ਪੁੱਛ ਲਿਆ ਜੋ ਮੂਰੇ ਟਾਈਮ ਲਾਉਣਾ 10 15 ਮਿੰਟ ਪਹਿਲਾਂ ਵੀ ਵਾਧਾ ਦੇ ਦੇਈਏ ਨੇ ਵੀ ਚਲ ਕੋਈ ਨਾ 10 15 ਮਿੰਟ ਪਹਿਲਾਂ ਵਾਧਾ ਦੇ ਦਿਓ ਤੇ ਬਾਕੀ ਟਾਈਮ ਲਾ ਲਈਦਾ ਟਾਈਮ ਅੱਧੇ ਘੰਟੇ ਦਾ ਟਾਈਮ ਕਲੱਬ ਵਾਲੀਆਂ ਬਾਜੀਆਂ ਤਾਂ ਵੀਰੇ ਸਾਰੇ ਹੀ ਅੱਧਾ ਘੰਟੇ ਦਾ ਮਿਲਣਾ ਸਵੇਰ ਤੋਂ ਲੈ ਕੇ ਸ਼ਾਮ ਤ ਅੱਧੇ ਘੰਟੇ ਦਾ ਹੀ ਚੱਲਦਾ ਟਾਈਮ ਵੀ ਅੱਧੇ ਘੰਟੇ ਦੇ ਵਿੱਚ ਜੇ ਦਿਸ ਗਿਆ ਹਾਂਜੀ ਅੱਧੇ ਘੰਟੇ ਚਾਹੇ 1 ਮਿੰਟ ਰਹਿੰਦੇ ਦੇ ਵੀ ਦੀਪਿਆ ਕਈ ਵਾਰ ਉਧਰੋਂ ਜੇ ਟਾਈਮ ਅਸੀਂ ਬੋਲ ਦਈਏ ਵੀ ਪੂਰਾ ਹੋ ਗਿਆ ਜੇ ਜਦੋਂ ਵੀ ਦੀਪਵੇ ਆਪਾਂ ਉਹ ਵੀ ਸਹੀ ਕਰ ਦਈਦਾ ਹੂੰ ਚੱਲ ਇੱਕ ਅੱਧੇ ਮਿੰਟ ਦਾ ਕੁਝ ਨਹੀਂ ਹੁੰਦਾ ਜੇ ਉਹਨਾਂ ਜੋ ਮੂਰੇ ਕਬੂਤਰ ਆ ਲਗਾ ਉਧਰੋਂ ਆਪਾਂ ਬੋਲਦੇ ਹੁੰਨੇ ਆ ਵੀ ਹਾਂ ਕਬੂਤਰ ਟਕ ਟਾਈਮ ਹੋ ਗਿਆ ਭਾਈ ਜੇ ਜਦੋਂ ਕਹ ਦੇਵੇ ਕੋਈ ਆਪਾਂ ਨੂੰ ਵੀ ਚਲ ਆ ਕਬੂਤਰ ਆ ਗਿਆ ਮੈਂ ਤਾਂ ਤਾਂ ਵੀ ਪਾਸ ਕਰ ਦਈਦਾ ਵੀ ਚੱਲ ਕੋਈ ਨਾ ਚੱਲ ਪਿੰਡ ਬਹ ਹੁੰਦਾ ਕੋਈ ਪਰੇ ਉਰੇ ਹੁੰਦਾ ਜਿਹੜਾ ਆ ਗਿਆ ਜਿਹਦੀ ਕਿਸਮਤ ਆ ਜਦ ਤ ਹਾਰਤਾ ਕਿਸਮਤ ਦੀ ਹੁੰਦੀ ਆ ਉਹ ਟਾਈਮ ਦੇ ਵਿੱਚ ਵਾਪਸ ਆਉਣਾ ਚਾਹੀਦਾ ਤਾਂ ਅੱਧੇ ਘੰਟੇ ਦੇ ਵਿੱਚ ਵਿੱਚ ਵਾਪਸ ਆਉਣਾ ਜ਼ਰੂਰੀ ਆ ਉੱਤੇ ਜੋ ਟਾਈਮ ਲਾ ਕੇ ਅੱਧੇ ਘੰਟੇ ਚ ਵਾਪਸ ਆਉਣਾ ਚਾਹੀਦਾ ਜੇ ਉੱਤੇ ਜਾਨੀ 5-4 ਮਿੰਟ ਲੰਘੇ ਫੇਰ ਨਹੀਂ ਮੰਨੇ ਜਾਂਦਾ ਫਿਰ ਦੂਜੇ ਕਬੂਤਰ ਨਾਲ ਇਤਰਾਜ਼ ਮੰਨਦੇ ਹਨ ਹਾਂ ਵੀ ਹਾਂ ਬਿਲਕੁਲ ਇਹ ਉਹ ਫਿਰ ਗਲਤ ਆ ਫਿਰ ਆਪਣੇ ਹਿਸਾਬ ਚੋਂ ਗਲਤ ਆ ਜਿੰਨੇ ਸਮਝਦਾ ਕੋਈ ਵੀ ਟਾਈਮ ਲਿਮਟ ਟਾਈਮ ਲੱਗਿਆਗਾ ਤੇ ਤੁਹਾਨੂੰ ਜਿਹੜਾ ਬੈਠ ਗਿਆ ਉਹਨੂੰ ਕੱਟ ਦੇਣਾ ਜਿਹੜਾ ਹਾਂ ਜਿਹੜਾ ਜਿਹੜਾ ਉਹ ਤੋਂ ਬਾਅਦ ਫਿਰ ਹੋ ਜਾਂਦਾ ਫਿਰ ਬੈਠੀ ਜਾਂਦਾ ਜਿਹੜਾ ਉਹ ਕੱਟੀ ਜਾਣਾ ਹੂੰ ਉੱਪਰ ਜਿਹੜੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਉਹ ਕੱਟੀ ਜਾਣੇ ਨੇ ਬਸ ਜਿਵੇਂ ਜਿਵੇਂ ਆਪਣੇ ਬੰਦੇ ਲਾਇਆ ਹੁੰਦੇ ਨੇ ਸਾਈਡਾਂ ਤੇ ਉਹ ਬੰਦਿਆਂ ਨੂੰ ਕੁਝ ਨਹੀਂ ਦੱਸਿਆ ਹੁੰਦਾ ਉਹਨਾਂ ਨੇ ਤਾਂ ਆਪਣਾ ਰੰਗ ਦੱਸਣਾ ਆਪਾਂ ਨੂੰ ਵੀ ਜਿਹੇ ਜਿਹੇ ਰੰਗ ਵਾਲਾ ਕਬੂਤਰ ਬਹਿ ਗਿਆ ਉਹ ਲਿਸਟ 'ਚ ਆਪਾਂ ਨੇ ਦੇਖਣਾ ਵੀ ਕੀ ਦਾ ਅੱਛਾ ਸਾਰੇ ਕਲਰ ਕਿੱਤੇ ਹੁੰਦੇ ਨੇ ਆਪਣੇ ਕੋਲੇ ਮਾਰਕ ਕਰੇ ਹੁੰਦੇ ਨੇ ਤੇ ਡਰਾਇੰਗ ਕਰੀ ਹੁੰਦੀ ਸਾਰੀ ਹੂੰ ਜਿ ਉਹਨਾਂ ਦੇ ਫੰਗਾ ਤੇ ਕਲਰ ਉਹ ਵੀ ਡਰਾਇੰਗ ਕਰਕੇ ਆਪਣੇ ਕੋਲੇ ਬਾਹੀ ਹੁੰਦੇ ਨੇ ਕਬੂਤਰ ਸਾਰੇ ਹਰੇਕ ਦਾ ਅਲੱਗ-ਅਲੱਗ ਨਿਸ਼ਾਨ ਹੁੰਦਾ ਜੀ ਜਨਾਬ ਦਾ ਹਾਂ ਜੇ ਕਿਸੇ ਦਾ ਰੰਗ ਮਿਲਦਾ ਵੀ ਉਹ ਸਵੇਰੇ ਛੱਡਣ ਵੇਲੇ ਆਪਾਂ ਦੂਜੇ अच्छा ਤੇ ਉਹਦੇ ਨਾਲ ਫਿਰ ਇੱਕ ਨਾਲ ਜਿਹੜਾ ਬੈਠੀ ਜਾਂਦਾ ਘੱਟੇ ਜਾਂਦਾ ਪਰ ਇੰਨੀ ਧੁੱਪ ਚ ਦਿਖਦਾ ਕਿਵੇਂ ਆ ਫਿਰ ਉਹਨਾਂ ਦਾ ਰੰਗ ਜਾਂ ਹੋਰ ਰੰਗ ਵੀਰੇ ਜਦੋਂ ਨਾ ਆਪਾਂ ਕਾਪੀ ਫੜਨ ਲੱਗ ਜਾਂਦਾ ਬੰਦਾ ਧੁੱਪੇ ਕੋਈ ਵੀ ਕਬੂਤਰਾਂ ਸ਼ੌਂਕ ਰੱਖਣ ਲੱਗ ਜਾਂਦਾ ਉਹ ਜਿਹਾ ਹੀ ਹੋ ਜਾਂਦਾ ਜਿੰਨੇ ਮਰਜ਼ੀ ਉੱਚੇ ਹੋਣ ਕਬੂਤਰ ਹੂੰ ਉਹਨੇ ਵਧੀਆ ਦੇਖੀ ਜਾਂਦੇ ਨੇ ਬਾਕੀ ਆਪਣੇ ਕੋਲ ਦੂਰਬੀਨਾਂ ਵਧੀਆ ਨੇ ਦੂਰਬੀਨ ਆਪਣਾ ਪਿੰਦਰਾ ਬਈ ਹਾਲ ਤੋਂ ਯੂ ਐਸ ਏ ਜਾ ਮੁੰਡਾ ਹਾਂ ਉਹਨੇ ਦੂਰਬੀਨ ਆਪਾਂ ਨੂੰ ਭੇਜੀ ਐ ਕਿ ਬਾਹਲੀ ਕਾਡ ਦੂਰਬੀਨਾਂ ਨਜ਼ਾਇਜ਼ ਵਧੀਆ ਦੂਰਬੀਨਾਂ ਹੋ। ਅੱਛਾ ਨੇੜੇ ਦਿਖਾਣ ਦੀ ਬਿਲਕੁਲ। ਬਹੁਤਾਂ ਨਵੇਂ ਆ ਲਾ ਦਿੰਦੇ ਜਿਵੇਂ ਕਬੂਤਰਾਂ ਸਿਰਫ 50 50 ਗਾਜ ਤੇ ਅੱਛਾ ਹਾਂ ਉਹ ਉਹ ਦੂਰਬੀਨ ਦਾ ਬਾਹਲਾ ਫਰਕ ਆ। ਹੂੰ ਪਿੰਦਰ ਦਾ ਬਹੁਤ ਧੰਨਵਾਦ ਜਰਦਾ ਮੈਨੂੰ ਉਹਨਾਂ ਬੈਕੀ ਮਾਂ ਨੂੰ ਕਿਹਾ ਜਦੋਂ ਆਪਾਂ ਨੂੰ ਦੂਰਬੀਨ ਚਾਹੀਦੀਆ ਮੈਨੂੰ ਮੈਂ ਤਾਂ ਉਹਨੇ 5ਵੇਂ 6ਵੇਂ ਦਿਨ ਦੂਰਬੀਨ ਭੇਜੀ ਅਮਰੀਕਾ ਤੋਂ ਮੈਨੂੰ। ਅੱਛਾ ਜਦਨੇ ਜਾਨੀ ਮੈਨੂੰ ਕਿਹਾ 5ਵੇਂ 6ਵੇਂ ਦਿਨ ਉਹਨੇ ਮੈਨੂੰ ਫੋਨ ਕਰਤਾ ਕਹਿੰਦਾ ਫੋਨ ਦੂਰ ਉਹਦਾ ਵੀ ਜਰਾ ਪਿੰਦਰ ਦਾ ਯੂਐਸਏ ਦਾ ਬਹੁਤ ਧੰਨਵਾਦ ਹੈ ਪਈ ਯਾਰ ਤੂੰ ਆ ਪਹਿਲਾਂ ਤੋਂ ਆਪਣਾ ਆੜੀ ਮਿੱਤਰ ਆ ਜਰਾ ਉਹ ਹੂੰ ਹੂੰ ਪਹਿਲਾਂ ਔਰੇ ਹੁੰਦਾ ਸੀ ਜਦੋਂ ਹੀ ਪਹਿਲਾਂ ਤੋਂ ਆੜੀ ਆ ਉਹਦੇ ਨਾਲ ਆਪਣੀ ਹੁਣ ਵੀ ਵਧੀਆ ਸਾ ਹੂੰ ਹੂੰ ਬਹੁਤ ਵਧੀਆ ਦੂਰ ਮੈਂ ਪਈ ਅੱਛਾ ਫਿਰ ਜਦੋਂ ਟਾਈਮ ਲਾਤਾ ਬਹਿ ਗਏ ਕੱਟੀ ਜਾਂਦੇ ਹੋ ਫਿਰ ਇਹਦਾ ਲਾਸਟ ਐਂਡ ਐਂਡ ਤੇ ਆ ਕੇ ਜਦੋਂ ਹੁਣ ਜਿਹੜਾ ਕੋਈ ਬੈਠੀ ਜਾਂਦਾ ਉਹ ਕੱਟੀ ਜਾਂਣਾ ਤੇ ਬਾਰ ਬਾਰ ਟਾਈਮ ਵੀ ਲੱਗਣਾ ਹਰ ਇੱਕ ਘੰਟੇ ਬਾਅਦ ਟਾਈਮ ਆਉਣਾ ਅੱਛਾ ਘੰਟੇ ਘੰਟੇ ਬਾਅਦ ਘੰਟੇ ਘੰਟੇ ਬਾਅਦ ਟਾਈਮ ਲਾਉਣੇ ਲਾਉਣਾ ਜਦੋਂ ਅੱਧਾ ਘੰਟਾ ਦਾ ਟਾਈਮ ਲੱਗਦਾ ਉਸ ਤੋਂ ਬਾਅਦ ਜਦੋਂ ਕੱਟੇ ਗਏ ਟਾਈਮ ਪੂਰਾ ਹੋਗਾ ਦੁਬਾਰੇ ਫੇਰ ਚੈੱਕ ਕਰਨ ਲੱਗ ਜੰਨੇ ਆ ਅੱਧਾ ਇੱਕ ਘੰਟਾ ਚੱਕਾ ਨੂੰ ਲੱਗ ਜਾਂਦਾ ਫਿਰ ਜੇ ਅੱਧੇ ਉਸ ਤੋਂ ਬਾਅਦ ਦੇ ਘੰਟੇ ਦਾ ਫੇਰ ਟਾਈਮ ਲਾ ਦੇਈਦਾ ਅੱਛਾ ਰਿਕ ਘੰਟੇ ਘੰਟੇ ਬਾਅਦ ਕਲੱਬ ਵਾਲੀ ਬਾਜੀ ਦਾ ਨਹੀਂ ਘੰਟੇ ਘੰਟੇ ਬਾਅਦ ਪੁੱਤਰ ਚੈੱਕ ਹੁੰਦਾ ਹੀ ਆ ਤਕਰੀਬਨ ਹਾਂ ਇੱਕ ਨੁਕਤਾ ਹੁੰਦਾ ਹੀ ਹੁੰਦੇ ਜਿਵੇਂ ਘਟਦੇ ਘਟਦੇ ਜਾਂਦੇ ਨੇ ਐਂਡ ਤੇ ਜਾ ਕੇ ਫਿਰ ਉਹੀ ਜਿਹੜੇ 2-3 ਰਹਿ ਜਾਂਦੇ ਨੇ ਹਮ ਗੱਜ ਇਹਨਾਂ ਦੇ ਹੋਵੇ ਮੇਰਾ ਤਾਂ ਮਥੇ ਆ ਜਾਓ 10 ਰਹਿ ਗਏ ਆਪਾਂ 10 ਦਈਦਾ ਵੀ ਆ ਬੰਦਿਆਂ ਦੇ ਰਹਿ ਗਏ 10 ਹਮ ਜੋ ਵੀ ਆ ਬੰਦਿਆਂ ਨੇ ਨੋ ਬੋਲ ਕੇ ਉਹ ਬੰਦਿਆਂ ਨੂੰ ਉੱਪਰ ਛੱਦ ਲਈਦਾ ਵੀ ਚਲ ਜੇ ਅਗਲੇ ਜੇ ਸਹਿਮਤੀ ਹੁੰਦੀ ਹੈ ਮਾਰ ਜੇਗਾ ਆਪਾਂ ਨੂੰ ਪਰਮਾਜ ਕਰਕੇ ਇਹ ਅਸਟਮੈਂਟ ਕੱਟ ਕੇ ਤਾਂ ਕੰਨ ਚਾ ਚਾਰ ਦੀ ਗੱਲ ਆਪਾਂ ਨੂੰ ਉਹਦਾ ਕੋਈ ਚੱਕਰ ਨਹੀਂ ਹੈਗਾ ਓਕੇ ਵੀ ਜਿੰਨੇ ਰਹਿ ਗਏ ਆਪਾਂ ਤਾਂ ਕਹਿੰਦਾ ਜੋ 10 ਕਰਾ ਗਏ ਮੇਰਾ ਤਾਂ ਮਥੇ ਮਨ ਹੁੰਦਾ ਮੰਨਣਾ ਵੀ ਜੋ 10 ਕਬੂਤਰ ਰਹਿ ਗਏ ਤਾਂ ਛੱਦੋ ਕਾ ਉੱਪਰ ਬੰਦਿਆਂ ਨੂੰ ਮਾਲਕਾਂ ਨੂੰ ਹਾਂ ਸਾਰ ਨਾਲੇ ਇੱਕ ਦੂਜੇ ਨੂੰ ਪ ਨਹੀਂ ਕਈ ਘਰ ਵਿੱਚ ਕਾਪੀਆਂ ਵਾਲੇ ਇਹ ਵੀ ਕਰਦੇ ਨੇ ਦਾਸ ਕਹਿਣਾ ਥੱਲੇ ਰਹੋ ਥੱਲੇ ਰਹੋ ਮੈਂ ਜਿਵੇਂ ਫਰਜ ਕਰ ਲਓ 1000 ਇਨਾਮ ਆ ਤਾਂ ਜਿਵੇਂ ਦਾਸ ਨੇ ਸਾਂਝੀ ਕਰ ਲਈ ਤਾਂ ਉਹਨੂੰ 1000 1000 ਮਿਲ ਜੂਗਾ ਹਾਂ ਇੱਕ ਨਹੀਂ ਦਊਗਾ ਮਤਲਬ ਇਕੱਠੇ ਦਾਸ ਤਾਂ ਮੈਂ ਹਾਂ ਜੀ ਦਾਸ ਨੇ ਕਹਿੰਦਾ ਜਿਨੇ ਨੇ ਕਰ ਲਈ ਉਹਨੇ ਹਿੱਸੇ ਪਾਣ ਦੇ ਉਹਨੇ ਹਿੱਸੇ ਪਾ ਜਾਂਦੇ ਨੇ ਹਾਂ ਜਿਹੜਾ ਜੇ ਉਹਨਾਂ ਨੂੰ ਕਹਣ ਆਪਾਂ ਉਹਨਾਂ ਨੂੰ ਕਿਸੇ ਨਾਮ ਨਾਲ ਛੱਡ ਦਈ ਤੇ ਜੇ ਮਰ ਜੇਗਾ ਨਾ ਜੇ ਨਾਮਾਂ ਤੇ ਕਹਣ ਕਿ ਡਾਉਣੇ ਨੇ ਡਾ ਦੇਈਦਾ ਜੇ ਤੇ ਕਹਣ ਨਾਮਾਂ ਦੀਆਂ ਪਰਚੀਆਂ ਪਾ ਦੋ ਤਾਂ ਪਰਚੀਆਂ ਪਾ ਦੇਈਦੀਆਂ ਨੇ ਹੂੰ ਜਿਵੇਂ ਉਹਨੂੰ ਕਬੂਤਰਾਂ ਨਾਲ ਸਹਿਮਤੀ ਹੋ ਗਈ ਸ਼ਾਮ ਨੂੰ 7 ਵਜੇ ਤੱਕ ਰਿਜ਼ਲਟ ਹਾਂ 7 ਵਜੇ ਤੱਕ 7 ਵਜੇ ਦਾ ਪੱਕੇ ਕੱਚੀ ਹੋਈ ਜਾਣੀ ਆ ਹੂੰ ਜੇ ਉਹ ਨਹੀਂ ਸੰਜੀ ਹੁੰਦੀ ਜੇ ਕਿਨਾ 7 ਵਜੇ ਕੇ ਹੂੰ 7 ਵਜੇ ਕੱਚੀ ਹੋਣੀ ਹੋਣੀ ਆ ਬਸ ਫੇਰ ਕਬੂਤਰਾਂ ਨੂੰ ਥੱਲੇ ਲਾਉਂਦੇ ਨੇ ਹਾਂ ਉਸ ਤੋਂ ਬਾਅਦ ਆਪ ਦੀ ਲਾ ਲੈਂਦੇ ਨੇ ਇਹ ਫਿਰ 7 ਵਜੇ ਆਪਾਂ ਕਰਕੇ ਉਸ ਤੋਂ ਬਾਅਦ ਨਾਮਾਂ ਦੀਆਂ ਪਰਚੀਆਂ ਪਾ ਦੇਈਆਂ ਨੇ ਹੂੰ ਜੇ ਜ਼ਿਆਦਾ ਰਹਿ ਗਿਆ ਹੁਣ ਰੰਜਾਦੇ ਰਹਿੰਦੇ ਹੁਣ ਹਾਂ ਜਿਹਦੀ ਪਰਚੀ ਆ ਕਿ ਉਹਨੂੰ ਪਹਿਲਾਂ ਉਹਨੂੰ ਪਹਿਲਾਂ ਦੂਜਾ ਨਾਮ ਦੇ ਦਈਦਾ ਹੂੰ ਨਹੀਂ ਹਾਂ ਬਸ ਹੁਣ ਤਾਂ ਮੋਟਰਸਾਈਕਲ ਆ ਕੁੱਪਾ ਵਾਲੀ ਵਾਜ ਮੈਨੂੰ ਪੰਜ ਖਾਨੇ 6 ਮੋਟਰਸਾਈਕਲ ਸੀ ਹਾਂ ਬਾਕੀ ਹੋਰ ਵੀ ਕੁੱਪਾ ਦਿੱਤੇ ਨੇ ਮੋਟਰਾਂ ਨਾਲ ਕਈ ਆੜ-ਆੜ ਪਿੰਡਾਂ 'ਚ ਹੂੰ ਪੂਰਾ ਵਧੀਆ ਕਲੱਬ ਆ ਗਿਆ ਇਹ ਹੁਣ ਆ ਸਾਲ ਵਧੀਆ ਬਾਜ਼ੀਆਂ ਹੋਈਆਂ ਨੇ ਵੀ ਹਰ ਸਾਲ ਹੀ ਵਧੀਆ ਬਾਜ਼ੀਆਂ ਹੁੰਦੀਆਂ ਨੇ ਜਾਣੀ ਐਕੀ ਦਾ ਪੂਰਾ ਰਿਕਾਰਡ ਕੈਂ ਵੀ ਕਰਤਾ ਹੈ ਕਿਦਾਂ ਕਿ ਆ वर्ल्ड कप ਕਰਾਇਆ ਕਿ ਮੇਰੇ ਤੈਨੂੰ ਕਿਵੇਂ ਲੱਗਿਆ ਹੈ ਵਧੀਆ ਰਿਹਾ वर्ल्ड कप ਪੂਨ ਡਰ ਲੱਗਦਾ ਡਰ ਲੱਗਦਾ ਹੀ ਪਹਿਲਾਂ ਦਾ ਪੰਗਾ ਹੀ ਲੈ ਲਿਆ ਹੈ ਹੋਰ ਬਹੁਤੋ ਖਲਾ ਲੱਗਦਾ ਹੀ ਪਹਿਲਾਂ ਵੀ ਆਏ ਸੀ ਇੰਨੇ ਕਬੂਤਰ ਵੀ ਸੰਭਾਗੇ ਆ ਬੀ ਵੀ ਰੱਖਣੇ ਵਿੱਚੋਂ ਇਟੋ 20 ਕਰਨੇ ਇੱਕ ਹਰ ਇੱਕ ਬਾਜੀ ਤੇ ਨਵਾਂ ਬੰਦਾ ਆਉਂਦਾ ਸੀਗਾ ਉਹ ਸੀਗਾ ਵੀ ਹਰ ਬਾਜੀ ਤੇ ਨਵੇਂ ਬੰਦਿਆਂ ਨੂੰ ਗੈਡ ਕਰਨਾ ਜੀ ਵਿੱਚ ਆਪਾਂ ਨੂੰ ਬਾਰੇ ਨਹੀਂ ਪਤਾ ਹੁੰਦਾ ਬੰਦਿਆਂ ਨੂੰ ਜਿਹੜੇ ਹੁਣ ਇੱਕ ਆਪਾਂ ਇੱਕ ਕਲੱਬ ਬਣਾ ਲਏ ਨੇ ਉਹਦਾ ਦੂਜੇ ਲੋੜ ਹੁੰਦਾ ਜਲ ਵੀ ਹਰ ਇੱਕ ਬਾਈ ਤੇ ਉਹੀ ਬੰਦੇ ਆਉਣੇ ਨੇ ਉਹ ਤਾਂ ਐ ਹੁੰਦਾ ਵੀ ਹਰ ਇੱਕ ਤੇ ਉਹ ਬਹੁਤ ਪਤਾ ਲੱਗਦਾ ਉਹ ਬੰਦਿਆਂ ਨੂੰ ਇਹ ਸੂਲਾਂ ਦਾ ਵੀ ਪਤਾ ਹੁੰਦਾ ਵੀ ਇਹਨਾਂ ਦੇ ਇਹ ਸੂਲ ਨੇ ਆਪਣੇ ਆਪ ਪਤਾ ਹੁੰਦਾ ਉਹਨਾਂ ਨੂੰ ਹਾਂ ਆਹ ਕਲੱਬ ਇੱਥੇ ਤਾਂ ਲੀਗ ਵਾਲੀ ਜਿਦਾ ਯਾਨੀ ਹਰ ਸਭ ਬਾਈ ਤੇ ਨਵੇਂ ਬੰਦੇ ਆਉਂਦੇ ਸੀਗੇ ਯਾਨੀ ਚਲ ਫੇਰ ਵੀ ਰੱਬ ਦੀ ਕਿਰਪਾ ਨਾਲ ਵਧੀਆ ਸ਼ਾਮੋਲੇ ਆਪਾਂ ਨੇ ਵਧੀਆ ਸ਼ਾਮ ਨਾ ਵਧੀਆ ਨਿਪੜਿਆ ਐਨ ਵਧੀਆ ਹਾਂ ਇੱਕ ਇੱਕ ਮੌਸਮ ਮੌਸਮ ਨੇ ਬੜਾ ਵਧੀਆ ਸਾਥ ਦਿੱਤਾ ਸਾਥ ਦਿੱਤਾ ਜੇ ਮੌਸਮ ਲੱਗ ਦਾ ਗਿਆ ਜਨਾ ਬਹੁਤ ਚਰਚਾ ਹੋਈ ਹੈ ਬਾਜੀ ਦੀ ਨਾ ਨਾ ਪੂਰੇ ਪੂਰਾ ਵਰਲਡ ਜਰ ਰੌਲਾ ਪੈਣ ਵਾਲਾ ਕੰਮ ਹੋਇਆ ਗਿਆ ਸੀ ਦਾ ਹਾਂ ਜਿਹੜਾ ਅਲੰਗਾਂ ਦੀ ਕੱਪ ਜੋ ਵੀ ਹੋ ਗਿਆ ਬਹੁਤ ਸੂ ਪੂਰੀ ਚੜ੍ਹਾਈ ਹੋਣੀ ਆ ਉਹਦੀ ਹੂੰ ਹੁਣ ਜਿਹੜੇ ਜਿੱਤੇ ਨੇ ਸਾਰੇ ਵਧੀਆ ਵੀ ਵਧੀਆ ਜਾਗੇ ਪੂਰੀ ਚੜ੍ਹਾਈ ਨਾ ਚੱਲ ਜਾਂਦਾ ਜਿਹੜਾ ਅਲੰਗਾਂ ਦਾ ਉੱਥੋਂ ਜਿੱਤੇ ਆਪਾਂ ਉੱਥੋਂ ਜਿੱਤੇ ਆ ਗਾ ਵੀ ਹਾਂ ਨਾ ਅਲੰਗਾਂ ਦਾ ਭਾਈ ਫਲਾਨੀ ਬਾਜੀ ਜਿੱਤੇ ਕੌਣ ਜਿੱਤਿਆ ਸੀਗਾ ਇਹ ਵਰਲਡ ਕੱਪ ਇਹ ਸਿੰਨਾਂ ਦੀ ਸਾਂਝੀ ਹੋਈ ਸੀ ਸੇ ਕਬੂਤਰਾਂ ਦੀ ਹੂੰ ਸੇ ਕਬੂਤਰਾਂ ਦੀ ਕੱਪ ਸਾਂਝੀ ਹੋਈ ਸੀ ਇੱਕ ਤਾਂ ਆਪਣੇ ਰੱਬਾਂ ਵਾਲੇ ਰਹਿ ਗਿਆ ਸੀ ਹਮ ਇੱਕ ਸੋਣੀ ਮਾਨਕ ਮਾਜਰਾ ਰਹਿ ਗਿਆ ਸੀ ਤੇ ਇੱਕ ਸੰਗਤੀ ਵਾਲਿਆਂ ਦਾ ਰਹਿ ਗਿਆ ਸੀ ਇੱਕ ਕਬੂਤਰ ਰਹਿ ਗਿਆ ਸੀ ਜਰਗੜੀ ਵਾਲਿਆਂ ਦਾ ਜਰਗੜੀ ਵਾਲਿਆਂ ਦਾ ਹੋ ਗਿਆ ਤੇ ਇੱਕ ਚੰਡੀਗੜ੍ਹ ਕੰਨੀ ਦੇ ਸੀਗੇ ਯਾਰ ਅੱਛਾ ਹਾਂ ਖਾਲਸਾ ਜੀ ਉਧਰਲੇ ਸੀ ਉਹ ਪਿੰਡ ਦਾ ਨਾਮ ਵੀ ਹੋਰ ਸੀ ਕੋਨਾ ਦਾ ਸੀਗਾ ਹਮ ਉਹਨਾਂ ਦਾ ਐਂਡ ਤੇ ਜਾ ਕੇ ਤੀਜੇ ਨੰਬਰ ਤੇ ਉਹਨਾਂ ਦਾ ਹੀ ਆਇਆ ਹਮ ਪਰੰਡ ਦੇ ਪਰਚੀਆਂ ਪਾਤੀਆਂ ਸਾਂ 6 ਨਾਮ ਸੀਗੇ 5 ਕਬੂਤਰ ਰਹਿ ਗਏ ਫਿਰ 5 5ਾਂ ਦਾ ਮੋਟਰਸਾਈਕਲ ਸੀ ਹੂੰ ਐਂਡ ਤੇ ਜਾਨੇ 7 ਦਾ ਟਾਈਮ ਤਿੰਨ ਕਬੂਤਰ ਕਰ ਗਏ ਸੀਗੇ ਹੂੰ ਸਾਂਝੀ ਪਹਿਲਾਂ ਉਹ 7 ਤੋਂ 7 ਤੋਂ ਤਿੰਨ ਕਬੂਤਰ ਟਾਈਮ ਕਰ ਗਏ ਜੀ ਪੂਰਾ ਸੋਨੀ ਮਾਨ ਕਮਾਦਰੇ ਦਾ ਹੂੰ ਮਨਪੀ ਸੰਗਤੀ ਵਾਲ ਇੱਕ ਉਹੜ ਚੰਡੀਗੜ੍ਹ ਕੰਨੇ ਵਾਲੇ ਸੀਗੇ ਫਿਰ ਫਿਰ ਇਹਨਾਂ ਤਿੰਨਾਂ ਦੀਆਂ ਫਿਰ ਇਹਨਾਂ ਤਿੰਨਾਂ ਦੀਆਂ ਪਰਚੀਆਂ ਪਾਤੀਆਂ ਸੀਗੀਆਂ ਹੂੰ ਪਰ ਪਹਿਲੇ ਨੰਬਰ ਵਾਲਿਆਂ ਦੀ ਪਰਚੀ ਨਿਕਲਾਈ ਸੰਗਤੀ ਵਾਲਿਆਂ ਦੀ ਹੂੰ ਦੂਜੇ ਨੰਬਰ ਤੇ ਸੋਨੀ ਦੀ ਨਿਕਲਾਈ ਪਰਚੀ ਐ ਪਰ ਪਰਚੀ ਆ ਗਿਆ ਹੂੰ ਹੂੰ ਕੁੱਪ ਵਾਧਾ ਵੀ ਵਾਧਾ ਵੀ ਸੀਗਾ ਕੁੱਪ ਹੂੰ 2 200 ਰੁਪਇਆ ਵਾਧਾ ਵੀ ਲੱਗਿਆ ਜੀ ਕੁੱਪਾ ਚ ਵਾਲੀ ਬਾਜੀ ਤੇ ਉਹ ਤੇ ਫਰਿੱਜ ਅੱਡ ਸੀ ਉਹ ਫਰਿੱਜ ਵੀ ਜਿਹੜੀ ਕ ਵਾਧੇ ਵਾਲੀ ਸੀ ਸੋਨੀ ਮਾਨਕ ਮਾਦਰਾ ਜਿੱਤ ਗਿਆ ਸੀਗਾ ਹਾਂ ਉਹ ਲੈ ਗਿਆ ਜੀ ਫਰਿੱਜ ਇੱਕ ਮੋਟਰ ਹਾਂ ਲੈ ਗਿਆ ਕੁੱਪੋਂ ਇੱਕ ਫਰਿੱਜ ਲੈ ਗਿਆ ਸੋਨੀ ਮਾਨਕ ਮਾਦਰਾ ਵਾਲਾ ਬਹੁਤ ਵਧੀਆ ਕੁੱਪ ਇਹ ਜਿਵੇਂ ਜਿਵੇਂ ਫਰਜ ਕਰ ਲਓ 100 ਕਬੂਤਰ ਉੱਡਿਆ ਹੂੰ 4 5 3 ਕਿੰਨੀ ਐਂਟਰੀ ਕਿੰਨੀ ਹੁੰਦੀ ਆ ਐਂਟਰੀ ਅਡਡ ਹੁੰਦੀ ਆ ਐਂਟਰੀ ਦਾ ਚਲ ਕੋਈ ਚੱਕਰ ਨਹੀਂ ਤਾਂ ਜਿਵੇਂ 2 ਕ ਹਜ਼ਾਰ ਐਂਟਰੀ ਮੰਨ ਲਓ ਫਿਰ 100 ਕ ਪੁੱਤਰ ਦਾ ਕਿੰਨਾ ਹੋ ਗਿਆ ਆਪਣੇ 2 ਲੱਖ ਰੁਪਏ 2 ਲੱਖ ਹੋ ਗਿਆ ਫਿਰ ਉਹ ਜਿਹੜਾ ਜਿੱਤੇ ਦਾ ਉਹਨੂੰ ਉਹਨੂੰ ਦਿੱਤਾ ਜਾਂਦਾ ਜਿਹੜੇ ਜਿਨ੍ਹਾਂ ਦੀ ਸਾਂਝੀ ਹੋਵੇ ਉਹਨਾਂ ਨੂੰ ਦਿੱਤਾ ਜਾਂਦਾ ਅੱਜ 5 ਸਾਂਝੀ ਹੋ ਜੀਦਾ 20000 ਆ ਗਿਆ ਹੂੰ ਹੂੰ ਕੱਲੇ ਨੂੰ ਤਾਂ ਅੱਛਾ ਮਤਲਬ ਤੁਸੀਂ ਤਾਂ ਕੋਈ ਵਿੱਚੋਂ ਕੋ ਇਹ ਚ ਖਾਣ ਵਾਲਾ ਦਾ ਸਿਸਟਮ ਇਹ ਹੈ ਨਾ ਨਾ ਆਪਣੇ ਦਾ ਕੋਈ 1 ਰੁਪਿਆ ਨਹੀਂ ਖਾਣ ਵਾਲਾ ਕੰਮ ਇਹ ਚ ਕੋਈ ਗਲਤ ਕੰਮ ਨਹੀਂ ਹਾਂ ਆਪਣੇ ਦਾ ਜਿੰਨੇ ਇਹ ਤਾਂ ਫਿਰ ਜਿਹੜੇ ਇਕੱਠੇ ਹੋਏ ਫਿਰ ਉਹ ਜਿਹੜਾ ਜਿੱਤਦਾ ਉਹਨੂੰ ਦੇ ਦਿੰਦੇ ਨੇ ਜਿਹੜਾ ਉਹਨੂੰ ਤੇ ਪਿੰਡ ਵਾਲਾ ਕਹਿੰਦੇ ਨਾਮ ਵੱਖਰਾ ਹੁੰਦਾ ਉਹ ਵੱਖਰਾ ਹੁੰਦਾ ਉਹ ਉਹਦੇ ਵਿੱਚੋਂ ਨਹੀਂ ਹੁੰਦਾ ਨਾਮ ਜਿਹੜੇ ਐਂਟਰੀਆਂ ਦੇ ਪੈਸੇ ਨੇ ਉਹ ਤਾਂ ਵੱਖਰੇ ਨੇ ਜਿਹੜਾ ਨਾਮ ਆ ਉਹ ਪਿੰਡ ਵਾਲਿਆਂ ਕੋ ਨਹੀਂ ਵੱਖਰੇ ਹੁੰਦੇ ਨੇ ਅੱਛਾ ਫਿਰ ਇਹ ਚ ਖਾਣ ਵਾਲਾ ਜਾਂ ਹੀਰਾ ਫੇਰੀ ਵਾਲਾ ਤਾਂ ਕੁਝ ਰਹਿ ਨਾ ਗਿਆ ਨਾ 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 ਜਮੇ ਨਹੀਂ ਆ ਆਪਣੇ ਵਾਲੇ ਕਲਬ ਵਾਲਿਆਂ ਬਾਜ਼ੀਆਂ ਤਾਂ ਜਮੇ ਨਾਉਨਸਾਨ ਨਹੀਂ ਹੂੰ ਆਪਾਂ ਦਾ ਟੜਕੇ ਕਬੂਤਰ ਸ਼ੋਅ ਕਰਦੇ ਨੇ ਨੇ ਵੀ ਕਿਉਂ ਲੈਵ ਚ ਬਾਕੀ ਛੋੜਾ ਜਿਵੇਂ ਹੂੰ ਲੈਵਜ਼ ਦੀ ਚਲਾਉਣੀ ਆ ਸਾਰਾ ਸਵੇਰੀ ਪਤਾ ਲੱਗ ਜਾਂਦਾ ਜਿਹਦਾ ਲੈਵਜ਼ ਨਾਉਂ ਨਹੀਂ ਉਹ ਜਦੀ ਕਹੂਗਾ ਮੇਰਾ ਨਾਉਂ ਨਹੀਂ ਆ ਲੈਵਜ਼ ਤੇ ਮੇਰੇ ਕੋ ਉੱਤਰ ਛੱਡਿਆ ਹੋਇਆ ਛੱਡਿਆ ਹੋਇਆ ਆਪਣਾ 7 ਵਜੇ ਤੋਂ ਤਾਂ ਲਿਸਟ 'ਚ ਨਾਉਂ ਵੀ ਚਲਾ ਦਿੰਦਾ ਆਪਾਂ ਲੈਵ ਹਾਂ ਬਿਲਕੁਲ ਬਿਲਕੁਲ YouTube ਤੇ 7 ਵਜੇ ਤੋਂ ਨਾਉਂ ਚੱਲਣ ਲੱਗ ਜਾਂਦਾ ਵੀ ਆਹ ਬੰਦੇ ਦੇ ਉੱਤਰ ਨਹੀਂ ਹਾਂ ਉਹ ਕੋਈ ਰੋਲੇ ਵਾਲਾ ਖੰਮੀ ਨਹੀਂ ਰਹਿੰਦਾ ਯਾਰ ਫੇਰੀ ਵਾਲਾ ਸਿਸਟਮ ਹੀ ਖਤਮ ਹੋ ਗਿਆ ਨਾ ਨਾ ਜ਼ਮੀਨੀ ਹੂੰ ਕਈ ਪਿੰਡਾਂ 'ਚ ਹੁੰਦਾ ਨਾ ਇਹ ਰੋਲੇ ਪੋ ਪੈਂਦੇ ਆ ਵੇਚ ਜਰਾ ਬਹੁਤ ਬੰਦੇ ਜਿਨ੍ਹਾਂ ਦੇ ਆਪ ਨਹੀਂ ਬਾਜ਼ੀਆਂ ਛੜਣੀਆਂ ਹੁੰਦੀਆਂ ਹਨ ਉਹ ਬਾਜ਼ੀਆਂ ਕਰਾਉਂਦੇ ਨੇ ਬੰਦੇ ਹਾਂ ਜਿਹੜੇ ਆਪ ਤਾਂ ਬਾਜ਼ੀ ਛੱਡਦੇ ਨਹੀਂ ਹੈਗੇ ਉਹ ਬਾਜ਼ੀ ਕਰਾਉਂਦੇ ਨੇ ਉੱਥੇ ਗਲਤੀ ਕਬੂਤਰਾਂ ਵਾਲਿਆਂ ਦੀ ਵੀ ਯਾਰ ਹੂੰ ਜਦੋਂ ਮੂਰੇ ਤਾਂ ਦੇਖੋ ਵੀ ਬੰਦੇ ਕਿਹੜੇ ਨੇ ਵੀ ਆਪ ਤਾਂ ਬਾਜ਼ੀ ਤੇ ਨਹੀਂ ਜਾਂਦੇ ਹੈਗੇ ਤੁਸੀਂ ਉਹਨਾਂ ਉਹ ਬਾਜ਼ੀ ਬੋਲ ਦਿੰਦੇ ਨੇ ਉੱਥੇ 150 ਕਬੂਤਰ ਹੋ ਜਾਂਦਾ ਹੂੰ ਤੇ ਫਿਰ ਉਹ 150 ਹੱਥ ਨੇ ਪੈਸੇ ਦੇਣ ਦੋ ਵਾਰ ਤੜਕੇ 150 ਛੜਾ ਕੇ ਬਾਜ਼ ਕਹਿੰਦੇ ਨੇ ਸਾਡੇ ਦਾ 100 ਕੀ ਛੁਟਿਆ ਇੰਨੇ ਹੀ ਹੋਏ ਨੇ ਹੱਥ ਨੇ ਪੈਸੇ ਦੇਣ ਵੇਲੇ 80 90 ਕਬੂਤਰਾਂ ਦੀ ਪੈਸੇ ਦਿੰਦੇ ਨੇ ਅੱਛਾ ਫਿਰ ਬਾਅਦ ਚ ਉਹ ਹੀ ਕਬੂਤਰਾਂ ਨੇ ਕਹਿਣਗੇ ਉੱਥੇ ਇੰਨੇ ਕਬੂਤਰ ਖਾ ਗਏ ਵੀ ਪਹਿਲੇ ਦੀ ਦੇਖੋ ਦਾ ਸੀ ਮੂਰੇ ਬੰਦਾ ਕਹੇ ਜਾ ਬਾਜੀ ਵਾਲਾ ਜਿਹੜਾ ਬਾਜੀ ਕਰਾਉਂਦਾ ਕਿਉਂ ਵੀ ਹੂੰ ਜਿਹੜਾ ਬੰਦਾ ਆਪ ਬਾਜੀ ਛੱਡਦਾ ਉਹ ਬੰਦੇ ਬਾ지ਆਂ ਕਰਾਉਂਦੇ ਨੇ ਨਾ ਉੱਥੇ ਬਾਜੀ ਛੱਡਣ ਦਾ ਫਾਇਦਾ ਹੂੰ ਕੋਈ ਬੰਦਾ ਆਪ ਕਦੇ ਬਾਜੀ ਤੇ ਨਹੀਂ ਗਿਆ ਹੈਗਾ ਉਹ ਬਾਜੀ ਕਰਾਉਂਦਾ ਵੀ ਉੱਥੇ ਦੀ ਜਾਣੇ ਹੈ ਕੀ ਕਰਨ ਹੂੰ ਉਹਦਾ ਕਬੂਤਰ ਵਾਲੀ ਗਲਤੀ ਕਰ ਲੈ ਲੈਂਦੇ ਨੇ ਥੋੜੀ ਜੀ ਸੀ ਬਸ ਹੂੰ ਜੇ ਹੁਣ ਜਿਵੇਂ ਬਾਜੀ ਚੱਲਦੀ ਆ ਕਿ ਕਬੂਤਰ ਬਹਿ ਕੇ ਪਾਣੀ ਪੀ ਕੇ ਦਬਾਰੇ ਉੱਡ ਗਿਆ ਤਾਂ ਉਹ ਪਤਾ ਲੱਗ ਜਾਂਦਾ ਮੈਨੂੰ ਪਤਾ ਲੱਗ ਜਾਂਦਾ ਵੀਰੇ ਇਹ ਕਿਵੇਂ ਪਤਾ ਲੱਗ ਜਾਂਦਾ ਜਿਵੇਂ ਹੁਣ ਕਬੂਤਰ ਚਾਲ ਦੇ ਫਰਕ ਪਾ ਜਾਂਦਾ ਕੋ ਗਿੱਲਾ ਹੋ ਕੇ ਵੀ ਆ ਜਾਂਦਾ ਬਾਕੀ ਹੁਣ ਜਿਹੜਾ ਕੋਈ ਬੈਠਣ ਜਾਊਗਾ ਕਬੂਤਰ ਉਹਦਾ ਪਤਾ ਲੱਗ ਜਾਂਦਾ ਵੀ ਆਹ ਪਿੰਡ ਤੋਂ ਜਲ ਬਾਹਰੇ ਨੂੰ ਵੀ ਆ ਕੇ ਹਰਕਤ ਕਰਦਾ ਆਪਣੇ ਬੰਦੇ ਲੱਗੇ ਹੁੰਦੇ ਨੇ ਅੱਡੇ ਤੇ ਹੂੰ ਤਾਂ ਜਦੋਂ ਕੋਈ ਪਾਣੀ ਨੂੰ ਆਉਂਦਾ ਕਬੂਤਰ ਉਹਦਾ ਪਤਾ ਲੱਗ ਜਾਂਦਾ ਵੀ ਇਹ ਆ ਹੂੰ ਤੇ ਜੇ ਪਾਣੀ ਪੀ ਲ ਪੀ ਕੇ ਆਵੇ ਕਬੂਤਰ ਜਿਵੇਂ ਬਾਲੀ ਗਰਮੀ ਆ ਉਹਦੇ ਵਿੱਚ ਤਾਂ ਨਹੀਂ ਉੱਡਦਾ ਕਬੂਤਰ ਪਾਣੀ ਪੀ ਕੇ ਬਾਲਾ ਜਿਹਾ ਹੂੰ ਜਿਹੜਾ ਪਾਣੀ ਪੀ ਲਿਆ ਜਿਹੜਾ ਗਰਮੀ ਚ ਉਹ ਤਾਂ ਦੁਬਾਰੇ ਅੱਗ ਲੱ ਬੱਜ ਜਾਂਦੀ ਆ ਉਹ ਤਾਂ ਦੁਬਾਰੇ ਉਹ ਨਹੀਂ ਬਾਲਾ ਜਰ ਉਹਦਾ ਪਾਣੀ ਪੀ ਕੇ ਸਮਝਦਾ 10 15 ਮਿੰਟ ਹੀ ਉੱਡੂਗਾ ਜਦੀ ਬਹਿ ਜਾਊਗਾ ਅੱਛਾ ਹੂੰ ਅੱਛਾ ਪਾਣੀ ਪੀ ਕੇ ਜ਼ਿਆਦਾ ਟਾਈਮ ਨਹੀਂ ਉੱਡਦਾ ਉੱਡ ਨਹੀਂ ਸਕਦਾ ਅੱਛਾ ਪਾਣੀ ਪੀਤੇ ਵਾਲਾ ਗੁਤਰ ਕਿਉਂ ਪਹਿਲਾਂ ਔਖਾ ਆਉਂਦਾ ਉਹ ਜੋ ਪਾਣੀ ਪੀਂਦਾ ਫੇ ਤਾਂ ਪੜਕ ਜਾਂਦਾ ਉਹ ਹੂੰ ਇਹ ਨਹੀਂ ਬਾਲਾ ਜਰ ਉੱਡਦਾ ਹੈਗਾ ਇਹ ਜੀ ਮੁਸ਼ਕਲਾ ਕੀ ਆਉਂਦੀ ਆ ਨਾ ਕਬੂਤਰ ਬਾਜ਼ੀ 'ਚ ਤੁਹਾਨੂੰ ਤਕਲੀਫਾਂ ਕੋਈ ਡਿੱਕਾ ਕੋਈ ਪਿੰਡ ਪੰਚਾਇਤ ਜਾਂ ਕੋਈ ਰੋਕਦੇ ਵੀ ਹੋਣਗੇ ਨਾ ਵੀ ਯਾਰ ਨਹੀਂ ਬਾਜ਼ੀਆਂ ਨਹੀਂ ਕਰਾਉਣੀਆਂ ਇਹ ਪਲਾਨ ਨਹੀਂ ਆਪਣੇ ਆਪਣੇ ਇਰੀਏ 'ਚ ਤਾਂ ਨਹੀਂ ਕੋਈ ਦਿੱਕਤ ਆਈ ਆਪਾਂ ਨੂੰ ਅਜ ਤੱਕ ਕਦੇ ਆਈ ਨਹੀਂ ਦਿੱਕਤ ਐਵੇਂ ਤੈਨੂੰ ਕਹਦਾ ਮੈਂ ਵੀ ਆਪਣੇ ਇਰੀਏ 'ਚ ਤਾਂ ਹੀ ਆ ਨਾ ਆਪਣੇ ਤਾਂ ਸਾਰੇ ਜਾਣੇ ਸਾਫ ਨਾਲੇ ਬਾਜ਼ੀਆਂ ਕਰਾਉਂਦੇ ਨੇ ਹਮ ਅਸਲ ਦਿੱਕਤ ਤਾਂ ਉੱਥੇ ਆਉਂਦਾ ਆਉਂਦਾ ਜਿਹੜੇ ਪਿੰਡਾਂ 'ਚ ਕਈ ਕੀ ਬਾਜ਼ੀਆਂ ਕਰਾ ਦਿੰਦੇ ਨੇ ਆਪਣੇ ਦੇ ਇੱਕ ਪਿੰਡ 'ਚ ਇੱਕ ਬਾਜ਼ੀਆਂ ਆਪਣੇ ਦੇ ਪਿੰਡਾਂ 'ਕ ਨਹੀਂ ਲੋਕਾਂ ਨੂੰ ਵਿਆਹ ਮੰਗੂ ਸਾਫ ਹੁੰਦਾ ਵੀ ਬਾਜ਼ੀ ਹੋਵੇ ਵਧੀਆ ਚੱਲ ਹਮ ਹਮ ਉਹਨੋਂ ਅੰਜਣ ਹੁੰਦਾ ਜਿਹੜੇ ਹੁਣ ਪੰਡਾਂ ਦੇ ਕਈ ਕਈ ਬਾਜੀਆਂ 6 6 7 7 ਦੀਆਂ ਕਰਾਉਂਦੇ ਨੇ ਉੱਥੇ ਫਿਰ ਪੰਡ ਵਾਲੇ ਦੁਖੀ ਹੋਣਗੇ ਅਲਾ ਤੀਰ ਚੱਕ ਕੇ ਪੰਜਰੇ ਜਾ ਦਿੰਦੇ ਨੇ ਇਹ ਹਾਂ ਸਹੀ ਗੱਲ ਇੱਕ ਬਾਜੀ ਥੋੜੀ ਜਿਹੀ ਨਾ ਗਰਮੀ ਚ ਹੀ ਹੋਣੀ ਚਾਹੀਦੀ ਥੋੜਾ ਠੰਡੇ ਦੇਣਾ ਚ ਵੀ ਨਹੀਂ ਜਾਏ ਹਾਂ ਠੰਡੇਆਂ ਚ ਨਹੀਂ ਚਾਹੀਦੀ ਜਿਹੜੇ ਠੰਡੇ ਦੇਣਾ ਚ ਹੁੰਦਾ ਉਦੋਂ ਦਾ ਹੱਥ ਨੇ ਲੋਕਾਂ ਦਾ ਧਾਰਾ ਧੂਨਾ ਚੋਂਦਾ ਟਾਈਮ ਹੁੰਦਾ ਉਦੋਂ ਦਾ ਹੱਥ ਨੇ ਪ੍ਰਸ਼ਦਰੀਆਂ ਤੇ ਉੱਚੋ-ਉੱਚੀ ਹਾਕਾਂ ਲਾਗ ਜਾਂਦੇ ਨੇ ਮਾਰਨ ਨੂੰ ਹੂੰ ਉਹ ਵੀ ਕੰਮ ਵਧੀਆ ਲੱਗਦਾ ਹੈ ਯਾਰ ਹੂੰ ਥੋੜੇ ਮੌਸਮ ਜਿਹੜੀ ਵਧੀਆ ਜੀ ਹੋਵੇ ਚੱਲ ਉਹ ਜਿਹੇ ਬਾਜੀ ਦਾ ਸੱਤ ਬਾਦ ਨੂੰ ਨਿਭੜੇ ਨਿਭੜੇ ਬਸ ਉਹ ਦਿਨਾਂ ਚ ਬਾਜੀ ਕਰਾਉਣ ਦਾ ਫਾਇਦਾ ਹੂੰ ਜਿਹੜੇ ਥੋੜੇ ਦਿਨ ਵੀ ਬੱਡੇ ਨਹੀਂ ਆਪਾਂ ਕਹਿੰਦੇ ਮਾਰਚ ਚ ਬਾਜ਼ੀਆਂ ਰੱਖ ਦੀਏ ਆਂ ਰੱਖ ਦੀ ਉਹ ਨਹੀਂ ਲੋਟ ਹੈਗਾ ਹੂੰ ਮਈ ਜੂਨ ਚ ਮਈ ਦਾ ਮਈ ਜੂਨ ਚ ਵਧੀਆ ਨੇ ਹੂੰ ਆਪਰਾਧੇ ਅਪ੍ਰੈਲ ਤੋਂ ਵਧੀਆ ਹੋ ਜਾਂਦੀਆਂ ਨੇ ਬਾਜ਼ੀਆਂ ਹਾਂ ਅੱਧੇ ਪ੍ਰਭਾਸ਼ਾਕ ਤੋਂ ਬਾਅਦ ਬਾਜ਼ੀਆਂ ਵਧੀਆ ਹੀ ਹੁੰਦੀਆਂ ਨੇ ਹੂੰ ਨਮਿਆਂ ਨੂੰ ਕੋਈ ਕਹਿਣਾ ਨਮੇ ਜਿਹੜੇ ਹੁਣ ਕਬੂਤਰ ਬਾਜ਼ ਨਵੇਂ ਉੱਠਦੇ ਨੇ ਨਵੇਂ ਸਾਰੇ ਵਧੀਆ ਹੀ ਨੇ ਬਸ ਜਿਹੜੇ ਨਵੇਂ ਵੀ ਉੱਠਦੇ ਨੇ ਬਸ ਥੋੜਾ ਜਿਹਾ ਵੀ ਛੇਤੀ ਨਾ ਕਰਨੇ ਕਿਹੜੇ ਨਵੇਂ ਉੱਠਦੇ ਨੇ ਥੋੜਾ ਠੰਡੇ ਦਿਮਾਗ ਨਾਲ ਚੱਲਣ ਹੌਲੀ ਹੌਲੀ ਰੱਬ ਸਭ ਦੇ ਸੁਣ ਲੈਂਦਾ ਬਸ ਹਮ ਇੱਕ ਬਾਜ਼ੀਆਂ ਨੂੰ ਬਾਜ਼ੀਆਂ ਸਮਝਣਾ ਵੀ ਐਂ ਨਾ ਸਮਝਣਾ ਵੀ ਆਪਣਾ ਬਿਜ਼ਨਸ ਆ ਵੀ ਆਪਾਂ ਐਂ ਲੈ ਕੇ ਜਿੱਤ ਕੇ ਆਉਣਾ ਆਏ ਫਲਾਨਾ ਢਮਕਾ ਹਮ ਵੀ ਬਾਜੀ ਨਵੇਂਾਂ ਨੂੰ ਬਸ ਇਹ ਹੀ ਆ ਵੀ ਤੱਕਾ ਨਾ ਕਰੋ ਛੇਤੀ ਨਾ ਕਰੋ ਕੋਈ ਗਲਤ ਕੰਮ ਨਾ ਕੋਈ ਕਰੋ ਵੀ ਆਪਾਂ ਸੇਤੀ ਜੇਤੀ ਐਂ ਕਰ ਲਈਏ ਵੀ ਕਿਸੇ ਦੇ ਗਲਤ ਕੰਮ ਕਰਕੇ ਕੇ ਇਹਦਾ ਕਬੂਤਰ ਨਾ ਕੱਢ ਲਿਆਓ ਕੇਦੇ ਐਂ ਨਾ ਕਰ ਲਿਆ ਉਹ ਇਹੋ ਜਿਹੇ ਕੰਮ ਨਾ ਕਰੋ ਨਾ ਵੀ ਹੌਲੀ ਹੌਲੀ ਜਉਤੀ ਮਿਹਨਤ ਕਰੋਗੇ ਰੱਬ ਆਪੇ ਰਾਸ ਕਰੂਗਾਡੀ ਮਿਹਨਤ ਫਸਫਲ ਕਰੂਗਾ ਮਿਹਨਤ ਕਰਦੇ ਰਹੋ ਬਸ ਹੂੰ ਹੌਲੀ ਹੌਲੀ ਬਸ ਜਿੱਤਦੇ ਹੋ ਜਾਓਗੇ ਆਪੇ ਉਹ ਸਬਰ ਘਟਾ ਨਾ ਨਮਿਆਂ ਚ ਨਮਿਆਂ ਆਹੀ ਥੋੜਾ ਚੱਕਰ ਪੈਂਦਾ ਸਬਰ ਨਹੀਂ ਕਰਦੇ ਆ ਹੁੰਦਾ ਵੀ ਅਸੀਂ ਜੇ ਬਾਜ਼ੀ ਸਾਡੀ ਪੱਕੀ ਜਿੱਤੀ ਏ ਹੂੰ ਇਹਦਾ ਹੁਣ ਵੱਡੇ ਵੱਡੇ ਖਿਡਾਰੀ ਵੀ ਹਾਰਨ ਹਾਰਨ ਦਾ ਪੈਂਦਾ ਹੀ ਆ ਹੂੰ ਇਹਦਾ ਕੋ ਚੱਕਰ ਨਹੀਂ ਹੈ ਬੜਾ ਨਵੇਂ ਮਡੇ ਹੀ ਰਹਾ ਉਹਨੂੰ ਐ ਆਉਂਦਾ ਜਿੱਤੇ ਜਿੱਤੇ ਹੈ ਹਾਂ ਹਾਰ ਥੋੜੀ ਜਿਹੀ ਬਰਦਾਸ਼ਤ ਕਰਨੀ ਓਕੇ ਹੈ ਉਹਦੇ 20 ਜਗ੍ਹਾ ਛੱਡੇ ਆ ਕਬੂਤਰ ਦਾ 20 ਜਗ੍ਹਾ ਤਾਂ ਨਹੀਂ ਜਿੱਤੂ ਇਤਨੀ ਹੁੰਦੀ ਇਹ ਰੋਜ਼ਗਰ ਪਹਿਲਾਂ ਕਈ ਕਰ ਕਬੂਤਰ ਹੀ ਕਬੂਤਰ ਹੁੰਦਾ ਇੱਕ ਪਹਿਲਾਂ ਬਾਜੀ ਜਿੱਤੇ ਹੁੰਦਾ ਉਹ ਦੋ ਬਾਜੀ ਹਾਰੇ ਜਾਂਦਾ ਪਹਿਲਾਂ ਕਈ ਕਰ ਕਬੂਤਰ ਉਹੀ ਕਬੂਤਰ ਹਰਿਆ ਹੁੰਦਾ ਬਾਜੀ ਉਹੀ ਕਬੂਤਰ ਉਹ ਜਿੱਤ ਜਾਂਦਾ ਉਹੀ ਜਿੱਤ ਜਾਂਦਾ ਜਿਹੜਾ ਚਾਹ ਮੇਰਾ ਮੋਟਾ ਜਿੱਤੇ ਕਬੂਤਰ ਜੀਰਖ ਪਹਿਲਾਂ ਦੋ ਬਾਜੀਆਂ ਹਰ ਗਿਆ ਜੀ ਲੈ ਅੱਛਾ ਪਹਿਲਾਂ ਮੈਂ ਛੱਡਾ ਸਿਕੰਦਰਪੁਰੇ ਉੱਥੇ ਹਰ ਗਿਆ ਹੂੰ ਉਦੋਂ ਬਾਅਦ ਮੈਂ ਇੱਥੇ ਬਾਲੇ ਵਾਲ ਛੱਡਤਾ ਬਾਲੇ ਵਾਲੋਂ ਐਂਡ ਤੇ ਪੰਜ 6 ਕਰ ਰਹਿ ਕੇ ਤੋਂ ਭੋਗੀ ਹਲ ਚ ਲੈ ਗਿਆ ਉੱਥੋਂ ਹਰ ਗਿਆ ਤੀਜੀ ਬਾਜੀ ਮੈਂ ਜੀਰਖ ਛੱਡਿਆ ਜੀ ਲੈ ਉੱਥੇ ਜਿੱਤ ਗਿਆ ਉੱਥੇ ਜਿੱਤ ਗਿਆ ਇਹ ਕੋਈ ਰੱਬ ਦਾ ਕੋਈ ਪਤਾ ਨਹੀਂ ਕਿਹਨੇ ਕ ਉਹ ਜਣੀ ਸਬਰ ਰੱਖਣਾ ਨਾ ਮੈਂ ਮਾ ਜਿਆ ਠੰਡਾ ਇਹ ਦਿਮਾਗ ਨਾਲ ਹੂੰ ਕੋਈ ਵੀ ਗੇਮ ਆ ਰਾ ਪਲੇਅਰ ਕੋਈ ਵੀ ਪਲੇਅਰ ਹੌਲੀ ਹੌਲੀ ਬਣਦਾ ਹੂੰ ਇੱਕ ਕੋ ਲੱਖ ਦਾ ਕੋਈ ਜਿਹੜਾ ਛੇਤੀ ਪਲੇਅਰ ਤਾਂ ਬਣਦਾ ਨਹੀਂ ਹੈਗਾ ਕੋਈ ਵੀ ਆ ਹੂੰ ਜੇ ਹਾਂ ਅਕਸਰ ਤਾਂ ਵੀ ਗੇਮ ਗੇਮ ਖੇਡਣੀਆਂ ਬਸ ਤਾਂ ਹੌਲੀ 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 ਪੌੜੀ ਚੜਦੇ ਚੜਦੇ ਜਾਵਾਂਗੇ ਹਾਂ ਜੇ ਨੌਕ ਮੋਣਾ ਹੈਨਾ ਜੇ ਆਪਾਂ ਕਹੀ ਵੀ ਇੱਕ ਕੋ ਲੱਖ ਤਾਂ ਵੀ ਐਂ ਗੱਲਾਂਗੇ ਉਹ ਗੱਲ ਤਾਂ ਘਾਣੂ ਹੂੰ ਜੇ ਮੈਂ ਪਹਿਲਾ ਮੋਟਰਸਾਈਕਲ ਤੁਸੀਂ ਜਿੱਤੇ ਆ ਤੁਸੀਂ ਦੱਸਦੇ ਹੋ ਕਿ ਕਿੰਨਾ ਕਚੌੜਾ ਕਿੰਨੇ ਕ ਸਾਲ ਦਾ ਸੀ ਤੂੰ ਹੋ ਗਏ 2008 ਸੀ ਗੱਲ ਅੱਛਾ ਹੂੰ 2008 ਸੀ ਜੀਗਾ ਪਹਿਲਾ ਮੋਟਰਨਾਲ ਹਾਂ ਪਹਿਲਾਂ ਸੋਚਿਆ ਵੀ ਨਹੀਂ ਸੀ ਆਪਾਂ ਮੋਟਰਨਾਲ ਜਾਂਦਾਂਗੇ ਉਦੋਂ ਜਦੋਂ ਅਸੀਂ ਜੀ ਰਖ ਗਏ ਆ ਹੂੰ ਮਨਮਾਸ ਅਸੀਂ ਇਕੱਲੇ ਸਕੂਟਰ ਤੇ ਗਏ ਸੀਗੇ ਬਾਕੀ ਤਾਂ ਗੱਡੀਆਂ ਹੀ ਗੱਡੀਆਂ ਸੀ ਪੂਰੇ ਪੰਜਾਬ ਦੇ ਯਾਨੀ ਵਧੀਆ ਵਧੀਆ ਖਿਡਾਰੀ ਆਏ ਸੀ ਉੱਥੇ ਹੂੰ ਬਹੁਤ ਹੋ ਸੀਗੇ ਜਿੰਨ ਸੋਤ ਤੱਕ ਰੱਬ ਨੇ ਜਦੋਂ ਜਤਨ ਆਵੇ ਬਸ ਪਰ ਅੰਦਨ ਸੰਤ ਐਵੇਂ ਨਹੀਂ ਸੀ ਵੀ ਹੋਊਗਾ ਪਹਿਲੇ ਦਿਨ ਉਹ ਦਿਨ ਦਿਨ ਬਹੁਤ ਗਰਮੀ ਸੀ ਮਈ ਸੀ 29 ਮਈ ਤੇ 30 ਮਈ ਦੀ ਬਾਜੀ ਹੋਈ ਬਹੁਤ ਗਰਮੀ ਪਹਿਲੇ ਦਿਨ ਵੀ ਕਬੂਤਰ ਲੋਕਾਂ ਦੇ ਯਾਨੀ ਬਹੁਤ ਉੱਭੇ ਚ ਬੈਗੇ ਸੀ ਹੂੰ ਬਹੁਤ ਕਬੂਤਰ ਬਸ ਕਿੰਨੀ ਕੁ ਖੁਸ਼ੀ ਹੋਈ ਫਿਰ ਖੁਸ਼ੀ ਤਾਂ ਵਧੀਆ ਹੋਈ ਜਿਹੜੀ ਹੋਈ ਆ ਤੁਹਾਨੂੰ ਬਾਜੀ ਦੇ ਅੱਗੇ ਵੀ ਜਿੱਤਦੇ ਰਹਿੰਦੀਆਂ ਨੇ ਅਸੀਂ ਮੋਟਰ ਨਾਲ ਜਦ ਵਧੀਆ ਆਇਆ ਹੋ ਸੀਗਾ ਹੂੰ ਹੂੰ ਮੋਟਰ ਸਾਰੇ ਵਧੀਆ ਲੋਕਾਂ ਨੂੰ ਆਲੇ-ਦਲੇ ਬਹੁਤ ਜ਼ਿਆਦਾ ਐ ਸੀ ਮੋਟਰ ਹਨ ਬਹੁਤ ਵੱਡੀ ਗੱਲ ਸੀਗੀ ਹੂੰ ਜਦੋਂ ਕਿਹਾ ਕੋਈ ਕਿਸੇ ਨੇ ਮੋਟਰ ਨਾਲ ਜੱਟਿਆ ਸੀ ਅੱਜ ਤੱਕ ਜੋ ਤਾਂ ਬਹੁਤ ਛੋਟੇ ਨਾਮ ਸੀ ਹੂੰ ਇਹ ਵੀ ਜੀਰ ਕਿਹੜੇ ਆਏ ਸੀ ਬਾਹਰੋਂ ਪਰਿਵਾਰ ਆਇਆ ਸਾਰੇ ਹੀ ਅੱਛਾ ਉਹਨਾਂ ਨੇ ਉਹ ਹਰ ਸਾਹਿਬ ਬਾਜੀ ਕਰਾਉਂਦੀ ਰਹਿੰਦੇ ਉਹਨਾਂ ਨੇ ਜਾਨੀ ਮੋਟਰ ਨਾਲ ਰੱਖਿਆ ਸੀਗਾ ਹੂੰ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਤਾਂ ਮੈਨੂੰ ਮਾਦਾ 15 ਦਿਨ ਬਾਅਦ ਬਾਅਦ ਚ ਉੱਥੇ ਲੀਣਾ ਬਾਜੀ ਹੋਈ ਸੀ ਉੱਥੇ ਫਿਰ ਮੋਟਰ ਨਾਲ ਦੂਜਾ ਮੋਟਰ ਨਾਲ ਉੱਥੇ ਰੱਖਿਆ ਸੀ ਫਿਰ ਅੱਛਾ ਹੂੰ ਕਿੰਨੇ ਕ ਨਾਮ ਜੱਟੇ ਨੇ ਹੁਣ ਤੱਕ ਨਾਮ ਤਾਂ ਬਹੁਤ ਜਿੱਤੇ ਨੇ ਮੇਰੇ ਨਾਮ ਨਾਲ ਕੁਝ ਆਉਂਦਾ ਵੀ ਨਹੀਂ ਵਧੀਆ ਜਿੱਤੇ ਨੇ ਰੱਬ ਦੀ ਕਿਸਮਤ ਜਿਹੜੀ ਹੋ ਗਿਆ ਵਧੀਆ ਜਿੱਤਲੇ ਬਸ ਹੂੰ ਹੂੰ ਉੱਪਰ ਖਰਚਾ ਵੀ ਬਹੁਤ ਹੁੰਦਾ ਇਹਦਾ ਹਾਂ ਖਰਚਾ ਵੀ ਬਹੁਤ ਆ ਹਮਮ ਅਗਲਾ ਕਹਿ ਹੁੰਦਾ ਕਿ ਉਹ ਕਬੂਤਰ ਛੱਡਦੇ ਆਪ ਬੈਠੇ ਨੇ ਥੱਲੇ ਦਾਣਾ ਆਪ ਉਹ ਨਾਲ ਹੀ ਪਕੜਨਾ ਪੈਂਦਾ ਸਮਝ ਲਾ ਹਮ ਜੇ ਆਪਾਂ ਘਰੇ ਜੋ ਡਾਉਨੇ ਆ ਨਾਲ ਹੀ ਮੈਂ ਧੁੱਪੇ ਧੁੱਪ ਛਕਣੀ ਪੈਂਦੀ ਐ ਧੁੱਪ ਛਕਾਂਗੇ ਤਾਂ ਹੀ ਆ ਜੇ ਆਪਾਂ ਕਹ ਜੀਏ ਵੀ ਘਰੇ ਆਪਾਂ ਕਬੂਤਰ ਡਾ ਕੇ ਪੱਖੇ ਥੱਲੇ ਬਹਿ ਗਏ ਹਮ ਜਾਏ ਹੋ ਗਏ ਆਏ ਹੋ ਗਏ ਉਹ ਕਣ ਕਬੂਤਰ ਉੱਡਦੇ ਆ ਹਮ ਪੱਖਾ ਪੱਖਾ ਦਾ ਦੂਰੀ ਕਰਨਾ ਪੈਂਦਾ ਫਿਰ ਇਹਨਾਂ ਦੇ ਕਬੂਤਰ ਡਾਉਣੇ ਨੇ ਹਾਂ ਉਹ ਜੇ ਬੜਨਾ ਪੈਂਦਾ ਨੀਂਦ ਉਹ ਨੀਂਦ ਦੂਰ ਕਰਨੀ ਪੈਂਦੀ ਆ ਪੱਖੇ ਦੂਰ ਕਰਨੇ ਪੈਂਦੇ ਨੇ ਜੇ ਕਬੂਤਰ ਡਾਉਣਾ ਹਮ ਨੀਂਦ ਨੂੰ ਵੀ ਸਭ ਖੋ ਜਾਂਦੀ ਸਖਤ ਦਾ ਸ਼ੌਕ ਹੂੰ ਜਿਸੋਂ ਕਹਿੜਾ ਹੈ ਕਹਿੜਾ ਜੇ ਮਿਹਨਤ ਕਰਾਂਗੇ ਤਾਂ ਟਾਈਮ ਤਾਂ ਉਹ ਔਖਾ ਦਾ ਕਾਉਣਾ ਹੀ ਪੈਂਦਾ ਹੂੰ ਬਹੁਤ ਮਿਹਨਤ ਆ ਲੱਗਾ ਹੈ ਨਾ ਮੈਨਾਂ ਚਾਰ ਨੂੰ ਛੋਟਾ ਜਾਨਵਰ ਆ ਇਹ ਹੂੰ ਗੇਮ ਸਾਰ ਨੂੰ ਲੰਬੀ ਇਹਦੀ ਆ ਹਾਂ ਜਦੋਂ ਬੌਲਦ ਵਾਲਾ ਬੌਲਦ ਕੀ ਆ 20-25 ਸੈਕਿੰਡ ਦਾ ਕੰਮ ਆ ਕੋਈ ਹੋਰ ਬੰਦਾ ਵਾਲਾ ਬੰਦੇ ਦੀ 30 ਸੈਕਿੰਡ ਦੀ ਗੇਮ ਆ ਕਿਹੜਾ ਖੇਡ ਪਾਉਂਦਾ ਕਬੱਡੀ ਬੌਲ ਕਬੂਤਰ ਸਾਰ ਨੂੰ ਛੋਟਾ ਕਬੂਤਰ ਆ ਗੇਮ ਸਿੱਧੀ ਆਏ ਲੜਾ 12 ਘੰਟੇ ਦਾ ਪੱਕੀ ਆ 12 ਦੀ ਤਾਂ ਪੱਕੀ ਆ ਹਾਂ 6 ਤੋਂ 7 ਵੀ ਬਾਦ ਕਈ ਵਾਰ 6 ਸਵਾ 6 ਵੀ ਉੱਡੀਆਂ ਬਾਜੀਆਂ ਸਾਰਾ ਦਾ ਛੋਟਾ ਜਾਨਵਰ ਆ ਗੇਮ ਸਾਹਮਣੇ ਵੱਡੀ ਧੀ ਆ ਤੇ ਔਖੀ ਹਰਨ ਸਾਮ ਸੰਭਾਲ ਬਹੁਤ ਆ ਜਤੋਂ ਆਣ ਨਾਲ ਮਾਲਕ ਨੂੰ ਵੀ ਆਏ ਕਿ ਕਦੇ ਨਾ ਜਾਵੇ ਨਾ ਆਵੇ ਹਾਂ ਬਾਜੀਆਂ ਵੇਲੇ ਬੰਦਾ ਰਿਸ਼ਤੇਦਾਰੀਆਂ ਵੀ ਭੁੱਲ ਜਾਂਦਾ ਬਾਜੀਆਂ ਵੇਲੇ ਮੈਨੂੰ ਨਹੀਂ ਮੰਨਦਾ ਵੀ ਕੋਈ ਕੋਤੜਿਆ ਆਵਾਜ਼ ਰਹਿਤੈ ਨਹੀਂ ਜਾਂਦਾ ਹੋਊਗਾ ਹਾਂ ਕੋਈ ਨਹੀਂ ਜਾਂਦਾ ਹੈਗਾ ਬਾਜੀਆਂ ਦੇ ਵਿਆਹ ਮੰਗ ਚਾਉ ਜਿਹੜਾ ਰਹਿਣਾ ਜਾਣ ਨੂੰ ਸਾਰਿਆਂ ਨੂੰ ਆ ਛੋਟੇ ਛੋਟੇ ਜਵਾਕ ਵੀ ਦੇਖਿਆ ਵਿੱਚ ਤਾਂ ਇੰਟਰਸਟ ਰੱਖਦੇ ਆ ਇੰਟਰਸਟ ਪੂਰਾ ਨਾਲ ਆਉਂਦੇ ਰਹਿੰਦੇ ਨੇ ਮਾਪੇ ਉਹਦੇ ਜਵਾਕਾਂ ਨੂੰ ਸੌਂਕਾ ਨਾਮ ਹੋ ਗਿਆ ਇਸ ਵੱਡੇ ਨਾਲ ਇੱਕ YouTube ਤੇ ਲਾਈਵ ਚੱਲਣ ਲੱਗ ਗਈਆਂ ਬਾਜੀਆਂ ਇੱਕ ਨਾਮ ਵੱਡੇ ਹੋ ਗਿਆ ਉਹਦੇ ਕਰਕੇ ਹੁਣ ਬੁੜੀਆਂ ਨੂੰ ਵੀ ਪਤਾ ਲੱਗਣ ਲੱਗਾ ਕਿ ਕਬੂਤਰ ਬਾਜਾਂ ਆ ਚੀਜ਼ ਹਾਂ ਰੋਕ ਡੋਕ ਘੱਟ ਕਰਦੇ ਨੇ ਇੱਕ ਰੋਟ ਇੱਕ ਹਰ ਇੱਕ ਨੂੰ ਆ ਪਤਾ ਲੱਗ ਗਿਆ ਵੀ ਇੱਕ ਬੰਦਾ ਵੀ ਕਬੂਤਰ ਆਦਾ ਘਰੇ ਰਹਿੰਦਾ ਉਹ ਇਹ ਨਾਲ ਬੜਾ ਫਰਕ ਪੈ ਗਿਆ ਤਾਂ ਵਲੋਗ ਹੁਣ ਰੱਖਣ ਤੋਂ ਪਰੇਜ ਨਹੀਂ ਕਰਦੇ ਹੈਗੇ ਨਾ ਰੱਖ ਲੈਣ ਦੇ ਚੱਲ ਜਵਾਗ ਜੇ ਰੱਖਣਾ ਘਰੇ ਦਾ ਰਹੂ ਸਾਰੀ ਦਿਹਾੜੀ ਹੂੰ ਕਿਤੇ ਨਹੀਂ ਜਾਂਦਾ ਹੈਗਾ ਵਧੀਆ ਲੱਗਿਆ ਕਾਲਾ ਜੀ ਤੁਹਾਡੇ ਨਾਲ ਗੱਲ ਕਰਕੇ ਪਰਮਾਤਮਾ ਤੁਹਾਡੇ ਕਬੂਤਰਾਂ ਨੂੰ ਚੜ੍ਹਦੀ ਕਲਾ ਜ ਰੱਖਿਆ ਨਾਲੇ ਤੁਹਾਨੂੰ ਚੜ੍ਹਦੀ ਕਲਾ ਜ ਰੱਖਿਆ ਨਾ ਤੁਹਾਡਾ ਵੀ ਧੰਨਵਾਦ ਵੀਰੇ ਸਾਰਿਆਂ ਦਾ ਹਾਂਜੀ ਇਹ ਸੀਗੇ ਸਾਡੇ ਨਾਲ ਕਾਲਾ ਕੁੱਪ ਤੇ ਕਬੂਤਰਬਾਜੀ ਦਾ ਸ਼ੌਂਕ ਰੱਖਦੇ ਨੇ ਵਧੀਆ ਕਬੂਤਰਬਾਜੀ ਕਰਾਉਂਦੇ ਨੇ ਕਰਦੇ ਨੇ ਤੇ ਤੁਹਾਨੂੰ ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਅਗਲੇ ਐਪੀਸੋਡ ਚ ਤਦ ਤੱਕ ਲਈ ਕੋਸ਼ ਰਹੁ ਚੜਦੇ ਕਲੱਚ ਰਹੁ ਸਵੇਕਾਲ